चाची मैं भी इसे पिंड च रहना कदे कोई मेरी कंप्लेन सुनी है पुत तू तो पढ़िया लिखिया ओ है मां वर्गा अनपढ़ प्यो बेचारा सारी उम्र पिंड की भलाई करदा मर गया पुत ने ना रोशन तक की करना सी सगो मिट्टी च मिला के रखता ना भैन जी ऐदा ना कहो बड़िया दुआवा मंग मंग के मैं उन्हों लिया ना दुआ मंगी सी एक बार दुआ सरपंच साहब इस तो पहले कि पिंड का कोई होर नुकसान होवे इनू पिंड तो कढ देना चाहिए भैन जी मैं थोड़े स्वर्गवासी घर वाले का लिहाज करके तुहानू एक मौका होर दिना जे थोड़े मुंडे ने पिंड वाले नू तंग किया तो फिर मैं थोड़ी कोई मदद नहीं कर सकांगा तुसी याद रखना अज तो बाद ना कोई थोड़े दुख च खड़े ना कोई सुख च ना तुहाडे घर कोई जाऊगा ना तुहाडे घर कोई आऊगा तुहाडे घर तो वैसे भी किसी ने आना की है क्योंकि तुहाडे मुंडे का विआह तो आऊगा जे उन्हें कोई कुड़ी दऊगा तो ठीक है भरावो हुण ये सब नूं मंजूर है ना तंग कर लिया पिंड वालिया ने साले रोज रोज बेबे नूं पंचायत च सद लैंदे ने उत्तों सलियां दीआं धमकियां देख लो आखे साढ़े व्याह शादी ते ना आयो बे सलियो मैं थोड़ियां गुलाब जामण दा भुखा जिहड़ा थोड़े ब्याहां ते आऊंगा ओ तारी तू सलिया मेरे नालों वध लैपटॉप नूं प्यार करदा वां
ਸਾਲਿਆ 24 ਘੰਟੇ ਬੈਠਾ ਗੰਦ ਸਵਾਹ ਕਰੀ ਜਾਂਦਾ ਵਾ, ਜੇ ਇੰਨਾ ਔਖਾ ਵਿਆਹ ਕਰਾ ਲਾ ਉਹ ਇਹਨੂੰ ਕਿਹਨੇ ਕੁੜੀ ਦੇਣੀ ਹੈ? ਅੱਛਾ ਗੱਲ ਪੱਕੀ ਆ ਬਈ, ਮੈਨੂੰ ਕਿਹਨੇ ਕੁੜੀ ਦੇਣੀ ਹੈ? ਪਰ ਇਹ ਕਰ ਸੋਨੀ, ਹਾਂ ਆਪਣੇ ਡੈਡੀ ਨਾਲ ਗੱਲ ਕਰਕੇ ਦੇ, ਕੀ ਪਤਾ ਉਹੀ ਕੁੜੀ ਦੇ ਦੇ। ਉਹ ਘਰ ਤੱਕ ਨਾ ਪਹੁੰਚੀ ਓਏ, ਤੇਰੇ ਘਰ ਤੱਕ ਇਹਨੇ ਕੀ ਜਾਣਾ? ਇਹ ਤਾਂ ਸਾਲਾ ਕਦੇ ਆਪਦੇ ਘਰੇ ਨਹੀਂ ਜਾਂਦਾ, 24 ਘੰਟੇ ਇੱਥੇ ਹੀ ਬੈਠਾ ਰਹਿੰਦਾ। ਮੇਰੇ ਲਈ ਕੀ ਦੇਖਦਾ, ਸਾਲਾ ਸਰਪੰਚ ਨੇ ਮੈਨੂੰ ਪਿੰਡੋਂ ਕੱਢਣਾ ਕੀਤਾ ਪਿਆ ਵਾ, ਇੱਥੇ ਬੈਠੇ ਦਾਰੂ ਚੁਰਸੀ ਜਾਂਦੇ ਹੋ, ਸਾਲਾ ਕੋਈ ਸਰਪੰਚ ਦਾ ਹੀਲਾ ਕਰ ਲਓ। ਹੀਲਾ ਤੇਰਾ ਹੋਇਆ ਪਿਆ, ਸਰਪੰਚ ਦੀ ਜਾਨ ਹੈ ਇੱਕ ਤੋਤੇ 'ਚ, ਉਸ ਤੋਤੇ ਦਾ ਨਾਂ ਹੈ ਸਪਨਾ, ਸਰਪੰਚ ਦੀ ਇਕਲੌਤੀ ਭਾਣਜੀ। ਸਰਪੰਚ ਸਪਨਾ ਨੂੰ ਇੰਨਾ ਪਿਆਰ ਕਰਦਾ ਜਿਵੇਂ ਰਾਜਸਥਾਨ ਦੇ ਲੋਕ ਪਾਣੀ ਵਾਲੇ ਨਲਕੇ ਨੂੰ ਕਰਦੇ ਨੇ। ਜੇ ਕਿਤੇ ਤੂੰ ਉਹਨੂੰ ਟਿਕਾ ਲੈਣਾ, ਜੋ ਤੂੰ ਕਹੇਗਾ ਉਹ ਸਪਨਾ ਕਰੂਗੀ, ਜੋ ਸਪਨਾ ਕਹੂਗੀ ਉਹ ਸਰਪੰਚ ਕਰੂਗਾ। ਇਹਦਾ ਮਤਲਬ ਸਿੱਧੇ ਸਿੱਧੇ ਤੌਰ 'ਤੇ ਤੇਰੇ ਹੱਥ 'ਚ ਕੌਣ ਆ ਗਿਆ? ਸਰਪੰਚ। ਹੁਣ ਤਾਂ ਜੱਟ ਦਾ ਇੱਕੋ ਸਪਨਾ, ਮੋਹਣੀ ਵਾਲੀ ਸਪਨਾ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਕੰਡਾ ਚੁਬਾ ਤੇਰੇ ਪੈਰ ਬਾਕੀਏ ਨਾਰੇ ਨੀ। ਲੈ ਦੱਸ ਵਿਚਾਰੀ ਸਾਈਕਲ ਰੋੜੀ ਆਉਣੀ ਵੀ ਕਮਲੀਏ, ਤੂੰ ਤਾਂ ਭਾਵੇਂ ਟਰੈਕਟਰ ਨੂੰ ਪੈਡਲ ਮਾਰ ਲਾ, ਉਹ ਨੱਠਿਆ ਵੀਰੇ। ਸਤਿ ਸ੍ਰੀ ਅਕਾਲ ਸੁਪਨਾ ਜੀ। ਸਤਿ ਸ੍ਰੀ ਅਕਾਲ ਨਿਹਾਲ। ਕੀ ਹੋ ਗਿਆ ਸੁਪਨਾ, ਚੈਨ ਲੈ ਗਈ? ਨਹੀਂ, ਸਾਈਕਲ ਦਾ ਪੈਡਲ ਢਿੱਲਾ ਸੀ, ਮੈਂ ਸੋਚਿਆ ਕਿਤੇ ਨਿਕਲ ਹੀ ਨਾ ਜਾਏ। ਓ ਅੱਛਾ, ਚੱਲ ਕੋਈ ਨਾ, ਆ ਮੈਂ ਤੈਨੂੰ ਆਪਣੇ ਬੁਲਟ ਤੇ ਛੱਡ ਦਿੰਦਾ। ਬੈਠੇਗੀ ਨਾ ਮੇਰੇ ਬੁਲਟ ਤੇ? ਹਾਂਜੀ ਬਿਲਕੁਲ, ਤੂੰ ਬਿਠਾਏਗਾ? ਮੇਰਾ ਤਾਂ ਬਚਪਨ ਦਾ ਹੀ ਸੁਪਨਾ ਕਿ ਮੈਂ ਸਪਨਾ ਨੂੰ ਆਪਣੇ ਬੁਲਟ ਦੇ ਪਿੱਛੇ ਬਿਠਾ ਕੇ ਤੇ ਬੁਲਟ ਨੂੰ ਦਵੱਲੀ ਜਾਵਾਂ ਦਵੱਲੀ ਜਾਵਾਂ ਤੇ ਕਦੇ ਵੀ ਆਪਣਾ ਸਫ਼ਰ ਖਤਮ ਨਾ ਹੋਵੇ। ਹਾਏ ਕਿੰਨੀਆਂ ਚੰਗੀਆਂ ਗੱਲਾਂ ਕਰਦਾ ਨਾ ਤੂੰ ਨਿਹਾਲ। ਹਾਏ ਅੱਛਾ ਜੀ, ਇਸ ਲਿਫਾਫੇ ਵਿੱਚ ਕੀ ਹੈ? 800 ਗ੍ਰਾਮ ਭਿੰਡੀਆਂ ਤੇਰੇ ਲਈ ਲਿਆਇਆ ਮੈਂ, ਕਹਿ ਕੇ ਸਬਜ਼ੀ ਵਾਲੇ ਨੂੰ ਸਪੈਸ਼ਲੀ ਧਨੀਆ ਪਵਾਇਆ ਮੈਂ। ਇਹ 800 ਗ੍ਰਾਮ ਹੀ ਕਿਉਂ, ਕਿਲੋ ਪੂਰੀਆਂ ਕਿਉਂ ਨਹੀਂ ਕਰਵਾਈਆਂ? ਉਹ ਇਹਨਾਂ ਸਮਾਨ ਵੱਲ ਤੇ ਆਉਂਦਾ ਨਹੀਂ ਨਾ। ਚੱਲ ਹੁਣ ਬੈਠ ਜਾ। ਪਰ ਰਾਜ, ਤੂੰ ਮੇਰਾ ਕੋਈ ਨਜਾਇਜ਼ ਫਾਇਦਾ ਤਾਂ ਨਹੀਂ ਚੁੱਕੇਗਾ? ਸਦਕੇ ਜਾਵਾਂ ਤੇਰੇ ਕੰਨ ਫੀੜਾ ਇਸਦੇ। ਮਤਲਬ? ਮਤਲਬ ਤੇਰਾ ਮਾਮਾ ਪਿੰਡ ਦਾ ਸਰਪੰਚ ਆ, ਮੈਂ ਏਦਾਂ ਦੀ ਹਰਕਤ ਕਦੇ ਵੀ ਨਹੀਂ। ਉਹ ਚਿੰਤਾ ਤੂੰ ਛੱਡ ਦੇ, ਮਾਮਾ ਜੀ ਨੂੰ ਮੈਂ ਆਪੇ ਹੀ ਮਨਾ ਲੂ। ਸੱਚੀ ਤੂੰ ਆਪਣੇ ਮਾਮੇ ਨੂੰ ਮਨਾ ਲੇਗੀ ਨਾ? ਹਾਂ, ਪਰ ਤੂੰ ਮੌਸਮਾਂ ਵਾਂਗੂ ਬਦਲ ਤਾਂ ਨਹੀਂ ਜਾਏਗਾ? ਮੌਸਮਾਂ ਵਾਂਗੂ ਤੇ ਮੈਂ ਕਦੇ ਵੀ ਨਹੀਂ। ਇਹ ਸਾਰਾ ਕੁਛ ਕਿੰਨੀ ਛੇਤੀ ਛੇਤੀ ਹੋ ਰਿਹਾ ਨਾ, ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ। ਮੈਨੂੰ ਤਾਂ ਸਾਲਾ ਆਪ ਯਕੀਨ ਨਹੀਂ ਹੋ ਰਿਹਾ ਕਿ ਇਹ ਹੋ ਕੀ ਰਿਹਾ। ਚੱਲ ਆ ਬੈਠ ਬੁਲਟ ਤੇ, ਬੈਠ ਜਾ ਬੁਲਟ, ਉਹਦੇ ਛਾਲ ਮਾਰ ਕੇ ਬਿਲੋ ਟਾਈਮ ਕੱਢ ਗਏ। ਦੇ ਪਿੰਡ ਦੀ ਸਰਪੰਚ ਦੀ ਕੁੜੀ ਨੇ ਭੱਜ ਕੇ ਵਿਆਹ ਕਰਵਾ ਲਿਆ ਗਾ, ਆਪਣੀ ਕੁੜੀ ਦਾ ਖਿਆਲ ਰੱਖੀ ਤੂੰ। ਮੇਰੇ ਵਿਆਹ ਕਰਵਾਉਣ ਨੂੰ ਜੇ ਕਰਦਾ ਬੇਬੇ ਨਾ ਮੰਨਦੇ ਮੇਰੀ ਮਾਮਾ ਜੀ। ਪਿੰਡੀਆਂ ਇਹ ਕਿੱਥੋਂ ਚੱਕ ਲਿਆ? ਇਹ ਮੇਰੇ ਸ਼ਗਨਾਂ ਦੀਆਂ ਪਿੰਡੀਆਂ ਹੈ ਮਾਮਾ ਜੀ। ਸ਼ਗਨਾਂ ਦੀਆਂ ਪਿੰਡੀਆਂ? ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ, ਹੁਣ ਤਾਂ ਤੁਸੀਂ ਮੈਨੂੰ ਤੋਰਨ ਦੀ ਤਿਆਰੀ ਕਰੋ। ਤੂੰ ਕਿੱਥੇ ਤੁਰ ਕੇ ਜਾਣਾ ਪੁੱਤ? ਮੈਂ ਤੇ ਨਿਹਾਲ ਆਪਣੇ ਵਿਆਹ ਦਾ ਫੈਸਲਾ ਕਰ ਚੁੱਕੇ ਹਾਂ ਮਾਮਾ ਜੀ। ਆਪਣਾ ਨਿਹਾਲ ਕਿਹੜਾ? ਫੀਟ ਵਾਲਿਆਂ ਦਾ ਨਿਹਾਲ। ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਉਹ ਸਾਲੇ ਨੂੰ ਮੰਗਿਆ ਕੋਈ ਪਾਣੀ ਦਾ ਗਲਾਸ ਨਹੀਂ ਦਿੰਦਾ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਦੇ ਦੂੰ ਉਹਨੂੰ? ਮਾਮਾ ਜੀ ਮੈਂ ਆਪਣੇ ਨਿਹਾਲ ਬਾਰੇ ਇੱਕ ਲਫ਼ਜ਼ ਵੀ ਹੋਰ ਨਹੀਂ ਸੁਣਨਾ ਚਾਹੁੰਦੀ। ਅੱਛਾ, ਉਹਦੇ ਆਪਣੇ ਤਾਈ ਤਾਈ ਨੇ ਤਾਂ ਕਦੇ ਚਾਰ ਬੰਦਿਆਂ ਸਾਹਮਣੇ ਉਹਨੂੰ ਆਪਣਾ ਨਿਹਾਲ ਕਿਹਾ ਨੀ, ਤੇਰਾ ਨਿਹਾਲ ਕਿੱਥੋਂ ਹੋ ਗਿਆ? ਮੈਂ ਉਹਦੇ ਖਿਲਾਫ਼ ਇੱਕ ਲਫ਼ਜ਼ ਨਹੀਂ ਸੁਣਨਾ ਚਾਹੁੰਦੀ। ਬਸ ਮਾਮਾ ਜੀ ਮੈਂ ਹੋਰ ਨਹੀਂ ਸੁਣਨਾ ਚਾਹੁੰਦੀ, ਨਹੀਂ ਤਾਂ ਮੈਂ ਕੁਛ ਕਰ ਬੈਠਾਂਗੀ। ਮੈਂ ਕੀ ਕਰ ਬੈਠੇਗੀ ਤੂੰ? ਕੀ ਕਰ ਬੈਠੇਗੀ ਉਹ ਦੱਸ ਮੈਨੂੰ, ਕੀ ਕਰ ਬੈਠੇਗੀ ਤੂੰ? ਬੜੀ ਆਈ ਹੈ, ਖਬਰਦਾਰ ਜੇ ਮੇਰੇ ਸਾਹਮਣੇ ਜ਼ੁਬਾਨ ਚਲਾਈ ਹੈ ਤੇ ਬਕਵਾਸ ਨਾ ਕਰਿਆ ਕਰ। ਜੇ ਮਾਮਾ ਜੀ ਮੈਂ ਤੁਹਾਡੀ ਆਪਣੀ ਕੁੜੀ ਹੁੰਦੀ ਤਾਂ ਵੀ ਤੁਸੀਂ ਇਦਾਂ ਹੀ ਕਰਦੇ, ਬਗਾਨੀਆਂ ਤਾਂ ਬਗਾਨੀਆਂ ਹੀ ਹੁੰਦੀਆਂ ਨੇ। ਨਹੀਂ ਕੁੜੀਏ, ਸਮਝਾ ਇਹਨੂੰ। ਜਿੱਦ ਛੱਡੋ ਤੁਸੀਂ ਵੀ, ਤੁਹਾਨੂੰ ਪਤਾ ਤਾਂ ਹੈ ਵੀ ਉਹਨੇ ਮੰਨਣਾ ਤਾਂ ਹੈ ਨੀ, ਨਾਲੇ ਵਿਆਹ ਤੋਂ ਬਾਅਦ ਮੁੰਡੇ ਸੁਧਰ ਜਾਂਦੇ ਹੁੰਦੇ ਨੇ। ਇੱਕ ਗੱਲ ਤਾਂ ਸੋਚੋ, ਮੁੰਡਾ ਕਿੱਡੀ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੈ। ਨਾ ਇਹ ਤਾਂ ਨਿਆਣੀ ਹੈ, ਤੇਰੀ ਅਕਲ ਨੂੰ ਕੀ ਹੋਇਆ? ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਕਿ ਨਿਹਾਲ ਦਾ ਰਿਸ਼ਤਾ ਮੈਂ ਆਪਣੀ ਧੀ ਬਾਰੇ ਮੰਗਿਆ ਹੈ, ਜਿਹੜੀ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੇ ਬਿਠਾਇਆ ਨਾ, ਤੇ ਉਸੇ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੋਂ ਪੁੰਜੇ ਲਾ ਕੇ ਰੱਖ ਦੇਣਾ। ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਊਂਗਾ? ਧੰਨ ਭਾਗ ਸਾਡੇ,
ਤੁਸੀਂ ਸਾਡੇ ਘਰ ਚਰਨ ਪਾਏ? ਜੀ ਭੈਣ ਜੀ, ਗੱਲ ਕਰਨੀ ਸੀ। ਇਹ ਇੱਧਰ ਉੱਧਰ ਕੀ ਵੇਖ ਰਹੇ ਹੋ? ਗੱਲ ਹੀ ਹੋ ਜੀ, ਕੋਈ ਸੁਣ ਨਾ ਲਵੇ। ਅਸੀਂ ਆਪਣੀ ਸਪਨਾ ਦਾ ਰਿਸ਼ਤਾ ਤੁਹਾਡੇ ਨਿਹਾਲ ਨਾਲ ਕਰਨਾ ਚਾਹੁੰਦੇ। ਮੈਂ ਕੁਝ ਸਮਝੀ ਨਹੀਂ। ਮੈਂ ਵੀ ਨਹੀਂ ਸੀ ਸਮਝਿਆ। ਬਈ ਨਿਹਾਲ ਜਿੰਨਾ ਮਰਜ਼ੀ ਨਿਖੱਦ ਹੋਵੇ ਪਰ ਮੁੰਡਾ ਤਾਂ ਚੰਗਾ, ਉਹ ਤਾਂ ਸਾਡੀ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਸੀ। ਅਸੀਂ ਵਿਚਾਰ ਕੀਤਾ ਕਿ ਬਈ ਆਪਣੀ ਸਪਨਾ ਦਾ ਹੱਥ ਤੁਹਾਡੇ ਨਿਹਾਲ ਦੇ ਹੱਥ 'ਚ ਦੇ ਦੇਣਾ, ਬਸ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ। ਪਰ ਮੈਂ ਇੱਕ ਵਾਰੀ ਨਿਹਾਲ ਨੂੰ ਪੁੱਛ ਤਾਂ ਲਵਾਂ। ਨਿਹਾਲ ਤੇ ਮੈਂ ਇੱਕ ਫੈਸਲਾ ਲਿੱਤਾ ਕਿ ਅਸੀਂ ਜ਼ਿੰਦਗੀ 'ਚ ਇੰਨੀ ਦੂਰ ਨਿਕਲ ਜਾਈਏ ਕਿ ਕਦੇ ਵੀ ਇਹ ਜ਼ਿੰਦਗੀ ਦਾ ਸਫ਼ਰ ਮੁੱਕੇ ਨਾ। ਮੈਂ ਹਮੇਸ਼ਾ ਉਹਦੇ ਲਈ ਭਿੰਡੀਆਂ ਬਣਾਵਾਂ ਤੇ ਉਹ ਮੇਰੇ ਲਈ ਖੇਤਾਂ 'ਚੋਂ ਮੂਲੀਆਂ ਪੱਟ ਕੇ ਲਿਆਵੇ। ਮੈਨੂੰ ਲੱਗਦਾ ਸ਼ਿਕਾਇਤ ਲੈ ਕੇ ਆਈ ਆ। ਸਰਪੰਚ ਸਾਹਿਬ, ਮੈਂ ਇਹਨੂੰ ਛੇੜਿਆ ਨਹੀਂ ਜੀ, ਇਹਦੇ ਸਾਈਕਲ ਦਾ ਪੈਡਲ ਢਿੱਲਾ ਹੋ ਗਿਆ ਸੀ। ਮੈਂ ਤੈਨੂੰ ਲਿਫਟ ਵੀ ਦਿੱਤੀ ਆ, ਪੁੱਛ ਲਓ ਇਹਨੂੰ। ਨਿਹਾਲ, ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ? ਇੱਧਰ ਆ ਤੂੰ ਮੇਰੇ ਨਾਲ, ਮੈਂ ਕੋਈ ਇੱਥੇ ਤੇਰੀ ਸ਼ਿਕਾਇਤ ਥੋੜੀ ਨਾ ਲੈ ਕੇ ਆਈ ਹਾਂ। ਪਰ ਸਾਡੇ ਘਰੇ ਤਾਂ ਜਦੋਂ ਵੀ ਕੋਈ ਆਇਆ ਸਾਲੇ ਸ਼ਿਕਾਇਤਾਂ ਹੀ ਲੈ ਕੇ ਆਏ ਨੇ। ਮਾਮਾ ਜੀ ਇੱਥੇ ਆਪਣੇ ਵਿਆਹ ਦੀ ਗੱਲ ਕਰਨ ਆਏ। ਆਪਣੇ ਵਿਆਹ ਦੀ ਗੱਲ? ਹਾਂਜੀ। ਲੈ ਸਰਪੰਚ ਸਾਹਿਬ, ਮਿਹਨਤ ਵਾਲੀ ਗੱਲ ਆ ਜੀ, ਸਾਨੂੰ ਬਾਈ ਘੰਟ ਵਾਲੀ ਸਜ਼ਾ ਦੇ ਦਿਓ। ਸਾਡੇ ਨਾ ਕੋਈ ਆਵੇ ਨਾ ਕੋਈ ਜਾਵੇ, ਪਰ ਏਡਾ ਵੱਡਾ ਸਜ਼ਾ ਦਾ ਢੋਲ ਲਾ ਦਿਓ ਜੀ, ਪਲੀਜ਼। ਨਿਹਾਲ, ਤੂੰ ਮੈਨੂੰ ਕਿਹਾ ਸੀ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਤੇ ਤੇਰੇ ਹੱਥ ਦੀਆਂ ਭਿੰਡੀਆਂ ਵੀ ਖਾਣਾ ਚਾਹੁੰਦਾ। ਉਹ ਭਿੰਡੀਆਂ ਦਾ ਮਤਲਬ ਤੂੰ ਵਿਆਹ ਕੱਢ ਲਿਆ? ਕਮਲੀ, ਇੰਨੀ ਛੇਤੀ ਤਾਂ ਕੋਈ ਭਿੰਡੀਆਂ ਧਰਦਾ ਨਹੀਂ, ਤੂੰ ਵਿਆਹ ਧਰੀ ਬੈਠੀ ਹੈ। ਅੱਛਾ, ਮੇਰੀ ਗੱਲ ਸੁਣ, ਦੇਖ ਤੂੰ ਮੇਰੀ ਵੱਡੀ ਭੈਣ ਵਰਗੀ ਹੈ। ਨਿਹਾਲ, ਮੇਰੀ ਇਹ ਗੱਲ ਸੁਣ ਲਾ, ਮੈਂ ਨਹੀਂ ਵਿਆਹ ਕਰਾਉਣਾ ਹੈਗਾ। ਪਰ ਦੱਸ, ਕਮੀ ਕੀ ਹੈ ਮੇਰੇ 'ਚ? ਕੋਈ ਕਮੀ ਨਹੀਂ, ਸਗਾ ਤੋਂ 35-40 ਕਿਲੋ ਫਾਲਤੂ ਆ। ਮੇਰੀ ਇਹ ਗੱਲ ਸੁਣ ਲਾ, ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ। ਪਰ ਕਿਉਂ ਨਹੀਂ ਹੋ ਸਕਦਾ? ਮੈਂ ਕਿਸੇ ਹੋਰ ਨੂੰ ਪਿਆਰ ਕਰਦਾ। ਕਹਿ ਦੇ ਕਿ ਝੂਠ ਹੈ। ਐਂ ਕਿਵੇਂ ਕਹਿੰਦਾ ਝੂਠ ਹੈ? ਉਹ ਕੁੜੀ ਮੇਰਾ ਰੱਬ ਹੈ, ਮੇਰਾ ਸੱਚਾ ਪਿਆਰ ਹੈ, ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ। ਇਹ ਸੋਨੇ ਵਰਗੀ ਪਵਿੱਤਰ ਦੇਹ ਉਸ ਦੀ ਹੋ ਚੁੱਕੀ ਹੈ। ਕੌਣ ਹੈ ਉਹ? ਦੱਸ ਮੈਨੂੰ, ਜਿਹਨੇ ਸੋਨੇ ਵਰਗੀ ਦੇਹ ਮੇਰੇ ਤੋਂ ਖੋਲੀ, ਕੌਣ ਹੈ ਉਹ? ਦੱਸ ਮੈਨੂੰ, ਕੌਣ ਹੈ ਉਹ? ਤੈਨੂੰ ਦੱਸ ਕੇ ਕੁੜੀ ਮਰਾਉਣੀ ਹੈ ਮੈਂ? ਦਿਮਾਗ ਖਰਾਬ ਹੈ ਮੇਰਾ। ਕੀ ਤਮਾਸ਼ਾ ਲਾਇਆ ਤੂੰ? ਜੇ ਤੂੰ ਮੇਰੀ ਕੁੜੀ ਨਾਲ ਵਿਆਹ ਨਹੀਂ ਸੀ ਕਰਾਉਣਾ ਤੇ ਇਹਨੂੰ ਲਾਰਾ ਕਿਉਂ ਲਾਇਆ? ਉਹ ਤਾਂ ਮੈਂ ਸਜ਼ਾ ਤੋਂ ਡਰਦੇ ਨੇ ਤਾਂ ਫਾਇਦਾ ਚੁੱਕ ਲਿਆ ਜੀ। ਤੂੰ ਮੇਰੀ ਕੁੜੀ ਦਾ ਫਾਇਦਾ ਚੁੱਕ ਰਿਹਾ? ਇਹ ਸੁਣਨ ਤੋਂ ਪਹਿਲਾਂ ਮੈਂ ਮਰ ਕੇ ਨਹੀਂ ਗਈ। ਇਹ ਖੜ ਜਾ। ਜੇ ਮੇਰੀ ਭਾਣਜੀ ਨੂੰ ਕੁਝ ਹੋਇਆ ਨਾ ਤਾਂ ਮੈਂ ਤੈਨੂੰ ਨਹੀਂ ਛੱਡਦਾ। ਪੁੱਤਰ, ਸੱਚੀ ਸੱਚੀ ਦੱਸ, ਤੇਰਾ ਕਿਸੇ ਕੁੜੀ ਨਾਲ ਚੱਕਰ ਹੈ? ਕਿੱਦਾਂ ਦੀਆਂ ਗੱਲਾਂ ਕਰਦੀ ਬੇਬੇ? ਜੇ ਇਹ ਗੱਲ ਆ ਤਾਂ ਸਪਨਾ ਨਾਲ ਵਿਆਹ ਕਰਾ ਲਾ, ਕੁੜੀ ਮਾੜੀ ਨਹੀਂ ਆ। ਅੱਛਾ, ਮਾੜੀ ਨਹੀਂ ਬੇਬੇ, ਇਹ ਤਾਂ ਤਕੜੀ ਹੈ। ਨਾਲੇ ਜੇ ਦੁਬਾਰਾ ਮੈਨੂੰ ਇਦਾਂ ਦੀ ਗੱਲ ਕਹੀ ਨਾ, ਮੈਂ ਟੈਂਕੀ ਤੋਂ ਚੜ ਕੇ ਛਾਲ ਮਾਰ ਦੇਣੀ ਆ। ਬਾਈ ਦੇਖੀ, ਚੱਲ ਅੱਜ ਆਪਣੇ ਪਿੰਡ ਤੋਂ ਭਾਗ ਲੱਗ ਜਾਣੇ ਆ, ਅੱਜ ਐਨੇ ਛਾਲ ਮਾਰ ਦੇਣੀ ਆ ਟੈਂਕੀ ਤੋਂ। ਨਾ ਤੀਏ, ਕੰਮ ਨਾ ਕਰੀ। ਮਾਮਾ ਜੀ, ਮੈਂ ਟੈਂਕੀ ਤੋਂ ਛਾਲ ਮਾਰ ਦਿਆਂਗੀ ਜੇ ਮੇਰਾ ਨਿਹਾਲ ਨਾਲ ਵਿਆਹ ਨਾ ਕੀਤਾ ਤਾਂ। ਉਹ ਸਰਪੰਚ ਜੀ, ਇਹ ਨਿਹਾਲ ਉਹ ਸਵੀਟ ਵਾਲਾ, ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ। ਲੈਣ ਤਾਂ ਉਹ ਯਾਰ, ਚੁੱਪ ਕਰ ਯਾਰ, ਇਹਦੇ ਮੇਰਾ ਕੀ ਕਸੂਰ ਆ? ਉਹਨੇ ਕੁੜੀ ਦਾ ਦਿਮਾਗ ਖਰਾਬ ਕਰ ਰੱਖਿਆ। ਪਿਆਰ ਹੀ ਆ ਮਾਮਾ ਜੀ। ਓਏ ਨਾ ਤੀਏ ਨਾ, ਤੈਨੂੰ ਰੱਬ ਦਾ ਵਾਸਤਾ ਛਾੜ ਲਾ ਮਾਰੀ। ਉਹ ਰੁਕ ਜਾ ਕੰਨਿਆ ਕਮਾਦੀਆ, ਰੁਕ ਜਾ। ਉਹਦਾ ਤੂੰ ਮਿੰਦਰੀ ਸੀ ਜਿਹੜਾ ਟੈਂਕੀ ਵਾਲੀ ਧਮਕੀ ਦੇ ਕੇ ਹੇਮਾ ਨਾਲ ਵਿਆਹ ਕਰਾ ਗਿਆ। ਤੈਨੂੰ ਕਿਸੇ ਨੇ ਪੁੱਛਣਾ ਇੱਥੇ? ਪਿੰਡ ਵਾਲਿਓ, ਮੈਂ ਆ ਰਹੀ ਆ। ਇੱਕ, ਦੋ, ਤਿੰਨ। ਉਹ ਰਹਿਣ ਦੇ, ਰਹਿਣ ਦੇ, ਕੁੜੀਆ ਰਹਿਣ ਦੇ। ਤੇਰਾ ਤਾਂ ਮਲਬਾ ਇਕੱਠਾ ਕਰਨ ਨੂੰ ਵੀ 1000 ਬੰਦਾ ਚਾਹੀਦਾ। ਚੁੱਪ ਕਰ ਯਾਰ, ਇਹ ਤੂੰ ਥੱਲੇ ਆ ਜਾ, ਮੈਂ ਵਿਆਹ ਕਰਾਉਂਗਾ ਤੇਰਾ ਨਿਹਾਲ ਨਾਲ। ਪਰ ਉਹ ਕਹਿੰਦਾ ਉਹਦੀ ਜ਼ਿੰਦਗੀ 'ਚ ਕੋਈ ਹੋਰ ਕੁੜੀ ਹੈ। ਓਏ ਨਾ ਤੀਏ ਨਾ, ਓਏ ਤੇਰੇ ਵਰਗੀ ਕਮਲੀ ਰੋਜ਼ ਰੋਜ਼ ਥੋੜਾ ਜੰਮਦੀ ਹੈ, ਜਿਹੜੀ ਨਿਹਾਲ ਵਰਗੇ ਨਿਖੰਦ ਨਾਲ ਪਿਆਰ ਕਰੇ। ਤੂੰ ਥੱਲੇ ਆ ਜਾ। ਬਾਪੂ ਜੀ, ਤੁਸੀਂ ਤਾਂ ਕੁਝ ਬੋਲੋ। ਬਿਲਕੁਲ ਬਿਲਕੁਲ, ਕੁੜੀ ਨੂੰ ਵਿਆਹ ਦਾ ਲਾਰਾ ਲਾਉਣ ਵਾਲੇ ਨੂੰ ਕੁੜੀ ਨਾਲ ਵਿਆਹ ਕਰਾਉਣਾ ਹੀ ਪਊਗਾ। ਨਿਹਾਲ ਦੇ ਘਰ ਚੱਲ ਕੇ ਉਹਦੀ ਬੇਬੇ ਨਾਲ ਫੈਸਲਾ ਕਰਦੇ ਹਾਂ। ਤਾਰੀ ਸਲਿਆ, ਜਦੋਂ ਵੀ ਤੈਂ ਸਲਾਹ ਦਿੱਤੀ ਆ ਨਾ, ਪੁੱਠੀ ਸਲਾਹ ਦਿੱਤੀ ਆ। ਇਹੋ ਜਿਹਾ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ? ਉੱਤੋਂ ਸਾਲਾ ਬਿੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ, ਜਿਹੜਾ ਸਾਲਾ ਆਪਦੀ ਡਰਾਮਾ ਵਰਗੀ ਭਾਣਜੀ ਦਾ ਰਿਸ਼ਤਾ ਲੈ ਕੇ ਮੇਰੇ ਅੱਗੇ ਚੋਬਰ ਜਵਾਨ ਲਈ ਆ ਗਿਆ। ਮੈਂ ਤਾਂ ਹੈਰਾਨ ਆ, ਕਿਹੜਾ ਕਰਾਊ ਇਹੋ ਜਿਹੀ ਨਾ ਵਿਆਹ? ਸਾਲੀ ਕਿਹੋ ਜਿਹੀ ਤਾਂ ਪਈ ਆ। ਬੰਬੋਏ ਬੰਬੋਏ, ਹਟੋ ਇਹਨੂੰ ਨਾ ਦੇਖ। ਤਾਰੀ,
ਤੈਨੂੰ ਸੜਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਕੇ? ਬਈ ਇਹੋ ਜਿਹੀਆਂ 5-7 ਫੋਟੋ ਪ੍ਰਿੰਟ ਕਰਕੇ ਜੇਬ 'ਚ ਪਾਈਆਂ ਹੋਣ ਨਾ ਬੰਦੇ ਦਾ ਹੌਸਲਾ ਹੀ ਹੋਰ ਹੁੰਦਾ ਹੈ। ਡੂ ਵਨ ਥਿੰਗ, 2-3 ਮੇਰੇ ਲਈ ਵੀ ਪ੍ਰਿੰਟ ਕਰ। ਓ ਕਿਉਂ ਓਏ? ਆਈ ਲਾਈਕ ਹਰ, ਮੇਰਾ ਵੀ ਹੌਸਲਾ ਬੁਲੰਦ ਹੋਵੇ। ਐਂਡ ਵਨ ਮੋਰ ਥਿੰਗ, ਆਪਣੇ ਲਈ ਨਾ ਪ੍ਰਿੰਟ ਕਰੀ। ਓ ਕਿਉਂ? ਸ਼ੀ ਇਜ਼ ਮਾਈ ਪਰਸਨਲ ਰਬੀਨਾ ਟੰਡਨ। ਮਾਰ ਕੇ ਰਹਿ ਬਟਣ ਤੇ ਹੱਥ। ਉਹ ਤਾਰੀ, ਨਾ ਕੋਈ ਭਚਾਲ ਨਾ ਕੋਈ ਹੜ, ਆ ਸਾਲੇ ਪਿੰਡ ਵਾਲੇ ਕਿੱਧਰ ਨੂੰ ਉੱਡੜੇ ਜਾਂਦੇ ਨੇ? ਉੱਜੜੇ ਨੀ ਜਾਂਦੇ ਪੁੱਤ, ਤੇਰੇ ਜੌਂ ਟੰਗਣ ਆਉਂਦੇ ਨੇ। ਲੈ ਦੱਸ ਕਿਹੋ ਜਿਹਾ ਮੁੰਡਾ, ਘੱਟੋ ਘੱਟ ਆਪਣੀ ਵਿਧਵਾ ਮਾਂ ਦੀ ਸ਼ਰਮਤਾ ਕਰਨੀ ਚਾਹੀਦੀ ਹੈ। ਕੀ ਹੋਇਆ? ਤੁਹਾਨੂੰ ਨੀ ਪਤਾ ਕੀ ਹੋਇਆ? ਭੈਣ ਜੀ, ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਹਾਲ ਨੂੰ ਮੇਰੀ ਭਾਣਜੀ ਨਾਲ ਵਿਆਹ ਕਰਾਉਣਾ ਪਊ। ਸਾਨੂੰ ਪਤਾ ਕਿਵੇਂ ਦਾ ਹੈ ਟੈਂਕੀ ਤੋਂ ਇਹਨੂੰ, ਸੁਖਰਾ ਸਿਹਤ ਤਾਂ ਦੇਖੋ ਕੰਨਿਆਂ ਦੀ। ਮੇਰੇ ਹੱਥ ਜੋੜ ਕੇ ਬੇਨਤੀ ਆ, ਹੁਣ ਤੁਸੀਂ ਜਾਓ, ਮੈਂ ਆਪੇ ਮੁੰਡੇ ਨੂੰ ਸਮਝਾ ਦੂੰ। ਮੁੰਡੇ ਨੂੰ ਵਿਆਹ ਲਈ ਤਾਂ ਕੀ ਕਹਿਣਾ? ਬੜਾ ਘੱਟ ਹੋਇਆ, ਐਦਾਂ ਕਿੱਦਾਂ ਜਾਈਏ? ਹੁਣ ਤਾਂ ਫੈਸਲਾ ਕਰਕੇ ਜਾਵਾਂਗੇ। ਤੂੰ ਪਰਾਂ ਮਾਰ, ਕਮਾਲ ਹੈ। ਵਲਾ 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 ਬੇਬੇ, ਅੱਜ ਤਾਂ ਜੀ ਨਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ ਹਨਾ। ਕੀੜੀ ਵਾਲਾ ਨੀ, ਕੀੜੀਆਂ ਵਾਲਾ। ਸਮੇਤ ਸਰਪੰਚ ਸਾਹਿਬ, ਰੋਟੀ ਆਪਣੇ ਕਰਨੀ ਅੱਜ? ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਆਰਾਮ ਨਾਲ ਬੋਲੋ ਮਾਮਾ ਜੀ, ਤੁਹਾਡਾ ਹੋਣ ਵਾਲਾ ਜਵਾਈ ਹੈ। ਚੁੱਪ ਕਰ, ਤੈਨੂੰ ਮਾਨੀ ਵਨ ਪ੍ਰੀਤਾ ਮਨੀ ਬੈਠੀ ਹੈ, ਦੱਸ ਇਹਦਾ ਕੀ ਕਰਾਂ? ਮੇਰੀ ਗੱਲ ਸੁਣ ਲਓ ਜੀ, ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ, ਮੇਰੀ ਸੈਟਿੰਗ ਕਿਤੇ ਹੋਰ ਆ। ਕਿਉਂ? ਮੈਂ ਉੱਥੇ ਵਿਆਹ ਕਰਾਉਂ? ਨਿਹਾਲ, ਕਿਉਂ ਝੂਠ ਬੋਲੀ ਜਾਂਦਾ? ਮੈਨੂੰ ਸਭ ਪਤਾ, ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ। ਤਾਈ, ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ, ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈਂ? ਗੇੜਾ ਗੂੜਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਮੈਨੂੰ ਪਤਾ ਵੀ ਇਹ ਝੂਠ ਬੋਲਦਾ। ਲੈ, ਮੈਂ ਕਿਉਂ ਝੂਠ ਬੋਲੂੰਗਾ? ਨਾਲੇ ਮੇਰਾ ਕਿਹੜਾ ਨੌਨ ਮੈਡੀਕਲ ਰੱਖਿਆ ਸੀਗਾ, ਮੈਨੂੰ ਟਾਈਮ ਨਹੀਂ ਲੱਗਿਆ ਕੁੜੀ ਨੇ ਸੈਟਿੰਗ ਕਰਨ ਦਾ। ਨਾਲੇ ਗੱਲ ਸੁਣੋ ਤੁਸੀਂ ਮੇਰੀ, ਸਾਰੇ ਜਣੇ ਬਾਹਰ ਨਿਕਲੋ, ਦਫਾ ਹੋ ਜਾਓ, ਮੇਰੀ ਬੇਬੇ ਸਾਹਮਣੇ ਆਲਤੂ ਫਾਲਤੂ ਬਕਵਾਸ ਨਹੀਂ ਕਰਨੀ ਹੈਗੀ। ਉਹ ਬਕਵਾਸ ਕਿਉਂ ਨਾ ਕਰੋ? ਹੈਗੀ ਐ ਤਾਂ ਦੱਸ ਫੇਰ। ਕੌਣ ਆ ਉਹ? ਨਾ ਕੀ ਕਰਦੀ ਹੈ? ਫਿਲਮਾਂ ਚ ਕੰਮ ਕਰਦੀ ਆ, ਰਾਣੀ ਮੁਖਰਜੀ ਆ। ਦੱਸ, ਰਾਣੀ ਮੁਖਰਜੀ ਨਾਲ ਤਾਂ ਤੇਰਾ ਯੋਗ ਹੀ ਬੰਦਾ, ਨਾ ਤੁਹਾਡੀਆਂ ਕੁੰਡਲੀਆਂ ਮਿਲਣ। ਉਹ ਬੰਗਾਲਾ, ਤੂੰ ਪੰਜਾਬੀ? ਸਾਲਿਓ, ਤੁਸੀਂ ਕਦੇ ਹਿੰਦੁਸਤਾਨ ਨੂੰ ਇੱਕ ਨਾ ਹੋਣ ਦਿਓ। ਪਹਿਲਾਂ ਜਾਤਾਂ ਪਾਤਾਂ ਚ ਪਾ ਕੇ ਬਣਤਾ, ਹੁਣ ਸੂਬੇ ਨਹੀਂ ਇਕੱਠੇ ਹੋਣ ਦਿੰਦੇ। ਚੱਕ ਲਓ ਬੜਤ ਨੂੰ। ਭੁੱਸਿਆ ਫਿਰਦਾ ਖੜ। ਬਹੁਤੀਆਂ ਉਰਲੀਆਂ ਪਰਲੀਆਂ ਨਾ ਮਾਰ ਓਏ, ਸਿੱਧਾ ਹੋ ਕੇ ਮੇਰੀ ਭਾਣਜੀ ਨਾਲ ਵਿਆਹ ਕਰਾ ਲੈ। ਪੁੱਤਰ, ਜੇ ਕੋਈ ਕੁੜੀ ਨਹੀਂ ਹੈਗੀ ਤਾਂ ਤੂੰ ਝੂਠ ਕਿਉਂ ਬੋਲੀ ਜਾਂਦਾ? ਹੈ ਬੇਬੇ, ਹੈ। ਜੇ ਤੇਰੀ ਗੱਲ ਬਾਤ ਕੁੜੀ ਨਾਲ ਹੈ ਤੇ ਫੋਟੋ ਇਹਦੇ ਕੋਲ ਕੀ ਕਰਦੀ ਹੈ? ਜੜਾ ਉਹਨੂੰ ਦਿੱਤੀ ਸੀ। ਮੇਰੀ ਸ਼੍ਰੀਮਤੀ ਸਤਿਕਾਰਯੋਗ ਭਾਬੀ ਦੀ ਫੋਟੋ ਹੈ, ਜੜਾਉਣੀ ਹੈ। ਲੈ, ਫੋਟੋ ਦਾ ਕੀ ਹੈ? ਜਣਾ ਖਣਾ ਚੱਕੀ ਫਿਰਦਾ। ਤੈਨੂੰ ਬੜਾ ਹਿਸਾਬ ਹੈ ਤਾਈ, ਕਿੱਥੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ? ਮੈਂ ਤੈਨੂੰ ਤਾਂ ਕਹਿ ਰਿਹਾ ਨਿਹਾਲ, ਤੂੰ ਉਹਦੇ ਨਾਲ ਗੱਲ ਕਰਾ ਸਾਡੀ। ਕਹਿੰਦੇ ਯਾਰ ਦਾ ਆਪਰੇਸ਼ਨ ਹੋਇਆ, ਤੂੰ ਤਾਂ ਕਹਿ ਰਿਹਾ ਹੈ। ਕਰਾਊਂ ਕਰਾਊਂ ਤਾਈ, ਕਰਾਊਂਗਾ, ਤੇਰੀ ਤਾਂ ਕਦੇ ਲੰਮੀ ਗੱਲ ਕਰਾਊਂਗਾ। ਕਦੇ ਕਿਉਂ, ਹੁਣੇ ਕਰਾ ਨਾ। ਐ ਕਿਵੇਂ ਕਰਾ ਦਿਆ? ਕੈਨੇਡਾ ਚ ਰਹਿੰਦੀ ਆ, ਅਗਲੀ ਅੰਗਰੇਜ਼ੀ ਬੋਲਦੀ ਆ। ਬੋਲਦੀ ਕੀ ਆ, ਅੰਗਰੇਜ਼ੀ ਤਾਂ ਲਾ ਲਾ ਕੇ ਰੱਖਦੀ ਆ। ਆਉਂਦੀ ਆ ਕਿਸੇ ਨੂੰ ਅੰਗਰੇਜ਼ੀ? ਸਾਲੇ ਦੇਸੀ ਇਕੱਠੇ ਹੋਏ ਨੇ, ਦੇਸੀ ਡਿਪਾਰਟਮੈਂਟ। ਓਏ, ਅੰਗਰੇਜ਼ੀ ਤਾਂ ਤੈਨੂੰ ਵੀ ਨਹੀਂ ਆਉਂਦੀ, ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ ਚ? ਪਿਆਰ ਕੀਤਾ ਕਦੇ ਵੀਰੇ? ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ, ਪਿਆਰ ਦੀ ਵੀ ਇੱਕ ਭਾਸ਼ਾ ਹੁੰਦੀ ਆ। ਇੱਥੋਂ ਕੀਤਾ ਜਾਂਦਾ ਪਿਆਰ ਇੱਥੋਂ, ਦਿਲੋਂ ਕੀਤਾ ਜਾਂਦਾ ਪਿਆਰ ਜਜ਼ਬਾਤਾਂ ਦੇ ਨਾਲ। ਇਨਕਲਾਬ! ਜਜ਼ਬਾਤਾਂ ਤੇ ਕਾਬੂ ਰੱਖ ਤਾਰੀ। ਗੱਲ ਸੁਣ ਓਏ ਨਿਹਾਲ, ਓਏ ਸੁਣ ਓਏ ਮੁੰਡਿਆ, ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ। ਜੇ ਤੇਰਾ ਕਿਸੇ ਕੁੜੀ ਦੇ ਨਾਲ ਚੱਕਰ ਹੈ ਤੇ ਉਹਨੂੰ 1 ਮਹੀਨੇ ਦੇ ਅੰਦਰ ਅੰਦਰ ਸਾਰੇ ਪਿੰਡ ਦੇ ਸਾਹਮਣੇ ਇੱਥੇ ਲੈ ਕੇ ਆਈ, ਨਹੀਂ ਤਾਂ ਮੇਰੀ ਭਾਣਜੀ ਸਪਨਾ ਨਾਲ ਚੁੱਪ ਚਾਪ ਵਿਆਹ ਕਰਾਈ। ਔਰ ਇਸ ਗੱਲ ਦਾ ਗਵਾਹ ਸਾਰਾ ਪਿੰਡ ਹੈ। ਕਿਉਂ ਬਈ, ਠੀਕ ਹੈ ਨਾ? ਬਿਲਕੁਲ ਠੀਕ ਹੈ, ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ। ਯੂੰ ਕਾਕਾ, ਇੱਥੇ ਆਉਂਦੇ ਫਿਰ ਇਸ ਗੱਲ ਤੇ।
ਚਲੋ ਚਲੋ ਵੀ ਚਲੋ ਚਲੋ ਬਈ ਚਲੋ ਦੇਖਦੇ ਆ ਕਿਵੇਂ ਇਧਰ ਆ ਜੇ जे जी मां ओह जा पुत तुसी दोवे मां पुत्ता ने सारे पिंड च साडी नक वड़ा के रख दी शुगर है बेबे सुती पई है नहीं तो सारी पीती ले जानी थी ਹੋਰ ਕੀ ਲੁਕੋਏਗਾ ਤੂੰ ਮੈਥੋਂ ਬੇਬੇ ਉਹ ਤਾਰੀ ਦੇ ਰਿਸ਼ਤੇਦਾਰ ਆਏ ਸੀਗੇ ਤਾਰੀ ਨੇ ਪੀਣੀ ਨਹੀਂ ਸੀ ਮੈਨੂੰ ਸਾਰੇ ਧੱਕੇ ਨਾਲ ਬੁਲਾ ਦੀ ਪੁੱਤ ਤੂੰ ਗੱਲ ਗੱਲ ਤੇ ਝੂਠ ਬੋਲਦਾ ਕਿੰਨੇ ਕੁ ਝੂਠ ਬੋਲੇਗਾ ਮੇਰੇ ਕੋਲੇ ਹੈ ਕੋਈ ਕੁੜੀ ਹੈ ਤੇਰੀ ਜ਼ਿੰਦਗੀ ਚ ਸੱਚ ਦੱਸ ਦੇ ਪੁੱਤ ਬੇਬੇ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਨਹੀਂ ਹੈਗਾ ਬੇਬੇ ਉਸ ਪੁੱਤ ਦੀ ਕੀ ਜ਼ਿੰਦਗੀ ਆ ਜਿਹਦੀ ਮਾਂ ਨੂੰ ਉਸ ਤੇ ਯਕੀਨ ਹੀ ਨਹੀਂ ਹੈਗਾ ਮੈਂ ਕੱਲ ਨੂੰ ਜਾ ਕੇ ਕੁੜੀ ਲੈ ਕੇ ਆਊਂਗਾ ਸਭ ਤੋਂ ਪਹਿਲਾਂ ਤੈਨੂੰ ਹੀ ਦਿਖਾਊਂਗਾ ਪਿੰਡ ਵਾਲਿਆਂ ਨੂੰ ਤਾਂ ਸਾਲਿਆਂ ਨੂੰ ਬਾਅਦ ਚ ਦਿਖਾਊਂਗਾ ਸਵੇਰੇ ਉੱਠ ਕੇ ਤੈਨੂੰ ਯਾਦ ਵੀ ਰਹੂਗਾ ਨਹੀਂ ਤਾਂ ਪੂਰੇ ਪਿੰਡ ਵਾਲੇ ਮੈਨੂੰ ਤਾਨੇ ਮਾਰ ਮਾਰ ਕੇ ਮਾਰ ਦੇਣਗੇ ਯਾਦ ਰਹੂਗਾ ਬੇਬੇ ਤੂੰ ਪਲੀਜ਼ ਸੌ ਜਾ ਰੱਖ ਸਿਰ ਤੇ ਹੱਥ ਲੈ ਬੇਬੇ ਆਪਦੇ ਨੀ ਮੇਰੇ ਲੈ ਬੇਬੇ ਹੁਣ ਠੀਕ ਆ ਬਸ ਖਾ ਸੌ ਕਿ ਕੱਲ ਨੂੰ ਕੁੜੀ ਨੂੰ ਲੈ ਕੇ ਆਏਗਾ ਲੈ ਕੇ ਆਊਂਗਾ ਬੇਬੇ ਤੂੰ ਸੌ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭ ਚ ਪੀਟ ਵਾਲੇ ਨਿਹਾਲ ਦੇ ਘਰ ਪਹੁੰਚਾਉਣ ਦੀ ਕਿਰਪਾਲਤਾ ਕਰਨ ਉਹਨਾਂ ਦੀ ਮਾਤਾ ਸਾਰਿਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੇਰਾ ਪੁੱਤ ਝੂਠਾ ਨਹੀਂ ਉਹ ਉਹਨਾਂ ਦੀ ਨੂੰਹ ਨੂੰ ਲੈਣ ਲਈ ਕੈਨੇਡਾ ਜਾ ਰਿਹਾ ਹੈ ਭੈਣ ਜੀ ਨਿਹਾਲ ਕੁੜੀ ਜ਼ਰੂਰ ਲੈ ਕੇ ਆਊਗਾ ਰਾਤੀ ਉਹਨੇ ਮੇਰੇ ਸਿਰ ਤੇ ਹੱਥ ਰੱਖ ਕੇ ਸੌ ਖਾਧੀ ਆ ਰੱਬ ਕਰੇ ਤੇਰੀ ਗੱਲ ਸੱਚੀ ਹੋਵੇ ਨਿਹਾਲ ਵੇ ਆ ਗਈ ਤੈਨੂੰ ਜਾਗ ਗੁੱਡ ਮਾਰਨਿੰਗ ਪੁੱਤ ਮਾੜਾ ਜਿਹਾ ਦੱਸੀ ਇਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਨਾਲ ਝੂਠੀ ਬਣਾਤਾ ਸੀ ਕਿ ਤੂੰ ਮੇਰੀ ਨੂੰਹ ਨੂੰ ਲੈ ਕੇ ਆਏਗਾ ਸਾਲੇ ਪਿੰਡ ਵਾਲੇ ਮੇਰੀ ਹਰ ਗੱਲ ਨੂੰ ਪਤਾ ਨਹੀਂ ਕਿਉਂ ਸੀਰੀਅਸਲੀ ਲੈ ਜਾਂਦੇ ਨੇ ਨਿਹਾਲ ਪੁੱਤ ਤੂੰ ਚੁੱਪ ਕਿਉਂ ਆ ਦੱਸ ਨਾ ਇਹਨਾਂ ਨੂੰ ਕਿ ਤੂੰ ਮੇਰੀ ਨੂੰਹ ਜ਼ਰੂਰ ਲੈ ਕੇ ਆਏਗਾ ਉਹ ਨਿਆਣੇ ਬੋਲਦਾ ਕਿਉਂ ਨਹੀਂ ਬੋਲਦਾ ਸਹੀ ਬਣ ਗਿਆ ਹਾਂ ਹਾਂ ਲੈ ਕੇ ਆਊਂਗਾ ਸੁਣ ਲਿਆ ਸਾਰੇ ਪਿੰਡ ਨੇ ਮੇਰਾ ਪੁੱਤ ਨੂੰ ਜ਼ਰੂਰ ਲੈ ਕੇ ਆਊਗਾ ਨਾਲੇ ਜਾ ਕੇ ਸਰਪੰਚ ਨੂੰ ਕਹਿ ਦੋ ਕਿ ਆਪਦੀ ਭਾਣਜੀ ਵਾਸਤੇ ਕੋਈ ਹੋਰ ਮੁੰਡਾ ਲੱਭ ਲਵੇ ਜਿਉਂਦਾ ਰਹਿ ਪੁੱਤ ਜਿਉਂਦਾ ਰਹਿ ਆਪਣੇ ਹੱਥੀ ਮਾਰ ਕੇ ਬੇਬੇ ਕਹਿੰਦੀ ਆ ਜਿਉਂਦਾ ਰਹਿ ਤਾਰੀ ਕਿੱਥੇ ਆ ਤੂੰ ਸਾਲਿਆ ਉਹ ਸਾਲਿਆ ਤੈਨੂੰ ਕੋਈ ਆਸੇ ਪਾਸੇ ਦੀ ਕੁੜੀ ਨੀ ਲੱਭੀ ਸਾਲਿਆ ਜੇ ਆਸੇ ਪਾਸੇ ਵਾਲੇ ਕਿਸੇ ਕੁੜੀ ਤੇ ਅੱਖ ਰੱਖ ਲਈ ਨਾ ਪਿੰਡ ਵਾਲਿਆਂ ਨੇ ਮਾਰ ਮਾਰ ਕੇ ਆਪਣੇ ਪਾਸੇ ਬਿਠਾ ਦੇਣੇ ਨੇ ਹਮੇਸ਼ਾ ਦੂਰ ਦੂਰ ਦੀ ਸੋਚੋ ਮੈਂ ਬੇਬੇ ਜੀ ਸੌ ਖਾਲੀ ਆ ਉੱਤੋਂ ਤੂੰ ਸਾਲਿਆ ਪਿੰਡ ਵਾਲਿਆਂ ਨੂੰ ਕੁੜੀ ਦੀ ਇਹੋ ਜਿਹੀ ਫੋਟੋ ਦਿਖਾਈ ਆ ਜਿਹਦਾ ਨਾ ਕੋਈ ਆਤਾ ਨਾ ਕੋਈ ਪਤਾ ਹੁਣ ਇੱਥੇ ਬੈਠਾ ਚਵਲ ਮਾਰੀ ਜਾਂਦਾ ਵਾ ਕੁੜੀ ਲੱਭ ਕੁੜੀ ਜਸਨੀਤ ਉਹ ਕਰਦਾ ਆ ਲੈ JASNEET ਜਸਨੀਤ ਓਏ ਕੀ ਪਾ ਓਏ ਆ ਲੈ ਖਸਮਾ ਇੱਕ ਹੀ ਟੀ ਇਹ ਆ ਲੈ ਆ ਤਾਂ ਧੋਖਾ ਹੋ ਗਿਆ ਓਏ ਸਾਰੀ ਸਰਦਾਰ ਨਿਕਲ ਜਾਂਦੇ ਨੇ ਉਹ ਸਾਲਿਆ ਸਿੰਘ ਨੀ ਕੌਰ ਪਾ ਆ ਲੈ KAUR ਆ ਲੈ ਆ ਗਈ ਓਏ ਨਿਕਲੇ ਤੇਰੀ ਭਰਜਾਈ ਮੈਂ ਮੇਰੇ ਮਤਲਬ ਮੇਰੀ ਭਰਜਾਈ ਸਟੇਟਸ ਸਿੰਗਲ ਜਸਨੀਤ ਕੌਰ UBC ਦੀ ਪੜ੍ਹੀ ਹੋਈ ਮਿਲੀਨੀਅਰ ਦੀ ਕੁੜੀ ਮਿਲੀਨੀਅਰ ਸਲਮ ਡੌਗ ਮਿਲੀਨੀਅਰ ਦੀ ਭਤੀਜੀ ਅੱਛਾ ਆਏ ਹਾਏ ਬੰਬ ਪਟਾਕਾ ਮੇਰਾ ਮਤਲਬ ਦੁਬਾਲੀ ਨੂੰ ਚਲਾਉਣਾ ਪਸੰਦ ਕਰਦੀ ਹੈ ਲਿਖਿਆ ਹੋਇਆ ਅਗਲੀ ਨੇ ਪਰ ਤਾਰੀ ਮੈਂ ਕੈਨੇਡਾ ਕਿਵੇਂ ਜਾਊਂਗਾ ਯਾਰ ਸਮੁੰਦਰ ਚ ਟਿਊਬ ਸਿੱਟ ਕੇ
ਸਾਲਿਆ 50 ਏਜੰਟ ਜਾਣਦੇ ਨੇ ਮੈਨੂੰ ਉਹ ਕੀ ਰਗੜ ਕੇ ਗੋਡਿਆਂ ਤੇ ਲਾਉਣੇ ਨੇ ਤੂੰ ਬਸ ਪੈਸਾ ਇਕੱਠਾ ਕਰ 7.5 ਲੱਖ ਰੁਪਇਆ ਹੈਗਾ ਪੈਸੇ ਤਾਂ 8 ਲੱਖ ਹੈਗੇ ਯਾਰ ਪਰ ਉਹ ਤਾਂ ਮੈਂ ਜੌਂਡੀਅਰ ਲਈ ਰੱਖੇ ਫਿਰ ਜੌਂਡੀਅਰ 'ਤੇ ਚਲਾ ਜਾਈ 10,000 ਸਾਲਿਆ ਪੈਸੇ ਤਾਂ ਹੈ ਗਿਆ ਫਿਰ ਚਲ ਜੂੰਗਾ ਬਸ ਫਿਰ ਪੈਸਾ ਤਾਂ ਬੜਾ ਨਾਲ ਦੀ ਨਾਲ ਸਮਝ ਲੈ ਜਹਾਜ਼ 'ਤੇ ਕੱਪੜਾ ਵੱਜ ਗਿਆ ਜਸਨੀਤ ਕੌਰ ਨਿਹਾਲ ਸਿੰਘ ਆ ਰਿਹਾ ਜਾਣ ਕੇ ਖੁਸ਼ੀ ਹੋਊਗੀ ਕਿ ਜੱਟ ਚੱਲਿਆ ਕੈਨੇਡਾ ਪਿੰਡ ਦੀ ਨੂੰਹ ਲੈਣ ਪਿੰਡ ਦੀ ਨੀ ਮੇਰਾ ਮਤਲਬ ਘਰ ਦੀ ਨੂੰਹ ਨੂੰ ਘਰ ਦੀ ਨੂੰਹ ਲੈਣ ਮੇਰਾ ਮਤਲਬ ਹਾਲੇ ਵੀ ਹੈਗਾ ਟਾਈਮ ਮੇਰੀ ਮੰਨੇ ਤਾਂ ਮੰਗ ਲੈ ਪਿੰਡ ਵਾਲਾ ਤੋਂ ਮਾਫੀ ਮਾਫੀਆਂ ਤਾਂ ਸਾਰੇ ਪਿੰਡ ਵਾਲੇ ਮੈਥੋਂ ਮੰਗਣਗੇ ਕਹਿਣਗੇ ਵੀ ਨਿਹਾਲ ਸਿਆ ਤੂੰ ਸੱਚਾ ਸੀ ਤੇ ਅਸੀਂ ਝੂਠੇ ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ 5-6 ਵੀ ਨਹੀਂ ਆਉਂਦੀ ਕੁੜੀ ਕਿੱਥੋਂ ਆਜੂ ਸ਼ੁਕਰ ਦਾ ਤਾਂ ਨੀਚੇ ਬੈਠਾ ਸ਼ੁਕਰ ਬਿਠਾਵਾਂਗੀ ਥੱਲੇ ਹੋਰ ਉੱਤੇ ਕਿਵੇਂ ਬਹਿਜੂ ਪਰਸੋਂ ਆਏ ਸੋਫੇ ਤੇ ਕੱਪੜਾ ਚੜ੍ਹਿਆ ਐਂ ਕਿਵੇਂ ਬਹਿਜੂਗਾ ਐਂਡ ਯੂ ਮਿਸਟਰ ਅਨਮੋਲ ਸਿੰਘ ਲਿਸਨ ਆਈ ਗੋ ਕੈਨੇਡਾ ਐਂਡ ਬ੍ਰਿੰਗ ਯੂਰ ਪਾਬੀ ਨਾਲੇ ਤੂੰ ਉਹ ਪੜਤਾ ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਹਰੇ ਲਾਇਆ ਨਾ ਜੱਟ ਨੇ ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ ਪੰਡ ਤੈਨੂੰ ਮੰਦਾ ਨਹੀਂ ਬੋਲੀਦਾ ਇੱਥੇ ਹੀ ਭਸਮ ਹੋ ਜਾਏਗਾ ਪੰਚਾਇਤ ਚੱਲ ਫੇੜੇ ਨਾ ਖਾਲੀ ਮੈਥੋਂ ਚਲੋ ਤਾਰੀ ਚੱਲੀਏ ਖੋਲ ਘੋੜੀ ਤੇ ਚੱਕ ਬਦੂਖ ਚੱਲੀਏ ਜਾਉਣੇ ਮੋੜ ਤਿਆਰੀ ਅੱਡੀ ਝੜਦੇ ਜੱਟ ਨੇ ਮਾਰੀ ਧਮਕ ਪੈਂਦੀ ਪੌੜ ਦੀ ਹਟ ਉੜ ਕੇ ਵਿੱਚ ਹਵਾ ਦੇ ਯਾਰੋ ਘੋੜੀ ਜਾਉਣੇ ਮੋੜ ਦੀ ਨਿਹਾਲ ਸਿੰਘ ਜੀ ਵੈਲਕਮ ਟੂ ਕੈਨੇਡਾ ਜੀ ਓਏ ਹੋਏ ਕਿੰਨੀ ਸਫਾਈ ਆ ਆਹ ਤਾਂ ਸਾਲਾ ਮੈਨੂੰ ਕੈਨੇਡਾ ਦਾ ਤਿਰੰਗਾ ਲੱਗਦਾ ਹੈ ਬਈ ਭੀੜ ਵੀ ਬਹੁਤ ਹੈ ਪਰ ਕਮਾਲ ਦੀ ਗੱਲ ਯਾਰ ਇੰਨੀਆਂ ਗੋਰੀਆਂ ਚਿੱਟੀਆਂ ਮੇਮਾਂ ਦੇ ਵਿੱਚ ਮੈਨੂੰ ਮੇਰੇ ਵਾਲੀ ਮੇਮ ਕਿਵੇਂ ਲੱਭੂਗੀ ਆਈ ਮੀਨ ਟੂ ਸੇ ਮੇਰੀ ਗੂਗਲ ਵਾਲੀ ਜਸਨੀਤ ਕੌਰ ਉਹ ਲੱਭ ਜਾ ਮੇਰਿਆ ਪਟੋਲਿਆ ਗੱਲ ਯਾਦ ਰੱਖਿਓ ਐਤਕੀ ਤਾਂ ਤੁਸੀਂ ਲਾ ਕੇ ਮੈਨੂੰ ਮੁੜ ਜਾਣਾ ਪਰ ਥੋੜੇ ਦਿਨਾਂ ਤੱਕ ਮੈਨੂੰ ਵਾਪਸ ਛੱਡ ਕੇ ਆਉਣਾ ਏਅਰਪੋਰਟ ਤੇ ਪਰ ਉਸ ਟਾਈਮ ਮੈਂ ਇਕੱਲਾ ਨਹੀਂ ਦੁਕੱਲਾ ਦੁਕੱਲਾ ਮਤਲਬ ਦੋ ਜਣੇ ਹੋਵਾਂਗੇ ਅਸੀਂ ਯਾਰ ਤਾਰੀ ਨੇ ਆਪਦੇ ਚਾਚੇ ਢੀਂਡਸਾ ਸਾਹਿਬ ਦਾ ਐਡਰੈਸ ਦੇ ਕੇ ਭੇਜ ਤਾਂ ਦਿੱਤਾ ਪਰ ਹੈ ਤਾਂ ਸਾਲਾ ਤਾਰੀ ਵੀ ਮੇਰੇ ਵਰਗਾ ਝੂਠਾ ਹੀ ਕਿਤੇ ਐਡਰੈਸ ਗਲਤ ਨਾ ਨਿਕਲ ਜੇ ਬਈ ਆਹ ਕੌਣ ਪਟੋਲਾ ਜਾ ਤੁਰਿਆ ਫਿਰਦਾ ਕਿਤੇ ਤਾਰੀ ਦੀ ਭੈਣ ਭੂਣ ਨਾ ਨਿਕਲਿਆ ਵੇ ਚਲੋ ਗੱਲ ਕਰਕੇ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢੀਂਡਸਾ ਸਾਹਿਬ ਦਾ ਘਰੇ ਹੀ ਆ ਜੀ ਹਾਂਜੀ ਇਹੀ ਆ ਪਰ ਤੁਸੀਂ ਕੌਣ ਮਾਈ ਸੈਲਫ ਨਿਹਾਲ ਸਿੰਘ ਗਰੇਵਾਲ ਜੀ ਪਾਰਟੀ ਪ੍ਰੈਜ਼ੀਡੈਂਟ ਰਿਪੂ ਦਮਨ ਕਾਲਜ ਨਾਭਾ ਘਰ ਫੇਰ ਲੱਭ ਲਾਂਗੇ ਪਹਿਲਾਂ ਤੇਰੇ ਜੁੱਡੋ ਕਰਾਟੇ ਦੇਖ ਲਈਏ ਐ ਤੂੰ ਲੰਘ ਜਾਗੀ ਐ ਨੀ ਲੰਘਣ ਦਿੰਦਾ ਮੈਂ ਅੱਜ ਤੱਕ ਤਾਂ ਕਿਸੇ ਨੂੰ ਲੰਘਣ ਨਹੀਂ ਦਿੱਤਾ ਮੈਂ ਹਾਂ ਤੈਨੂੰ ਪਤਾ ਨਹੀਂ ਹਾਂ ਮੈਂ ਵੱਡੇ ਵੱਡੇ ਨਾਡੂ ਖਾਂ ਨਹੀਂ ਲੰਘਣ ਦਿੱਤੇ ਤੂੰ ਤਾਂ ਚੀਜ਼ ਹੀ ਕੀ ਹੈ ਕਮਾਲ ਦੀ ਗੱਲ ਆ ਜਿਹੋ ਜਿਹੀ ਆਪ ਉਹੋ ਜਿਹੀ ਗੱਡੀ ਚੱਕੀ ਫਿਰਦੀ ਆ ਸਟੇਅਰਿੰਗ ਪੁੱਠੇ ਪਾਸੇ ਲਵਾਇਆ ਐਂ ਦੀ ਲੰਘ ਕੇ ਦਿਖਾਉਂਦੀ ਤਾਂ ਚਾਚੇ ਕਿੱਥੇ ਆ ਤੂੰ ਗਰੋਸਰੀ ਸਟੋਰ ਬਲਾ 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 ਐਡਾ ਜਗਾੜ ਤਾਰੀ ਦੇ ਚਾਚੇ ਦਾ ਤਾਂ ਨਹੀਂ ਹੋ ਸਕਦਾ ਸਾਲਾ ਕੰਮ ਕੰਮ ਕਰਦਾ ਹੋਣਾ ਇੱਥੇ ਐਪਲ ਬੜੇ ਸਲੇ ਰਜਾਈਆਂ ਚੱਲ ਭੇਟ ਲਪੇਟ ਰੱਖਿਆ ਵਾਹ ਨਿਕਲੋ ਜਨਾਬ ਰਜਾਈ ਚੋਂ ਓ ਗੋਡ ਇਹ ਤੇ ਇੱਥੇ ਵੀ ਆ ਗਿਆ ਚੱਕ ਅੰਬਾ ਤੂੰ ਵੀ ਲੁੱਟ ਰਜਾਈ ਦੀ ਮੌਜ ਬੇਚਾਰਾ ਕਮਜ਼ੋਰ ਹੈ ਲੱਗਦਾ ਨਹੀਂ ਮੰਮਾ ਪਾਪਾ ਨੇ ਨਾ ਮੇਰਾ ਪਤਾ ਕਰਾਉਣ ਲਈ ਭੇਜਿਆ ਹੋਣਾ ਇਹ ਸਾਲੀ ਉਰੇ ਕੀ ਕਰ ਰਹੀ ਆ ਓ ਮਾਈ ਗੋਡ ਇਹ ਤੇ ਮੇਰੇ
ਵਾਲੀ ਆ ਰਿਹਾ। ਓ ਮਾਈ ਗੋਡ, ਤੂੰ ਇੱਥੇ ਕੀ ਕਰਦਾ? ਇਹੀ ਤਾਂ ਮੈਂ ਪੁੱਛਦਾ ਵੀ ਤੂੰ ਇੱਥੇ ਕੀ ਕਰ ਰਹੀ ਆ? ਇਹ ਸਟੋਰ ਮੇਰਾ ਹੈ। ਅੱਛਾ ਜੀ, ਇਹ ਸਟੋਰ ਤਾਰੀ ਦੇ ਚਾਚੇ ਦਾ, ਢੀਂਡਸਾ ਸਾਹਿਬ ਦਾ। ਓਏ, ਸਟੋਰ ਵੇਚ ਕੇ ਇੱਥੋਂ ਜਾ ਚੁੱਕੇ। ਓਏ, ਸ਼ਕਲ ਤਾਂ ਤੇਰੀ ਲੱਗਦੀ ਨਹੀਂ ਗੀ ਹੈ, ਟੁੱਟੀ ਜੀ ਕਾਰ ਰੱਖੀ ਆ, ਸੈਂਟਰ ਓਖੇ ਸਟੋਰ ਤੇਰਾ। ਤੂੰ ਮੇਰੀ ਕਾਰ ਤੋਂ ਕੀ ਲੈਣਾ? ਚੱਲ ਅਖਬਾਰ ਤੇ ਆ ਕਿਤੇ ਪੁੱਛ ਕੇ ਚੱਕਿਆ। ਅੱਛਾ, ਬੜੇ ਅਮੀਰ ਦੇਖੇ ਜ਼ਿੰਦਗੀ ਚ, ਪਰ ਐਸਾ ਘਟੀਆ ਅਮੀਰ ਨਹੀਂ ਦੇਖਿਆ ਵੀ ਇੱਕ ਭੁੱਖੇ ਦੇ ਹੱਥੋਂ ਸਿਓ ਖੋਲਵੇ। ਮਾਤੜ ਨਾ ਜਾਣੀ ਮੈਨੂੰ, ਸਨ 82 ਦੇ ਵਿੱਚ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀਗੀ, 3600 ਫੋਟ ਖੜਾ ਕਰੇ ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ, 60 ਕਿੱਲੇ ਆਪਦੇ ਨੇ, 18 ਠੇਕੇ ਤੇ ਨੇ, ਸੰਦ ਸਾਰੇ ਨੇ। ਹਾਂ, $632 ਲੈ ਕੇ ਆਇਆ ਸੀਗਾ, ਭਾਨ ਲੈਦਾ ਵਾ ਵਰਦੀ ਰੂਬੀਨਾ ਟੰਡਨ। ਲੋਕ ਉਹ ਇਟਾਲੀਅਨ ਸੀਟਾਂ ਲਵਾਈ ਫਿਰਦੇ ਨੇ, ਜੋ ਸਾਲਾ ਖੇਤਾਂ 'ਚ ਨਜ਼ਾਰਾ ਆਉਂਦਾ ਨਾ, ਉਹ ਨਜ਼ਾਰਾ ਹੀ ਲੈ ਵੀ ਤਾਰੀ ਸਾਹ ਹੋ ਲੈ ਢਿੱਲਾ ਕਰਾਂ। ਹਾਏ ਵੇ ਰੱਬਾ, ਸਾਲਾ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਤਾਰੀ ਜ਼ਰੂਰੀ ਕੰਮ ਚੱਲਿਆ। ਹੈਲੋ, ਉਹ ਤਾਰੀ ਆ ਕੀ ਕਰਤਾ ਤੂੰ ਸਾਲਿਆ? ਮੈਨੂੰ ਆਪਦੇ ਚਾਚੇ ਦਾ ਐਡਰੈਸ ਗਲਤ ਦਿੱਤਾ। ਉਹ ਐਡਰੈਸ ਜਮਾ ਸਹੀ ਹੈ ਯਾਰ, ਐਤਕੀ ਦਾ ਕਾਰਡ ਆਇਆ ਚਾਚੇ ਦਾ ਨਵੇਂ ਸਾਲ ਤੇ। ਉਹ ਮੈਂ ਸਾਲਿਆ ਉੱਥੇ ਜਾ ਕੇ ਆਇਆ ਵਾਂ, ਕੋਈ ਤੇਰਾ ਚਾਚਾ ਚੂਚਾ ਨਹੀਂ ਰਹਿੰਦਾ ਉੱਥੇ। ਤੂੰ ਸਟੋਰ ਤੇ ਨਹੀਂ ਕਿਹੜਾ ਮਾਰਿਆ ਹੋਏ? ਉਹ ਸਟੋਰ ਤੇ ਵੀ ਜਾ ਕੇ ਆਇਆ, ਤੇਰਾ ਚਾਚਾ ਸਟੋਰ ਤੇ ਘਰ ਇੱਕ ਝੱਲੀ ਜੀ ਕੁੜੀ ਨੂੰ ਵੇਚ ਗਿਆ ਵਾ, ਉਹਨੇ ਸਾਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਉਹਦੇ ਸਾਲੇ ਆਪਣੇ ਰਹਿਣ ਨੂੰ ਜਗ੍ਹਾ ਲੱਭਾਂ ਜਾਂ ਜਸਨੀਤ ਨੂੰ ਲੱਭਾਂ। ਚੰਗੇ ਭਲੇ ਨੂੰ ਬਣਵਾਸ ਕਰਾ ਕੇ ਧਰਤਾ। ਕਮਾਲ ਕਰਦਾ ਯਾਰ ਤੂੰ, ਤੂੰ ਤਾਂ ਕੀਤੀ ਕਰਾਈ ਖੂਹ ਚ ਪਾਈ ਜਾਂਦਾ। ਮੈਂ ਦੱਸ ਕਿੱਥੇ ਨਹੀਂ ਖੜਿਆ ਤੇਰੇ ਨਾਲ? ਉਹ ਰਹਿਣ ਦੇ, ਰਹਿਣ ਦੇ, ਰਹਿਣ ਦੇ ਸਾਲਿਆ, ਖੜਿਆ ਕਿੱਥੇ ਆ ਤੂੰ? ਪੰਗਾ ਬਾਅਦ ਚ ਪੈਂਦਾ ਸੀ, ਪਹਿਲਾਂ ਮੋਕ ਮਾਰ ਜਾਂਦਾ ਸੀ ਸਾਲਾ ਹੋਇਆ। ਉਹ ਮੋਕ ਮੈਂ ਜਾਣ ਕੇ ਮਾਰਦਾ ਸੀ ਯਾਰ, ਉਹ ਤਾਂ ਕਈ ਵਾਰ ਬੰਦੇ ਦਾ ਪ੍ਰੈਸ਼ਰ ਬਣਾ ਹੁੰਦਾ, ਬਸ ਸਮਝਦਾ ਹੁੰਦਾ ਹਾਂ, ਨਾਲੇ ਮੇਰੇ ਤੇ ਕੋਈ ਔਖੇ ਹੋਣ ਦਾ ਫਾਇਦਾ ਹੈ? ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਤੂੰ ਐਂ ਕਰ, ਨੇੜੇ ਤੇੜੇ ਗੁਰਦੁਆਰਾ ਦੇਖ, ਉੱਥੇ ਜਾ ਵੜ। ਜਿਹਦਾ ਵੀਰ ਕੋਈ ਨਹੀਂ ਹੁੰਦਾ ਨਾ, ਉਹਦਾ ਰੱਬ ਹੁੰਦਾ। ਗੋਰਿਆਂ ਦਾ ਗੁਰਦੁਆਰਾ ਚੱਲੂ? ਬਾਬਾ ਜੀ, ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ, ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ ਤੁਸੀਂ ਹੈ ਕਿਹੜੇ ਪਾਸੇ ਹੋ। ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ। ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ ਕਿ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਅਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ। ਬਾਬਾ ਜੀ ਤੁਹਾਨੂੰ ਸੱਚ ਬੋਲਦਾ, ਦੇਖੋ ਥੋਤੋਂ ਕਾਹਦਾ ਲੁਕੋਆ, ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ। ਬਸ ਕੈਨੇਡਾ 'ਚ ਪ੍ਰੋਬਲਮ ਆ ਜੀ, ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤ ਆ। ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲ ਫੀਅਟ ਕਾਰ ਹੁੰਦੀ ਸੀ, 3600 ਘਰੇ ਖੜਾ ਜੀ, ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ, 60 ਕਿੱਲੇ ਪੈਲੀ ਆ ਜੀ, 18 ਕਿੱਲੇ ਤਾਂ ਐਤਕੀ ਠੇਕੇ 'ਤੇ ਲਏ ਨੇ। ਪਰ ਬਾਬਾ ਜੀ ਦੇਖੋ, ਸੋਚਣ ਵਾਲੀ ਗੱਲ ਤਾਂ ਇਹੀ ਹੈ ਨਾ ਜੀ, ਹੁਣ ਬੇਬੇ ਇਕੱਲੀ ਥੋੜ੍ਹ ਨਾ ਪਾਊਗੀ ਉਹਨੂੰ, ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ। ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ, ਸਾਰੇ ਦਾ ਸਾਰਾ ਕੰਮ ਸੂਤ ਆਜੂ। ਬਾਬਾ ਜੀ ਬਸ ਐਤਕੀ ਬਚਾ ਲਓ, ਮਿਹਰਬਾਨੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ, ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ। ਬਾਬਾ ਜੀ ਭੁੱਖ ਬਹੁਤ ਲੱਗੀ ਆ, ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ, ਇੱਕ ਪੁੜੀ ਭੁੱਕੀ ਦੀ ਸੀਗੀ ਜੀ, ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ। ਮੈਂ ਤਾਂ ਜੀ ਬਸ ਬੁਰੇ ਹਾਲ ਨੇ। ਤੂੰ ਤੂੰ ਇੱਥੇ ਕਰਦੀ ਆ? ਹੁਣ ਕਿਤੇ ਇਹ ਨਾ ਕਹਿ ਜੀ ਵੀ ਢੀਂਡਸਾ ਸਾਹਿਬ ਤੈਨੂੰ ਆ ਜਗ੍ਹਾ ਵੀ ਵੇਚ ਕੇ। ਓਏ ਸਿਰ ਨੰਗਾ, ਪੈਰਾਂ 'ਚ ਜੁੱਤੀ, ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ, ਤੇਰਾ ਦਿਮਾਗ ਠੀਕ ਹੈ? ਓਕੇ, ਇਹ ਚਰਚ ਹੈ, ਇੱਥੇ ਇੱਦਾਂ ਹੀ ਹੁੰਦਾ ਹੈ। ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ, ਸਾਡੇ ਮਾਂ ਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ, ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ। ਓਕੇ, ਆਈ ਐਮ ਸੌਰੀ, ਮੇਰੇ ਤੋਂ ਗਲਤੀ ਹੋ ਗਈ ਨਾ, ਤੇਰੇ ਤੋਂ ਗਲਤੀ ਨਹੀਂ ਹੁੰਦੀ। ਮੇਰੇ ਤੋਂ ਗਲਤੀ? ਹਾਂ ਮੇਰੇ ਤੋਂ ਗਲਤੀ। ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ, ਗਲਤੀ ਹੋਈ ਆ। ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ? ਹਾਂ ਹਾਂ। ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡਾ ਆ ਗਿਆ, ਆਹ ਦੇਖ ਲੈ ਸਵੇਰ ਦਾ ਚਾਚੇ ਲੱਭਦਾ ਫਿਰਦਾ ਵਾਂ, ਕਿੱਥੇ ਆ ਢੀਂਡਸਾ ਸਾਹਿਬ, ਕਿੱਥੇ ਆ ਢੀਂਡਸਾ ਸਾਹਿਬ? ਹੈਗੇ ਨੇ ਢੀਂਡਸਾ ਸਾਹਿਬ। ਹੈਂ? ਹੈਗੇ ਨੇ? ਪਹਿਲਾਂ ਇਹ ਦੱਸ, ਕੌਫੀ ਪੀਏਂਗਾ? ਕਿਹਦੇ ਨਾਲ? ਮੇਰੇ ਨਾਲ। ਕੁੜੀ ਨਾਲ ਕੌਫੀ? ਹਾਂ। ਬਈ ਸਿਰਾ ਹੀ ਹੈ ਬਾਬਾ ਜੀ ਤੁਹਾਡਾ ਤਾਂ, ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ। ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ, ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ। ਸਲਿਊਟ ਹੈ ਬਾਬਾ ਜੀ, ਲਵ ਯੂ। ਕਮਾਲ ਹੈ, ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ। ਕੋਈ ਨਹੀਂ, ਤਾਂ ਮੈਂ ਫੋਟੋ ਦੇਖ ਕੇ ਆਇਆ ਜੀ, 2-3 ਕੁੜੀਆਂ ਪਿੱਛੇ ਤਾਂ ਮੈਂ ਇਹੀ ਚਲੇ ਗਿਆ, ਮੇਰੇ ਯਾਰਾਂ ਦੋਸਤਾਂ ਨੇ ਕਿਹਾ ਤਾਂ ਬਾਹਲੀ ਓ ਕੁਆਟਰ ਕੁੜੀ ਹੈ। ਹੈਲੋ, ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ, ਸਮਝ ਆਈ? 2 ਮਹੀਨੇ ਕੀ, 2 ਜਨਮ ਵੀ ਉਹਦੇ ਪਿੱਛੇ ਲਾ ਦੇ ਨਾ ਤਾਂ ਵੀ ਨਹੀਂ ਤੇਰੀ ਗੱਲ ਬਣਨੀ। ਨਹੀਂ ਤਾਂ ਮੈਂ ਮਾਤੜਾ, ਆ ਸਨ 82 ਚ ਮੇਰੇ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀ। ਦੱਸਿਆ ਸੀ, ਦੱਸਿਆ ਸੀ, ਦੱਸਿਆ ਸੀ ਮੈਨੂੰ।
ਨਾ ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ ਚ ਮਾਰਨਾ। ਤੈਨੂੰ ਇੱਕ ਗੱਲ ਦੱਸਾਂ, ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ, ਉਹ ਢੀਂਡਸਾ ਅੰਕਲ ਦਾ ਹੀ ਹੈ। ਹਾਂ, ਤੇ ਉਹ ਜਿਹੜਾ ਗ੍ਰੋਸਰੀ ਸਟੋਰ ਹੈ ਨਾ, ਉਹ ਵੀ ਢੀਂਡਸਾ ਅੰਕਲ ਦਾ ਹੀ ਹੈ। ਤੂੰ ਝੂਠ ਕਿਉਂ ਬੋਲਿਆ ਮੈਨੂੰ? ਐਕਚੁਅਲੀ ਮੈਂ ਵੀ ਨਾਭੇ ਤੋਂ ਹੀ ਹਾਂ। ਨਾਭੇ ਤੋਂ? ਤੂੰ? ਹਾਂ। ਉਹ ਸੇਮ ਲੱਗੀ। ਹਾਂ, ਇੱਕ ਮਿੰਟ ਗੱਲ ਤਾਂ ਸੁਣ ਲਾ। ਪਰ ਨਾ, ਨਾਭੇ ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ। ਅੱਛਾ। ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ। ਇੰਟਰਨੈਟ ਤੇ? ਫੇਰ ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ, ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਨੰਬਰ ਦਾ ਧੋਖੇਬਾਜ਼ ਹੈ। ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਤਾ ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ। ਮੈਨੂੰ ਦੱਸ ਸਾਲਾ ਕਿੱਥੇ ਨਹਾਸਣਾ ਪਾਉਂਦੀਆਂ ਮੈਂ ਸਾਲੇ ਦੀਆਂ? ਮੈਨੂੰ ਕੀ ਪਤਾ ਕਿੱਥੇ ਹੈ। ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ। ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ ਉਹਨਾਂ ਦੇ ਜਵਾਈ ਦੇ ਨਾਲ, ਪਰ ਮੈਂ ਹੀ ਆ ਹਮੇਸ਼ਾ ਟਾਲਦੀ ਰਹਿੰਦੀ ਹਾਂ। ਇਸੇ ਕਰਕੇ ਮੈਂ ਡਰ ਗਈ ਸੀ ਜਦ ਤੂੰ ਕਿਹਾ ਨਾ ਕਿ ਤੂੰ ਨਾਭੇ ਤੋਂ ਹੈ। ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਪਾਪਾ ਨੇ ਤੈਨੂੰ ਮੇਰੇ ਪਿੱਛੇ ਭੇਜਿਆ ਮੇਰੀ ਜਾਸੂਸੀ ਕਰਨ ਵਾਸਤੇ। ਚੱਲ ਹੁਣ ਮੈਨੂੰ ਠੰਡ 'ਚ ਮਾਰੇਂਗੀ ਜਾਂ ਔਰ ਢੀਂਡਸਾ ਸਾਹਿਬ ਨੂੰ ਵੀ ਮਿਲਾਏਂਗੀ? ਉੱਥੇ ਵੀ ਇੱਕ ਪੰਗਾ ਹੈ ਨਾ, ਪਿਓ ਮੰਨਦਾ ਤੇ ਪੁੱਤ ਨਹੀਂ ਮੰਨਦਾ, ਜੇ ਪੁੱਤ ਮੰਨਦਾ ਤੇ ਪਿਓ ਨਹੀਂ ਮੰਨਦਾ। ਔਰ ਨਿਹਾਲ ਸਿੰਘ ਤਾਂ ਸਾਰੇ ਪਿੰਡ ਨੂੰ ਮਨਾਈ ਫਿਰਦਾ, ਇਹਦਾ ਬੰਦੇ ਹੀ ਦੋ ਨੇ। ਚੱਲ ਡੈਡ ਪਲੀਜ਼, ਤੁਸੀਂ ਮੇਰੀ ਗੱਲ ਮੰਨੋ ਪਲੀਜ਼। ਓ ਨਹੀਂ, ਮੈਂ ਆਪਣਾ ਗ੍ਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ। ਓਏ ਅਕਲ ਨੂੰ ਹੱਥ ਮਾਰ, ਖੋਤੇ ਅਕਲ ਨੂੰ ਹੱਥ ਮਾਰ, ਅਸੂਲ ਦੀ ਗੱਲ ਕਰ। ਮੈਂ ਆਪਣਾ ਗ੍ਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾਂ, ਖੋਤੇ ਦਾ ਪੁੱਤ ਨਾ ਹੋਵੇ ਤਾਂ। ਓ ਗੋਡ, ਡੈਡ ਬੰਦ ਕਰਨ ਦੀ ਕੌਣ ਗੱਲ ਕਰਦਾ? ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ। ਤੇਰਾ ਮਤਲਬ ਹੈ ਖੋਤਿਆ, ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ? ਓ ਗੋਡ ਡੈਡ, ਮੈਂ ਤੁਹਾਡੀ ਗੱਲ ਥੋੜੀ ਕਰਦਾ, ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ। ਡੈਡ ਜ਼ਰਾ ਸੋਚ, ਆਪਣੇ ਢੀਂਡਸਾ ਗ੍ਰੋਸਰੀ ਸਟੋਰ। ਢੀਂਡਸਾ ਨਹੀਂ, ਢੀਂਡਸਾ ਢੀਂਡਸਾ, ਉਹ ਬੋਲਣਾ ਤਾਂ ਸਿੱਖ ਲੈ। ਓ ਡੈਡ ਜ਼ਰਾ ਸੋਚ, ਆਪਣੇ ਗ੍ਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ। ਹੈ, ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ, ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ, ਸੋਹਣੀ ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ। ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ। ਓਹ ਗੋਡ ਡੈਡ, ਮੰਮੀ ਡੈਡੀ ਥੋੜੀ ਆਉਂਦੇ ਆ। ਪੇਰੈਂਟਸ ਆਰ ਨਾਟ ਅਲਾਊਡ ਡੈਡ। ਨਹੀਂ ਪਰ ਗੱਲੇ ਤੇ ਤਾਂ ਮੈਂ ਹੀ ਬੈਠੂੰਗਾ ਨਾ। ਓ ਡੈਡ, ਗੱਲਾਂ ਵੀ ਨਹੀਂ ਹੁੰਦਾ। ਫਿਰ ਮੈਂ ਕਲੱਬ ਖੋਲ ਕੇ ਕੀ ਕਰਨਾ ਜਦੋਂ ਉੱਥੇ ਮੇਰਾ ਕੋਈ ਕੰਮ ਹੀ ਨਹੀਂ ਹੈ? ਨਾਲੇ ਸਾਡੇ ਕਲਚਰ ਦੇ ਖਿਲਾਫ ਹੈ, ਅਸੂਲ ਦੀ ਗੱਲ ਕਰ ਤੂੰ। ਨਿਹਾਲ, ਮੈਨੂੰ ਲੱਗਦਾ ਕਿ ਆਪਾਂ ਗਲਤ ਟਾਈਮ ਤੇ ਆ ਗਏ। ਓ ਨਿਹਾਲ ਲਈ ਵੀ ਕਦੇ ਕੋਈ ਟਾਈਮ ਗਲਤ ਜਾਂ ਠੀਕ ਹੋਇਆ? ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ, ਇਹਨਾਂ ਨੂੰ ਬਾਹਰ ਸਿੱਟ ਦੋ, ਇਹ ਹੈ ਕਲਚਰ ਤੁਹਾਡਾ, ਲਾਣਤ ਇਹ ਜੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ, ਆਪਣੇ ਵਰਕ ਬੈਠਾ। ਓਏ, ਜੇ ਆਪਾਂ ਆਪਦੀਆਂ ਜੜਾਂ ਭੁੱਲ ਕੇ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ, ਅਸੂਲ ਦੀ ਗੱਲ ਕੀਤੀ ਹੈ, ਇਹੀ ਕਲਚਰ ਹੈ ਗੋਰਿਆਂ ਦਾ, ਆਪਣੇ ਬੱਚਿਆਂ ਨੂੰ ਪੂਰੀ ਫ੍ਰੀਡਮ ਦਿੰਦੇ। ਇਹ ਵੀ ਗੱਲ ਆ, ਦੇਖੋ ਜੀ, ਇੱਕ ਗੱਲ ਤਾਂ ਮੰਨਣੇ ਵਾਲੀ ਆ, ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀ ਵਾਂਗੂ ਤਾੜ ਕੇ ਨਹੀਂ ਰੱਖਦੇ ਹੈਗੇ। ਨਹੀਂ, ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ, ਕੀ ਬਾਤ ਹੈ ਚਾਚਾ ਜੀ। ਆਏ ਹਾਏ, ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ। ਚਾਚਾ ਜੀ, ਗ੍ਰੇਟ ਹੋ ਤੁਸੀਂ, ਗ੍ਰੇਟ। ਪਰ ਮੁੰਡੇ, ਇੰਨਾ ਗ੍ਰੇਟ ਵੀ ਨਹੀਂ ਹੈ ਮੈਂ, ਬਸ ਜੀ ਸਦ ਕੇ ਤੇਰਾ ਆਪਣਾ ਘਰ ਹੈ, ਤੂੰ ਰਹਿ ਸਕਦਾ। ਇੱਕ ਮਿੰਟ ਫੜੀ, ਮੈਂ ਤੈਨੂੰ ਪਛਾਣਿਆ ਨੀ, ਤੂੰ ਹੈ ਕੌਣ? ਮੈਨੂੰ ਨੀ ਪਛਾਣਿਆ ਚਾਚਾ ਜੀ, ਕਮਾਲ ਦੀ ਗੱਲ ਆ, ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ, ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ, ਤਾਰੀ ਦਾ ਦੋਸਤ ਨਿਹਾਲ ਸਿੰਘ ਘਰਿਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਹਨੇ ਵੀਜ਼ਾ ਦੇਣਾ ਜੀ ਕੈਨੇਡਾ ਦਾ? ਤਾਰੀ ਕਿਥੇ, ਮੈਂ ਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਤੁਹਾਡੇ ਤੇ ਜੀ। ਹਾਂ, ਗਿਆ ਹੀ ਨਹੀਂ ਗਾ ਤੁਹਾਡੇ ਤੇ, ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ, ਕਿੱਥੇ ਤੁਸੀਂ, ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ, ਸਵਾਦ ਆ ਗਿਆ, ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ, ਅੱਜ ਤੋਂ ਇਹ ਮੇਰਾ ਪਤੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ, ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸੋਰੀ ਚਾਚਾ ਜੀ, ਆ ਮੇਰਾ ਰੂਮ ਕਿੱਥੇ ਜੀ? ਆਪਣਾ ਉੱਪਰ ਚੜ ਕੇ ਨਾ, ਖੱਬੇ ਹੱਥ ਨੂੰ ਦੂਜਾ ਕਮਰਾ। ਥੈਂਕ ਯੂ ਚਾਚਾ ਜੀ, ਚਾਹ ਤੇ ਮਿਲਦੇ ਆ। ਦਈ ਵੀਰੇ, ਸੁਣਿਆ ਤੂੰ, ਹੁਣ ਖਿਆਲ ਰੱਖੀ। ਮੈਡਮ ਜੀ, ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ, ਜਿੱਥੇ ਜਾਈਦਾ ਜਾਂ ਤਾਂ ਨਿਹਾਲ ਕਰ ਦੇ ਦੀ ਆ। ਮਿਲਦੇ ਆ ਜੀ। ਓ ਨਹੀਂ, ਕਮਾਲ ਦੀ ਗੱਲ ਆ ਨਿਹਾਲ ਸਿਆ, ਮੈਂ ਆਪਣੇ ਦੁੱਖੜੇ ਸੁਣਾਉਣਾ, ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ।
ਉਹ ਸੱਚੀ ਸਵਾਦ ਆ ਗਿਆ ਸਾਰਾ ਆ ਕੀਤੀ ਹੈ ਜੱਟਾਂ ਵਾਲੀ ਗੱਲ ਪੰਗਾ ਪਿਆ ਘਬਰਿਆ ਘੁਬਰਿਆ ਨਹੀਂ ਐਕਸ਼ਨ ਲਿੱਤਾ ਐਕਸ਼ਨ ਐਕਸ਼ਨ ਤਾਂ ਲੈ ਲਿਆ ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ ਉਹ ਕੁੜੀ ਇਹ ਜੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ ਇਹ ਬਿਨਾਂ ਸੋਚੇ ਇੱਥੇ ਆਇਆ ਹੁਣ ਬਿਨਾਂ ਸੋਚੇ ਅੱਗੇ ਤੁਰੂ ਉਹ ਪਰ ਚਾਚਾ ਜੀ ਮੇਰੀ ਘੱਟੋ ਘੱਟ ਇੱਕ ਕੁੜੀ ਨਾਲ ਫੋਟੋ ਤੱਕ ਖਿਚਾ ਦੋ ਉਹ ਪਿੰਡਾ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ ਉਹਨਾਂ ਨੂੰ ਪਤਾ ਤਾਂ ਲੱਗ ਜੇ ਵੀ ਨਿਹਾਲ ਕੈਨੇਡਾ ਪਹੁੰਚ ਗਿਆ ਠੀਕ ਹੈ ਚਲੋ ਫਿਰ ਫੋਟੋ ਖਿਚਾਈਏ ਡੈਡ ਫੋਟੋ ਕਰਨ ਦੀ ਗੱਲ ਛੱਡੋ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ ਉਹ ਮੂਰਖਾ ਸਾਰੀ ਦੁਨੀਆ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ ਕਦੇ ਅਖਬਾਰ ਵੀ ਪੜ੍ਹ ਲਿਆ ਕਰ ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ ਚਾਚਾ ਜੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ ਸਾਲਾ ਓਪਰਾ ਓਪਰਾ ਜਿਹਾ ਫੀਲ ਹੋ ਰਿਹਾ ਪਤਾ ਨਹੀਂ ਕਦੋਂ ਆਊਗੀ ਚਾਚਾ ਜੀ ਸਾਲੀ ਵਾਲੀ ਕੈਮਰਾ ਸਿਰਾ ਹੀ ਲਾਈ ਜਾਂਦੀ ਆ ਉਹ ਫੋਟੋ ਵੀ ਟਪਾ ਦਈਏ ਨੇ ਤਾਂ ਚਾਚਾ ਜੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ 'ਤੇ ਚਲਾਈਦਾ ਜਿਹਦੇ ਵਿੱਚ ਚੱਕਰੀਆਂ ਅਨਾਰ ਫੁੱਲਝੜੀਆਂ ਬੰਬ ਗੋਲੇ ਉਹ ਪਟਾਕਾ ਇਹ ਓਏ ਹੋਏ ਹੋਏ ਸਾਉਣ ਦਾ ਮਹੀਨਾ ਹੋਵੇ ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ 'ਤੇ ਸੁਹਾਗਾ ਫੇਰਦਾ ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ ਸਵਾਦ ਹੀ ਆ ਜਾਵੇ ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਣ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ ਉਹ ਚਾਚਾ ਜੀ ਅਭੀ ਤਾਂ ਸਲਾਹਾਂ ਹੀ ਬਣਦੀਆਂ ਨੇ ਪਰ ਆਹ ਸਾਲੇ ਕਾਲੇ ਪੀਣੇ ਜੇ ਕੌਣ ਹੈ ਚਾਚਾ ਜੀ ਇਹਦਾ ਪਾਪਾ ਐਮ ਪੀ ਯੂ ਪੀ ਆ ਉਹ ਯਾਰ ਛੱਡ ਐਮ ਪੀ ਯੂ ਪੀ ਨੂੰ ਆਪਾਂ ਇਹਦੇ ਨਾਲ ਫੋਟੋ ਖਿਚਾਈਏ ਚੱਲ ਬੈਠ ਗੱਡੀ 'ਚ ਨਿਹਾਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨ ਟਾਊਨ ਕੀ ਹੈ ਜੀ ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ ਇਹ ਸੱਥ ਹੈ ਅੱਛਾ ਜੀ ਨਹੀਂ ਸਮਝਿਆ ਨਹੀਂ ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ ਇਹ 17 ਸੈਕਟਰ ਹੈ ਇਹਦਾ ਮਤਲਬ ਅੱਗੇ ਮੁੜ ਕੇ ਫੁਹਾਰਾ ਜੀ ਫੁਵਾਰਾ ਫੁਵਰਾ ਕੁਛ ਨਹੀਂ ਹੈ ਇੱਥੇ ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦੇਖਦੀ ਨਹੀਂ ਜੀ ਉਹ ਵੀ ਦਿਖ ਜਾਓ ਕਿਤੇ ਨਾ ਕਿਤੇ ਆਹੋ ਖੜੀ ਆ ਸਾਹਮਣੇ ਬਸ ਹੁਣ ਤੁਸੀਂ ਮਾੜਾ ਜਿਹਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ ਹਾਂ ਤੂੰ ਘਬਰਾ ਨਾ ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਨਾ ਮੰਨ ਜਾਏਗੀ ਤੂੰ ਵੀ ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ ਅੰਕਲ ਫੋਟੋ ਖਿੱਚੋ ਬੇਟਾ ਖਿੱਚ ਰਿਹਾ ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ ਆ ਦੇਖੀ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ ਖਿੱਚਦੇ 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 ਸਤਿ ਸ਼੍ਰੀ ਅਕਾਲ ਜੀ ਜਿਵੇਂ ਜਵਾਨੀ ਦਾ ਧਰਮਿੰਦਰ ਹੋਵੇ ਮੰਨਦਾ ਹੁਣ ਆਪਣੇ ਚਾਚੇ ਨੂੰ ਕੁੜੀ ਕਿੱਥੇ ਆ ਓਹੋ ਤੂੰ ਟੈਨਸ਼ਨ ਕਿਉਂ ਲੈਂਦਾ ਤੇਰੀ ਫੋਟੋ ਖਿੱਚੀ ਜਾਣੀ ਹੈ ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ ਓਹੋ ਕੁੜੀ ਵੀ ਲੱਭ ਜੂਗੀ ਉਹ ਖੜੀ ਹੈ ਤੇਰੀ ਰਵੀਨਾ ਟੰਡਨ ਗਦਕਾਰ ਪਲੀਜ਼ ਹੁਣ ਤੂੰ ਫੋਟੋ ਚਾਜਰਾ ਖਿੱਚਦੀ ਬੇਬੀ ਦੀ ਤਾਂ ਤਾਂ ਹੋ ਜਵੇ ਪਿੰਡ 'ਚ ਉਹ ਹੋ ਜੂ ਤਾਂ ਤਾਂ ਨੇ ਹੁਣ ਤੂੰ ਜਾ ਵਾਟ ਆਰ ਯੂ ਸੇਇੰਗ ਥੈਂਕ ਗੋਡ ਫॉर दैट ਨੋ ਜੋ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ ਉਦੋਂ ਕਲਿੱਕ ਕਰੀ ਵਨ ਸੈਕ ਅਜੇ ਨਾ ਕਰੀ ਠਹਿਰ ਥੋੜਾ ਜਾ ਯਾ ਲਾਈਕ ਦੈਟ ਮੈਂ ਕਹਾਂਗਾ 1 2 3 ਓ ਡੈਮ I missed her. ਹਲੇ ਮੈਂ ਤੈਨੂੰ ਕਹੇ ਨਹੀਂ ਤੂੰ ਪਹਿਲਾਂ ਹੀ ਕੋੜਾ ਦੱਬਤਾ ਬਣ ਗਈ ਵੱਡੀ ਫੋਟੋਗ੍ਰਾਫਰ ਦੇਖ ਲੈ ਆ ਕੀ ਸੋਹਣੀ ਹੈ ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ ਸ਼ਿਟ
yes. Oh God, Dad, नहीं यार. डैड थप्पड़ काते मारे हैं। ओ तैनो अपने पे होती कोई इज्जत नहीं। ओ छोड़ो। तू मेरा फोन कर। दादी डैडी मैं फोटो खींच। एक तैनो फोटो दे पाई है? तैनो अपने पे होती। ओ चाचा जी एक मिनट फोटो दिखा। यार फोटो खींच नहीं हुई। डैडी फोन करी आंदा सी विच। गुस्सा ही बड़ा चढ़िया होया मेनू ता। हुन तेरी तू तैनो इज्जत नहीं है अपने पे होती। ओ चाचा जी कॉफी किथे आ? मैं फिर कॉफी दा ना आईडिया ही कैंसल कर दिता। मैं सोचा कॉफी नाल नाले ता मुंह बेस्वाद हो नाले $8 लग जो। मैं ना दो नींबू ले ले आपा घर जाके शिकंज भी पीवांगे। मैनू माफ करो मेरे जोड़े हाथ मेरी एक हेल्प करोगे तुसी? की मेरी कोई हेल्प ना करियो? हां मैं ता स्टैंड ले आई यार। स्लो डाउन डैड। कुछ ना कुछ तो करना ही पड़ा मेनू। तारी ने सड़े ने फोटो का सिरे के पुरजे की विखाई आ। बेबे तेनू कच्चे दे समान अगू रखूगी सामभ सामभ के। जी करदा इहदे मूहरे बैठ के ना बस देख ही जावा। जो काफी हाँ थैंक्स। लगता है नहीं बननी गल जगाड़ तो लगा ही पैना। ਬੋਲੋ ਜੀ ਸਤਿ ਸ਼੍ਰੀ ਅਕਾਲ। ਯਾਰ ਆ ਕੀ ਕੀਤਾ ਆਵਾਜ਼ ਵੀ ਨਹੀਂ ਆਈ। ਦੱਸਦਾ ਹਾਂਜੀ ਆ ਸੇਵਾ ਕਿੱਥੇ? ਵਾਹਿਗੁਰੂ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ। ਹੋਰ ਇੰਨਾ ਟੱਡਾ ਚੱਲੀ ਓਏ। ਮੈਡਮ ਉਹ ਨਿਕਲ ਗਏ ਜੀ। ਉਹ ਮੈਂ ਕੋਸ਼ਿਸ਼ ਤਾਂ ਬੜੀ ਕੀਤੀ ਫੜੇ ਨਹੀਂ ਗਏ ਜੀ ਪਰ। ਐਕਸਕਿਊਜ਼ ਮੀ ਹੂ ਆਰ ਯੂ? ਮਾਈਂਡ ਯੂਰ ਓਨ ਬਿਜ਼ਨਸ ਆਲਰਾਈਟ? ਟਾਕਿੰਗ ਟੂ ਹਰ ਯਾਰ। ਮੈਡਮ ਵੈਰੀ ਗੁੱਡ ਇੰਗਲਿਸ਼ ਜੀ ਬਟ ਮਾਈ ਸੈਲਫ ਨਿਹਾਲ ਸਿੰਘ ਰਿਆਲ ਜੀ ਪਾਰਟੀ ਪ੍ਰੈਜ਼ੀਡੈਂਟ ਰਪਦਮਣ ਕਾਲਜ ਨਾਭਾ। ਆਲ ਰਾਈਟ ਆਲ ਰਾਈਟ ਆਲ ਰਾਈਟ ਆਲ ਰਾਈਟ ਹੂਐਵਰ ਯੂ ਆਰ ਤੁਸੀਂ ਜੋ ਵੀ ਹੋਗੇ ਇੱਥੇ ਸੀਨ ਨਾ ਕ੍ਰੀਏਟ ਕਰੋ ਪਲੀਜ਼। ਪਰ ਮੈਂ ਤੁਹਾਡੇ ਲਈ ਜੀ ਉਹ ਪਰ ਮੈਡਮ ਮੇਰੀ ਗੱਲ ਤਾਂ ਸੁਣੋ
ਹੈਲੋ, ਤੂੰ ਆਈ ਕਦੇ ਨਾ ਪੇ, ਠੋਲੇ ਮਾਰ ਮਾਰ ਪੋਪੜ ਪਹਾੜ ਨੂੰ ਸਲਦਾ। ਟਾਟਾ ਹੁਣ ਪੈਰ ਮਿੱਧ ਦੋ ਗਰੀਬ ਦਾ। ਚਾਚਾ ਜੀ ਆਪਣੇ ਆਪ ਨੂੰ ਸਮਝਦੇ ਕੀ ਆ? ਭੈਣ ਫੁਕਰੀ ਸਾਲੀ, ਕਿਵੇਂ ਕਾਟ ਕਰ ਕੁੱਤੀ ਸਾਲੀ। ਸਵਾਦ ਆ ਗਿਆ ਗੱਲ ਦਾ, ਤਾਂ ਸੱਚੀ ਸਵਾਦ ਆ ਗਿਆ। ਕਿਹੜਾ ਪੰਜਾਬ ਦਾ ਚੇਤਾ ਕਰਾ ਦਿੱਤਾ ਤੂੰ, ਇੱਕ ਵਾਰ ਫਿਰ ਗਾਲ ਕੱਢ। ਚਾਚਾ ਜੀ ਮੈਂ ਕਹੀ ਜਾਂਦਾ ਮੇਰੀ ਸਾਲੀ ਬੇਇੱਜ਼ਤੀ ਹੋ ਗਈ, ਭੈਣ ਫੁਕਰੀ ਸਾਲੀ। ਮਜ਼ਾ ਆ ਗਿਆ, ਮਜ਼ਾ ਆ ਗਿਆ। ਇਹ ਹੁੰਦੀ ਆ ਗਾਲ, ਇੱਥੇ ਤਾਂ ਗਾਲ ਕੱਢ ਲੂਗੇ ਮੂੰਹ ਵਿੱਚ ਕੇ। ਸਟੂਪਿਡ ਇਡੀਅਟ, ਗੱਲ ਉਹ ਹੁੰਦੀ ਹੈ ਜੇ ਮੱਝ ਨੂੰ ਕੱਢੀ ਜਾਏ ਨਾ, ਸਾਲੀ ਦੋ ਦਿਨ ਦੁੱਧ ਨਾ ਦੇਵੇ, ਫਿਰ ਗੱਲ ਦਾ ਸਵਾਦ ਹੈ। ਕੱਢ ਇੱਕ ਵਾਰੀ ਫਿਰ। ਮੈਂ ਕਹਿ ਜਾਣਾ ਮੇਰੀ ਬੇਇੱਜ਼ਤੀ ਹੋ ਗਈ, ਭੈ ਚਾਰ ਬੰਦੇ ਸਾਲੀ ਕਹਿੰਦੀ ਹੂ ਆਰ ਯੂ। ਯਾਰ ਫਿਰ ਕੀ ਹੋ ਗਿਆ ਜੇ ਕਹਿਤਾ ਹੂ ਆਰ ਯੂ? ਪਹਿਲਾਂ ਕਦੇ ਨੀ ਕਿਸੇ ਨੇ ਤੈਨੂੰ ਕਿਹਾ ਹੂ ਆਰ ਯੂ? ਮੈਨੂੰ ਰਾਮਗੜ੍ਹ ਵਾਲੀ ਰਿੰਪੀ ਨੇ ਕਿਹਾ ਸੀ। ਦੱਸਦੇ ਦੱਸਦੇ ਕੀ ਕਿਹਾ ਸੀ ਰਾਮਗੜ੍ਹ ਵਾਲੀ ਨੇ? ਚਾਚਾ ਦਾਰੂ ਪੀ ਕੇ ਮੈਂ ਠਰਕੀ ਜਿਹਾ ਹੋ ਜਾਂਦਾ ਤੂੰ। ਮੈਂ ਇਕੱਲਾ ਥੋੜ੍ਹੇ ਹੋ ਜਾਂਦਾ, ਸਾਰੀ ਦੁਨੀਆਂ ਦਾਰੂ ਪੀ ਕੇ ਠਰਕੀ ਹੋ ਜਾਂਦੀ ਹੈ। ਸੁਣਾ ਕੀ ਕੇ ਹੱਸੀ ਉਹਨੇ? ਬਸ ਐਵੇਂ ਚਾਚਾ, ਮੈਨੂੰ ਸਾਲੀ ਕਹਿੰਦੀ ਹੂ ਆਰ ਯੂ। ਬਸ ਜੱਟ ਨੇ ਚਲਾਇਆ ਜਾਦੂ, ਫਿਰ ਦੋ ਚਾਰ ਦਿਨਾਂ ਮਗਰੋਂ ਜੱਟ ਦੇ ਜਿੰਦ ਵਾਰਦੀ ਫਿਰਦੀ ਸੀ, ਐਵੇਂ ਪੀਤੀ ਖਾਧੀ। ਚਾਚਾ ਫੋਨ ਲਾ ਲਿਆ ਮੈਂ, ਉਹ ਜਿਹਾ ਨੰਬਰ ਪਤਾ ਨੀ ਸਾਲਾ 98154075 ਸੀ, ਪਤਾ ਨੀ ਸਾਲਾ 92034 ਸੀ। ਚੱਲ ਕੋਈ ਨੀ ਤੂੰ ਗੱਲ ਸੁਣਾ, ਕੀ ਕਹਿੰਦੇ? ਚਾਚਾ ਬੈਲ ਵੱਜਦੀ ਆ ਹਲੇ ਗੱਲ। ਅੱਛਾ, ਹੈਲੋ ਰਿੰਪੀ, ਮੈਂ ਬੋਲਦਾ। ਕੀ ਕਹਿੰਦੇ? ਚਾਚਾ ਗੱਲ ਕਰਨ ਤੋਂ ਪਹਿਲਾਂ ਕੀ ਕਹਿੰਦੀ ਦੱਸ? ਵੇ ਪਿੰਡ ਮਾਸੀ ਦੇ ਗਈ। ਮੈਂ ਕਿਹਾ ਕਿੱਥੇ ਆ, ਵੇ ਪਿੰਡ ਮਾਸੀ ਦੇ ਗਈ ਸੀ। ਕੀ ਕਰਦੀ ਸੀ? ਕਹਿੰਦੀ ਭਾਬੀ ਨਾ ਬਈ ਸੀ। ਮੈਂ ਕਿਹਾ ਕਿੱਥੇ ਆ, ਪਿੰਡ ਮਾਸੀ ਦੇ ਗਈ। ਮੈਨੂੰ ਡਾਊਨ ਟਾਊਨ ਘੁਮਾਉਣ ਲਿਆਈ ਆ। ਕਿੱਥੇ ਡਾਊਨ ਟਾਊਨ?
ਸ਼ਹਿਰ ਹੁੰਦਾ ਬੇਬੇ ਸ਼ਹਿਰ। ਹਾਂ ਉਹ ਬੇਬੇ ਬਸ ਮੈਂ ਤਾਂ ਸਕੂਟਰ ਵਾਂਗੂ ਭਜਾਈ ਫਿਰਦੀ ਆ, ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ, ਬਸ ਗੱਲਾਂ ਹੀ ਛੱਡਦੇ, ਚਾਰੇ ਪਾਸੇ ਜੀਜਾ ਜੀ ਜੀਜਾ ਜੀ ਹੁੰਦੀ ਆ। ਅੱਜ ਤਾਂ ਸੇਵੀਆਂ ਖਵਾਈਆਂ ਮੈਨੂੰ ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ, ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ। ਮੇਰਾ ਹੀ ਝੂਠ, ਭਲਾ ਕਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ, ਕਹਿਤਾ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ। ਆ ਲੈ ਤੇਰੀ ਤਾਈ ਗੱਲ ਕਰਨਾ ਚਾਹੁੰਦੀ ਹੈ ਨੂੰਹ ਰਾਣੀ ਦੇ ਨਾਲ। ਗੱਲ ਕਰਨੀ ਆ ਤਾਈ ਨੇ, ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ, ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਨੇ, ਫੱਫੇ ਕੁੱਟਣੀ ਤਾਈ, ਮੈਂ ਨਹੀਂ ਕਰਾਉਂਦਾ। ਬਹੁਤੀਆਂ ਗੱਲਾਂ ਨਾ ਕਰ, ਮੇਰਾ ਵੀ ਜੀ ਕਰਦਾ, ਗੱਲ ਕਰਵਾ। ਬੇਬੇ ਤੇਰੀ ਨੂੰਹ ਹੈ, ਤੂੰ ਜੀ ਸਦ ਕੇ ਗੱਲ ਕਰ। ਪਰ ਉਹ ਆਪਣੇ ਹੈਲੋ ਬੇਬੇ, ਹੈਲੋ ਹੈਲੋ ਨਿਹਾਲ, ਹੈਲੋ। ਲੱਗਦਾ ਫੋਨ ਕੱਟਿਆ ਗਿਆ। ਕੀ ਪਤਾ ਕੱਟਿਆ ਗਿਆ ਕਿ ਕੱਟਤਾ, ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ। ਲੈ ਆ ਗਿਆ। ਹੈਲੋ ਨਿਹਾਲ। ਹੈਲੋ, ਸਤਿ ਸ੍ਰੀ ਅਕਾਲ ਬੇਬੇ, ਜਸਨੀਤ ਬੋਲ ਰਹੀ ਹਾਂ, ਕੀ ਹਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਧੀਏ, ਜਿਉਂਦੀ ਰਹਿ, ਬੁੱਢ ਸੁਹਾਗਣ ਹੋਵੇ, ਅਸੀਂ ਤਾਂ ਕਦੋਂ ਦੇ ਤੈਨੂੰ ਉਡੀਕਦੇ ਆ। ਓ ਰੀਅਲੀ ਬੇਬੇ, ਮੈਂ ਵੀ ਤੁਹਾਨੂੰ ਬਹੁਤ ਮਿਸ ਕਰਦੀ ਹਾਂ, ਪਰ ਤੁਸੀਂ ਚਿੰਤਾ ਨਾ ਕਰੋ, ਅਸੀਂ ਜਲਦੀ ਤੁਹਾਨੂੰ ਮਿਲਣ ਆ ਰਹੇ ਹਾਂ। ਆ ਬੇਟਾ, ਆਪਦੀ ਤਾਈ ਨਾਲ ਗੱਲ ਕਰ ਲੈ, ਮੈਂ ਫੋਨ ਸਪੀਕਰ ਤੇ ਲਾਉਣ ਲੱਗੀ ਹਾਂ। ਤਾਈ ਸਪੀਕਰ ਤੇ? ਹੈਲੋ ਤਾਈ, ਹਾਂ ਕੁੜੇ ਕੀ ਹਾਲ ਹੈ ਨੂੰ ਰਾਣੀਏ? ਹਾਂ ਫੋਨ ਸਪੀਕਰ ਤੇ ਕਿਉਂ ਲਵਾਇਆ? ਗੁਰਦੁਆਰੇ ਵਾਲੇ ਸਪੀਕਰ ਤੇ ਲਵਾਉਣਾ ਸੀ। ਸਾਰੇ ਪਿੰਡ ਨੂੰ ਸੁਣਾ ਦੇ, ਤਾਈ ਸੂਹਾ ਲੈਂਦੀ ਫਿਰਦੀਆਂ ਤੂੰ ਲੋਕਾਂ ਦੇ ਘਰਾਂ ਦੀਆਂ। ਸਭ ਪਤਾ ਮੈਨੂੰ, ਤਾਈ ਨੂੰ ਕਰਕੇ ਫੋਨ, ਤੇਰਾ ਸਪੀਕਰ ਬੰਦ ਕਰਾਉਣਾ ਹੀ ਪੈਣਾ ਮੈਨੂੰ। ਹਾਂ ਕੁੜੇ ਬੰਦ ਕਰ ਇਹਨੂੰ ਫੂਕਣਾ ਨੂੰ, ਇਹ ਤਾਂ ਭੌਂਕਣ ਲੱਗਿਆ ਆਲਾ ਦਾਲਾ ਨਹੀਂ ਵੇਖਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ ਨਿਹਾਲ। ਹਾਂ ਤੂੰ ਤਾਈ ਨੂੰ ਇਹਨਾਂ ਉੱਖ ਕੇ ਬੋਲਿਆ? ਉਹ ਇਹਨਾਂ ਕਰਕੇ ਤਾਂ ਸਾਰੇ ਪੰਗੇ ਪਏ ਨੇ, ਮੈਨੂੰ ਕਹਿੰਦੇ ਫੋਟੋ ਨੀ ਕੁੜੀ ਲੈ ਕੇ ਆ, ਕੁੜੀ ਗਾਂਸ ਵਾਲੀ ਸਮਾਨ ਪੈਕ ਕਰੀ ਬੈਠੀ ਆ ਵੀ ਜਿਹੜੀ ਮੈਂ ਕਹੂੰਗਾ ਚੱਲ ਤੇ ਚੱਲ ਪੂਗੀ, ਫੋਟੋ ਨੇ ਪੰਗੇ ਪਾ ਕੇ ਰੱਖਤੇ। ਚੰਗਾ ਹੁੰਦਾ ਨਾ ਜੇ ਬੇਬੇ ਨੂੰ ਮੇਰੀ ਫੋਟੋ ਦਿਖਾਈ ਹੁੰਦੀ। ਅੱਛਾ ਫਿਰ ਤਾਂ ਬੇਬੇ ਨੇ ਮੈਨੂੰ ਆਉਣ ਹੀ ਨਹੀਂ ਸੀ ਦੇਣਾ। ਨਿਹਾਲ ਆਸ਼ਕੀ ਕਰਦੀ ਹੈ ਤਾਂ ਫੱਟ ਬਾਕੀ, ਬੰਦੇ ਚੋਂ ਡਰ ਕਰਦੀ ਹੈ ਤਾਂ ਝੱਟ ਬਾਕੀ।
ਕੀ ਨਾਂ ਦੱਸਿਆ ਆਪਣਾ? ਨਿਹਾਲ। ਵੈਰੀ ਗੁੱਡ। ਨਾ ਸਾਡੀ ਕਿਸੇ ਨਾਲ ਕੋਈ ਲਾਗ ਡਾਟ ਹੈ, ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਰ ਪਤਾ ਨਹੀਂ ਮੇਰੀ ਭਤੀਜੀ 'ਤੇ ਅਟੈਕ ਕੌਣ ਕਰਵਾ ਰਿਹਾ, ਕੌਣ ਬਣਿਆ ਮੇਰੀ ਬੱਚੀ ਦੀ ਜਾਨ ਦਾ ਦੁਸ਼ਮਣ? ਸਿੱਧੂ ਸਾਹਿਬ, ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਕਿਸੇ ਨੇ ਜਸਨੀਤ ਦੇ ਫਾਦਰ ਦੀ ਵਸੀਅਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਅਨੁਸਾਰ ਜੇ 21 ਸਾਲ ਦੀ ਹੋਣ ਤੋਂ ਪਹਿਲਾਂ ਜਸਨੀਤ ਨੂੰ ਕੁਝ ਹੋ ਜਾਏ ਤਾਂ ਸਾਰੀ ਦੀ ਸਾਰੀ ਪ੍ਰੋਪਰਟੀ ਰਿਸ਼ਤੇਦਾਰਾਂ ਦੇ ਬਰਾਬਰ ਵੰਡੀ ਜਾਏਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ, ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ ਤੇ ਉਦੋਂ ਤੋਂ ਹੀ ਜਸਨੀਤ 'ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿੰਦਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ? ਫਿਰ ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ 'ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਪਾਲਾ ਖਾ ਰਿਹਾ, ਮੈਂ ਕਿਸੇ 'ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ, ਤੇਰੇ ਵਾਂਗੂ ਮਤਲਬ ਹੀ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ ਲਏ। 1 ਮਹੀਨਾ ਹੋਇਆ ਸੀ ਵਿਆਹ ਹੋਇਆ, ਮੇਰਾ ਭਰਾ ਐਕਸੀਡੈਂਟ 'ਚ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ 'ਤੇ ਸ਼ੱਕ ਹੈ, ਤੂੰ ਹੀ ਕੀਤਾ ਇਹ ਕਾਰਾ, ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ 'ਤੇ ਕੌਣ ਕਰਦਾ ਅਟੈਕ। ਹਾਂ ਹਾਂ, ਲੈ ਜਾ ਮੇਰੀ ਬੇਟੀ ਨੂੰ ਆਪਣੇ ਨਾਲ, ਤਾਂ ਕਿ ਉਹਦੀ ਕੋਈ ਹੁੱਕ ਸੁੱਕੀ ਨਾ ਲੱਗੇ। ਇੱਕ ਮਿੰਟ ਮੋਮ, ਕੈਨ ਯੂ ਗਾਇਸ ਪਲੀਜ਼ ਸਟਾਪ ਫਾਈਟਿੰਗ? ਅੰਕਲ, ਇਫ ਯੂ ਰੀਅਲੀ ਕੇਅਰ ਫॉर ਮੀ, ਨਿਹਾਲ ਨੂੰ ਮੇਰੇ ਬੋਡੀਗਾਰਡ ਲਈ ਹਾਇਰ ਕਰ ਲਿਆ। ਐਜ਼ ਯੂ ਵਿਸ਼ ਬੇਟਾ। ਬੇਟਾ, ਕੀ ਤੁਸੀਂ ਜਸਨੀਤ ਦੇ ਬੋਡੀਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ। ਸੋਚਣ ਵਾਲੀ ਕੀ ਗੱਲ ਹੈ ਜੀ, 24 hour ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀ ਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਿਹਾ ਜੀ, 21 ਸਾਲ ਛੱਡੋ, 99 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ, ਥੈਂਕ ਯੂ। ਕਮਾਲ ਹੈ, ਪਿੰਡ ਲੋਕ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡੇ ਦੇ ਨਿਹਾਲ ਸਿੰਘ ਦਾ ਟੈਲੈਂਟ ਸਮਝ ਕੇ। ਤੂੰ
So Nihal, what do you want to have? ना जी बस ये कुछ नहीं पीना पड़ना जी। मतलब कुछ तो ले ले, coffee, cold drink, something. ऐस टाइम जी coffee, cold drink. क्यों? ऐस टाइम मतलब? ऐस टाइम नू तो जड़ दोस्त ने पैग लाके सत्ते पे आंदे जी। तो फिर ला ले। पैग ला ला। हाँ, have one. अच्छा ही। पर देखो जी मैं अब ड्यूटी दे टाइम च दारू दूर पीने दे हक च है नहीं बाडीगार्ड नहीं मैं कड़ा पुलिस वाला भी जरा टनोया फरूंगा पर तुम कहने तो पिक ला लें जी बट मैं रोक दौ जी देखो मैं ना एक पैग तो बाद फिर मैं थोड़ा जहा हाँ भी डर जाना कई बार है जी चल ला ले जी रोक लेंगे मैडम जी उदा तो गल कोई नहीं सली ना दारू पी के ना जी साढ़े साल प्यार जाग जाता दिल की गल कह जी कर रहा होता भी जिमें हूँ तुम मेरे सामने बैठे हो मतलब कह दे भी जिमें आई लव यू मैडम जी नहीं नहीं मतलब ए नहीं भी जो बंदा प्यार करता हो गर्लफ्रेंड सामने बैठी हो कह मतलब जी कर सली दलेरी रह जाती है ना उदा मैडम अज हूँ जो सली पी ली आ मैं तुम दस देना बी सोने बहुत मैडम कम सला तेरा ही है मैं जो तो पहली बार देखे ना तेन मतलब दिलों आवाज निकली दिलों अंदर ते बेसाली चोबर पी है जमाई चोबर 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 मतलब जी जमें गुंदमा जहा माल मैडम जी तुसी मैं लगता गल समझ गए भाई यू आर वेरी ब्यूटीफुल थैंक यू निहाल अंग्रेजी फिल्म की हीरोइन होंगी ना सेम टू सेम डिटो ही बस तू अंग्रेजी फिल्म देखता है हाँ जी आ साले तारी दी मोटर ते होर की करी दे जी आए गल दसवा करी दे तारी दी मोटर ते की केड़ी फिल्म देखी तू तारी दी मोटर ते तुसी छड्डो जी ओता बस पर उदा मैं टाइटैनिक भी देखी जी मोबाइल च मोबाइल ते क्यों देखी कार टीवी ते क्यों नहीं देखी मैडम ऐ जी फिल्म मैं घरे तो ना देखी दिया ने जी अरे साफ सुथरी ता फिल्म है टाइटैनिक किरदा दी गल करदे जी ओ तो सला जहाज टाइम से डूब गया उन्होंने तो गंद पाउण दी पूरी तैयारी कर ली सी है जी सारे पिंडकां पुंडकां बढ़ाई गए जी सारे पिंड दे मोबाइल वाले मुंडिया कोले मोबाइल दे विच आओ फिल्म कईयां ने तो सलिया ने सील ही कट कट ओह पाया होया स्टॉप नहीं यार ਤੁਸੀਂ ਵੀ ਕਹਿੰਦੇ ਹੋ ਗਏ ਮੈਡਮ ਕਿਹੜੇ ਸਾਲੇ ਮਹਾਤੜ ਨਾਲ ਪੰਗਾ ਪੈ ਗਿਆ ਮੈਡਮ ਕਹਿਣ ਦਾ ਮਤਲਬ ਇਹ ਆ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ ਇਹ ਕੁਛ ਨਹੀਂ ਇਹ ਸਮਾਂ ਹੈ ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ ਇੱਕ ਅਮੀਰ ਗਰੀਬ ਨੂੰ ਪਿਆਰ ਕਰ ਸਕਦਾ ਹੈ ਗਰੀਬ ਅਮੀਰ ਨੂੰ ਪਿਆਰ ਕਰ ਸਕਦਾ ਸਹੀ ਗੱਲ ਹੈ ਨਿਹਾਲ ਪਿਆਰ 'ਚ ਕਦੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਸਹੀ ਗੱਲ ਪਿਆਰ ਬਸ ਪਿਆਰ ਹੀ ਹੁੰਦਾ ਹੈ ਜੇ ਅਮੀਰੀ ਗਰੀਬੀ ਦਾ ਕੋਈ ਫਰਕ ਹੁੰਦਾ ਸ਼ਾਇਦ ਮੇਰੀ ਜ਼ਿੰਦਗੀ 'ਚ ਰੂਪ ਨਹੀਂ ਹੁੰਦਾ रूप अमरीका बैठा रूप नू पता ही नहीं है निहाल क्योंकि मैं उन्हें दस्या ही नहीं यही सच्चा प्यार है जे मैं उन्हें एक बारी दस दिंदी ओ भजिया इत्थे आंदा ते मैं नहीं चाहती सी कि मैं आप रूप नू डेंजर च पावां ओदी जान नू भी तो खतरा हो सकता है सच्चा प्यार इनू कहते हैं मैं फोन करके आया हेलो और तारी तेनू सड़े ही कुड़ी लभी सी एक तो पंजाबी नहीं बोलती उत्तो सड़े इन्हें अमीर खानदान की कुड़ी है उत्तो पांच पांच बॉडीगार्ड उत्तो साड़ी ने बॉयफ्रेंड भी रखा होया उत्तो बेबे ने खुशी च खंड पाठ रखा लिया गुरुद्वारे उत्तो बेबे ने सारे पिंड नू फोटो दिखाती उत्तो खुसरे तुहाडे घरे नच के 1000 रुपया ले गए नाले गल सुन शेरा हुण तां जिहड़ा गल च ढोल पिया ना बस इहनू चुप करके बजाई चल हां ओ नहीं हुण कुछ नहीं हो सकता कुछ नहीं हो सकता
हाँ सच, एक आइडिया है। तू ऐ कर, नब्बे वापस चला जा। ते जांदे सारी पिंड वाले आंदे ना पैरी पै जा। कहती मेथो गलती हो गई। भतीजे जवानी च गलती हो जाती है। एक मिनट अंकल। निहाल, तू इतना सैड क्यों बैठा है? फिर की होया जो उहदा बॉयफ्रेंड हैगा? तू उहनूं इत्थे अपनी गर्लफ्रेंड तां बनाउण आया नहीं सी, है ना? देख, तू उहदे डर नूं अपनी ताकत बना। वैसे भी वह तेरे विश्वास तो करती है, नहीं तो तेन रूप बारे क्यों दसती? शी फील सेफ विद यू। निहाल, मैं एक आइडिया आया यार, क्यों ना आप मिलके उन्हें इन्ना डराइए, इन्ना डराइए कि उन्हें लगे कि वह सिर्फ निहाल दे नाल सेफ फील करती है, चाहे वह इंडिया हो चाहे कैनेडा। बाय द वे, कल का वह की प्लान है? स्क्रैपयार्ड। कितने मर गया बई, कुड़ी नूं डराउण दे चक्कर च कितने आप इन्ना डर गया होवे पतंदर, सड़ककारां दे कब्रस्तान च छड़ गया। टाइम भी बहुत हो गया यार। इट्स सॉर्टेड, थैंक यू, थैंक यू। मार देखदा गया जट खड़ा। गोली खा के लंघी, जे बेबे को जोंदी ले जानी है ना कुड़ी तक ने डच छड़ना ही पैना साले। चल चल बैठ, फिर सोके 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 गड्डी च बैठ। निहाले हो की रहे है, मेरी तो कुछ समझ नहीं आ रहा। कौन है जो सब कुछ छड़ के मेरी जान दे पीछे पिया होया है? मैं किसी का की बिगाड़िया है? सीधी नहीं गल है मैडम, दो हफ्तों तक तुसी 21 साल दे हो जाना ते तुहाडी सारी प्रॉपर्टी तुहाडे कोले आ जानी है। पर मैनू लगता के ਤੁਹਾਡਾ ਆਪਣਾ ਹੀ ਕੋਈ ਇਹ ਗੱਲ ਚਾਹੁੰਦਾ ਨੀਗਾ ਕਿ ਤੁਸੀਂ ਆਪਣੀ ਪ੍ਰੋਪਰਟੀ ਦੇ ਮਾਲਕ ਬਣੋ। ਆਪਣੇ? What do you mean? ਮੰਮੀ, ਚਾਚਾ ਜੀ? No, this is hard to believe. ਪਰ ਜੋ ਕੋਈ ਵੀ ਹੈ, ਪਤਾ ਤਾਂ ਮੈਂ ਕਰਕੇ ਹੀ ਛੱਡੂੰਗੀ।
ਪਤਾ ਕਰਾਉਣ ਦੇ ਲਈ ਮੈਡਮ ਪਹਿਲਾਂ ਬੰਦੇ ਨੂੰ ਜਿਉਂਦਾ ਰਹਿਣਾ ਪੈਣਾ ਅਤੇ ਜਿਹੜੇ ਹਾਲਾਤ ਚੱਲ ਰਹੇ ਨੇ ਨਾ ਨਾ ਬਹੁਤਾ ਚਿਰ ਤੁਸੀਂ ਜਿਉਂਦੇ ਰਹਿਣਾ ਅਤੇ ਨਾ ਮੈਂ ਨਾਲੇ ਇਸ ਬੇਗਾਨੇ ਮੁਲਕ ਦੇ ਵਿੱਚ ਮੈਂ ਕਿੰਨਾ ਕੁ ਚਿਰ ਤੁਹਾਡਾ ਬਚਾਅ ਕਰ ਸਕਦਾ ਹੈ ਮੇਰੀ ਮੰਨੋ ਆਹ ਦੋ ਹਫ਼ਤੇ ਜਦ ਤੱਕ ਤੁਸੀਂ 21 ਸਾਲਾਂ ਦੇ ਨਹੀਂ ਹੋ ਜਾਂਦੇ ਬਿਨਾਂ ਕਿਸੇ ਨੂੰ ਦੱਸੇ ਤੋਂ ਮੇਰੇ ਨਾਲ ਪੰਜਾਬ ਚੱਲੋ ਪੰਜਾਬ ਪੰਜਾਬ ਪਰ ਮੇਰਾ ਕੌਣ ਹੈ ਪੰਜਾਬ 'ਚ ਹਾਲੇ ਵੀ ਪੁੱਛਦੇ ਹੋ ਕਿ ਤੁਹਾਡਾ ਕੌਣ ਹੈ ਪੰਜਾਬ 'ਚ ਨਿਹਾਲ ਸਿੰਘ ਮਰਦਾ ਮਰ ਜੂਗਾ ਪਰ ਜਸਨੀਤ ਕੌਰ ਨੂੰ ਤਾਂ ਧੀ ਵਾਹ ਨਹੀਂ ਲੱਗਣ ਦਿੰਦਾ ਪਰ ਰੂਪ ਰੂਪ ਨੂੰ ਬਿਨਾਂ ਦੱਸੇ ਮੈਂ ਨਹੀਂ ਜਾ ਸਕਦੀ ਉਹਨੂੰ ਤਾਂ ਮੈਨੂੰ ਦੱਸਣਾ ਹੀ ਪੈਣਾ ਉਹ ਵਿਚਾਰਾ ਖਾਮਖਾ ਮੈਂ ਆਪਾਂ ਛਪਾਰ ਦੇ ਮੇਲੇ ਨਹੀਂ ਚੱਲੇ ਮੈਡਮ ਇਹ ਮੌਤ ਦਾ ਖੇਡ ਹੈ ਤੁਹਾਨੂੰ ਤਾਂ ਮੈਂ ਬਚਾ ਲੂੰਗਾ ਪਰ ਤੁਹਾਡੇ ਰੂਪ ਨੂੰ ਕੌਣ ਬਚਾਊਗਾ ਬਥੇਰੇ ਲੋਕਾਂ 'ਤੇ ਭਰੋਸਾ ਕਰਕੇ ਦੇਖ ਲਿਆ ਤੁਸੀਂ ਇੱਕ ਵਾਰੀ ਨਿਹਾਲ ਸਿੰਘ 'ਤੇ ਵੀ ਭਰੋਸਾ ਕਰਕੇ ਦੇਖ ਲਓ ਦੇਖੀ ਮੇਰਾ ਭਰੋਸਾ ਤੋੜੀ ਨਹੀਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ ਉਹ ਕੀ ਹੋ ਗਿਆ ਤੈਨੂੰ ਓਏ ਕਿਉਂ ਰੋਈ ਜਾਨੀ ਦੱਸ ਤਾਂ ਸਹੀ ਮਾਮਾ ਜੀ ਮੈਂ ਬਰਬਾਦ ਹੋ ਗਈ ਮੇਰੇ ਦਿਲ ਦੇ ਬਾਗ ਹੀ ਉਜੜ ਗਏ ਮੈਂ ਤਾਂ ਆਪ ਹੈਰਾਨ ਹਾਂ ਇਸ ਮਲੰਗ ਨੂੰ ਕੁੜੀ ਦੇ ਕੀ ਨਹੀਂ ਦਿੱਤੀ ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ 'ਚ ਕੋਈ ਮਾਤਾ ਪੰਛੀ ਵੀ ਨਹੀਂ ਹੈ ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀ ਲੈ ਕੇ ਆ ਗਿਆ ਉਹ ਪਤਾ ਨਹੀਂ ਨਿਹਾਲ ਕਿਸ ਮਿੱਟੀ ਦਾ ਬਣਿਆ ਹੋਇਆ ਉਹ ਤਾਂ ਮੇਰੇ ਨਾਲ ਦਾ ਗ੍ਰਹਿਉਂ ਵੀ ਮੈਂ ਹੈਰਾਨ ਹੈ ਉਹ ਸਾਲਾ 9ਵੀਂ ਫੇਲ ਤੇ ਮੈਂ ਬੀਐਡ ਪਾਸ ਉਹਨੂੰ ਕੈਨੇਡਾ ਦੀ ਕੁੜੀ ਦੇ ਕੀ ਨੇ ਦਿੱਤੀ ਇਹ ਤਾਂ ਮੈਂ ਮੰਨਦੀ ਹਾਂ ਜਿਹਨੇ ਹਲ ਬੜਾ ਸਕੀਮੀ ਹੈ ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਰਿਹਾ ਹੈ ਹਾਂਜੀ ਭੂਆ ਜੀ ਤੁਸੀਂ ਚਾਹ ਪੀ ਗੱਲ ਕੇ ਲੋਕੀ ਤਾਂ ਬਾਹਰ ਹੀ ਟੱਪਿਆ ਏ ਲੈ ਇੰਨੀ ਛੇਤੀ ਬਾਹਰ ਟੱਪਿਆ ਆ ਉਹ ਕਮਾਲ ਹੈ ਜਿਸ ਹਿਸਾਬ ਨਾਲ ਉਹਨੇ ਸਪੀਡ ਪੜੀ ਸਾਲਾ ਕਿਤੇ ਗਾਹੀ ਨਾ ਲੰਘ ਜੇ ਤੂੰ ਜਾ ਕੇ ਸੜਕ ਤੇ ਖੜ ਤਾਰੀ ਪੁੱਤ ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ ਹਾਂ ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ ਬਸ ਇੱਕੋ ਕੰਮ ਰਹਿ ਗਿਆ ਉਹ ਕਿਹੜਾ ਦੇਖ ਸਾਰੇ ਬਹਿ ਗਏ ਚਾਚੀ ਹਾਂ ਹੁਣ ਮੇਰੀ ਵੀ ਹੱਥ ਪੀਲੇ ਕਰਦੇ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ ਚਾਦਰ ਕੀ ਮੈਂ ਤਾਂ ਬਿਸਤਰਾ ਝੋਣ ਨੂੰ ਤਿਆਰ ਹਾਂ ਪਰ ਸਾਲਾ ਕਿਤੇ ਕੰਮ ਵੀ ਬਣੇ ਸਟਾਪ 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 ਦਿ ਕਾਰ ਰਾਈਟ ਨਾਓ ਉਹ ਕੀ ਹੋ ਗਿਆ ਹੁਣ ਗੱਡੀ ਕਾਸ ਤੁਰਕ ਵਾਲੀ ਆ ਉਹ ਪਿੰਡ ਹਲੇ ਬਹੁਤ ਦੂਰ ਆ ਕਾਤੋਂ ਵਿਚਾਲੇ ਰੋਕ ਲਈ ਗੱਡੀ ਹੈਲੋ ਮੈਡਮ ਜੀ ਕੀ ਹੋਇਆ ਦੱਸੋ ਨੋ ਵੇ ਆਈ ਐਮ ਨਾਟ ਵੇਅਰਿੰਗ ਥਿਸ ਕਾਈਂਡ ਆਫ ਕਲੋਥਸ ਬਲੱਡੀ ਬੈਡ ਸ਼ੀਟਸ ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਇਹਨਾਂ ਵਿੱਚ ਮੈਂ ਨਹੀਂ ਪਾਣੇ ਇਹ ਕੱਪੜੇ ਕਮਾਲ ਦੀ ਗੱਲ ਆ ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ ਕਿੱਦਾਂ ਦੇ ਕੱਪੜੇ ਪਵਾਉਂਦੇ ਨੇ ਕਾਰ ਦੇ ਏਸੀ 'ਚ ਵੀ ਗਰਮੀ ਲੱਗੀ ਜਾਂਦੀ ਹੈ ਐਕਚੁਅਲੀ ਕਾਰ ਦਾ ਏਸੀ ਖਰਾਬ ਆ ਚੱਲਦਾ ਹੈ ਭਾਜੀ ਸੜਿਆ ਚਲਾਇਆ ਨਹੀਂ ਫਿਰ ਭਾਜੀ ਤਾਰੀ ਭਾਜੀ ਨੇ ਪੈਸੇ ਨਾ ਉਹਨੇ ਸੀ ਦੇ ਦਿੱਤੇ ਨੇ ਸਲਾ ਤਾਰੀ ਇਨੇ ਸਾਰੇ ਕੱਪੜੇ ਉਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ ਆਈ ਨੀਡ ਅ ਚੇਂਜ ਡਰਾਈਵਰ ਡਿੱਕੀ ਓਪਨ ਕਰੋ ਜੀ ਮੈਡਮ ਓਏ ਨੋ ਓਪਨ ਬਾ ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ ਕਰ ਲੈਣ ਦੇ ਭਾਜੀ ਥੱਪੜ ਮਾਰੂ ਸਾਲੇ ਦੇ ਮੈਂ ਚੱਲ ਗੱਡੀ 'ਚ ਬੈਠ ਅਬ ਜਸਨੀਤ ਦੇਖ ਤੈਨੂੰ ਇੱਥੇ ਆਪਣਾ ਆਈਡੈਂਟੀ ਕਾਰਡ ਲੁਕੋ ਕੇ ਰੱਖਣਾ ਪੜਾ ਆਈਡੈਂਟੀ ਕਾਰਡ ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ ਪਰ ਇੱਥੇ ਮੈਨੂੰ ਕੌਣ ਪਛਾਣੇਗਾ ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ ਵਾਟ ਯਾਰ ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇੰਟਰਨੈਟ ਗੂਗਲਾਂ ਸਭ ਕੁਝ ਚੱਲਦਾ ਲੋਕ ਸਾਲੇ ਮੋਟਰਾਂ 'ਤੇ ਬੈਠ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ ਮੇਰੀ ਗੱਲ ਸੁਣਾ ਦੇ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ ਆਪਣਾ ਆਈਡੈਂਟੀ ਕਾਰਡ ਮੈਂ ਬਦਲਦਾ ਵਾ ਪਲੀਜ਼ ਟਰਾਈ ਟੂ ਅੰਡਰਸਟੈਂਡ ਜਸਨੀਤ ਤੂੰ ਇੱਥੇ ਜਸਨੀਤ ਨਹੀਂ ਜਸਨੀਤ ਕੌਰ ਹੈ ਕੌਰ ਦਾ ਮਤਲਬ ਟੌਰ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਜੇ ਕੋਈ ਸ਼ੱਕ ਹੈ ਤਾਂ ਸਾਈਡ 'ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ ਹੁਣ ਚਲੋ ਗੱਡੀ 'ਚ ਬੈਠੋ ਬਾਕੀ ਗੱਲਾਂ ਆਪਾਂ ਘਰੇ ਜਾ ਕੇ ਕਰਦੇ ਹਾਂ ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲ ਸਿੰਘ ਹਾਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ ਚੱਲ ਚਾਚੀ ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ ਹੁਣ ਸੈੱਟ ਆ ਜਮਾ ਚੱਲ ਹਾਂ ਪੂਰਾ ਬੇਟਾ ਲੈ ਆ ਗਏ ਆ ਗਏ ਆ ਗਏ ਆਓ ਜੀ ਆਓ ਜੀ ਆਓ ਲੱਥੋ ਜੀ ਮੇਰੀ ਮੰਮੀ ਨੂੰ ਨਾ ਬੇਬੇ ਕਹੀ ਨੀ ਸਿੰਪੋ ਨੀ ਆ ਜਾਓ ਨੀ ਆ ਜਾਓ ਮੇਰਾ ਲਾਡਲਾ ਪੁੱਤ ਆ ਗਿਆ ਮੰਮੀ ਨੂੰ ਨਾ ਬੇਬੀ ਵਧੀਆ ਲੱਗਦਾ ਯੂ ਮੀਨ ਬੇਬੀ ਰਾਈਟ ਬੇਬੀ ਨਹੀਂ ਬੇ ਬੇ ਬੇ
ਲੈ ਬੇਬੇ ਲਿਆਂਦੀ ਕੈਨੇਡਾ ਤੋਂ ਓਰਿਜਿਨਲ ਆ ਬੋਰਨ ਬ੍ਰੌਟ ਅਪ ਕੈਨੇਡਾ ਖੜ ਜਾ ਧੀਏ ਸੁੱਖਾ ਸੁਖਦੀ ਨੂੰ ਤਾਂ ਇਹ ਦੇਣ ਆਇਆ ਮੜ ਜਾ ਤੇਲ ਤਾਂ ਚੋ ਲੈਣ ਦੇ ਪੰਡਿਤ ਜੀ ਤੁਹਾਡੀਆਂ ਭਵਿੱਖਬਾਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ ਨਿਹਾਲ ਬੈਸਟ ਫਰੈਂਡ ਤਰਨਜੀਤ ਸਿੰਘ ਉਰਫ ਤਾਰੀ ਰਾਮ 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 ਐ ਹੋ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ ਚਾਰ ਕੁ ਦਿਨ ਦੇਖਦੇ ਆ ਸੱਚ ਆਪਣੇ ਆਪ ਸਾਹਮਣੇ ਆ ਜਾਓ ਹੈ ਠੀਕ ਹੈ ਆਓ ਚਲੀਏ ਸਲਿਆ ਮੇਰੀ ਬਾਰੀ ਤੂੰ ਤਾਂ ਸੱਚੀ ਲਾਇਆ ਓਏ ਸ਼ੁਕਰੀਆ ਮਿਹਰਬਾਨੀ ਹੱਥ ਬਾਲੀ ਕੋਲੇ ਨੇ ਕਨੇਡਾ ਵਾਲੀ ਦੇ ਓਏ ਆਪਣੇ ਵਾਲੇ ਤਾਂ ਬੱਠਲ ਚੱਕ ਚੱਕ ਕੇ ਅੱਟਣ ਪਏ ਹੁੰਦੇ ਨੇ ਹੱਸੇ ਮਜ਼ਾਕ ਚ ਕਿਤੇ ਤੂੰ ਆਪਣੀਆਂ ਗੱਲਾਂ ਤੇ ਅੱਟਣ ਨਾ ਪਵਾ ਲਈ ਗੁੱਤੇ ਆ ਚੱਲ ਕੁੜੇ ਬਹੂ ਤਾਂ ਬੜੀ ਸੋਹਣੀ ਹੈ ਤੇਰੀ ਇੰਨੀ ਸੋਹਣੀ ਬਹੂ ਲੈ ਕੇ ਉਹ ਟੁੱਟਾ ਕੀ ਰਿਹਾ ਤਾਈ ਕੈਨੇਡਾ ਵਾਲੀ ਆ ਰੀਜਨਲ ਅਸਲੀ What kind of a zoo is this? ਇਹ ਲੇਡੀ ਸੌਂਗਸ ਕਿਉਂ ਗਾ ਰਹੀਆਂ ਨੇ ਐਨ ਉਹ ਦੂਜੀ ਵਾਲੀ ਆਂਟੀ ਵਾਈ ਸ਼ੀ ਕਾਲ ਮੀ ਨੂ ਤੈਨੂੰ ਕੀ ਦੱਸਾਂ ਜਸਨੀਤ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ ਵੈਨ ਸਨ 93 ਚ ਜਦੋਂ ਵੱਡੇ ਹੜ ਆਏ ਸੀ ਹੜ ਫਲੱਡ ਓ ਸਾਡੇ ਪਿੰਡ ਸੱਜਣ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾ ਭਰੀ ਹੋਈ ਬਸ ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਦੁੜੁੰਮ ਮਤਲਬ ਜੰਪ ਕਰ ਗਈ ਓ ਮਾਈ ਗੋਡ ਸੱਚੀ ਮੁੱਚੀ ਤਾਰੀ ਦਾ ਪਾਪਾ ਬਸ ਚਲਾਉਂਦਾ ਸੀਗਾ ਵਿੱਚੇ ਉਹ ਸ਼ਹੀਦ ਹੋ ਗਏ ਦੱਸ ਸਾਲਿਆ ਬਸ ਦੇ ਨਾਲ ਹੀ ਪਾਪਾ ਜੀ ਠੰਡ ਜਦੋਂ ਦੇ ਪਾਪਾ ਜੀ ਪੂਰੇ ਹੋਏ ਨੇ ਨਾ ਦੀ ਐਂਡ ਨੂੰ ਠੰਡ ਹੀ ਪੜਨ ਲੱਗ ਗਿਆ ਬੇਚਾਰਾ ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਵਿਆਹਣ ਦੀ ਹਿੰਮਤ ਨਹੀਂ ਕੀਤੀ ਹੈਗੀ ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ ਚ ਆਉਂਦੀ ਆ ਸਾਡੇ ਪਿੰਡ ਵਾਲੇ ਏਦਾਂ ਹੀ ਨੂੰ ਨੂੰ ਕਹਿ ਕੇ ਉਹਦੇ ਸ਼ਗਨ ਸ਼ੁਗਨ ਪੂਰੇ ਕਰ ਲੈਂਦੇ ਨੇ ਪਾਪਾ ਜੀ ਮੇਰਾ ਮਤਲਬ ਫਾਦਰ ਸਾਹਿਬ ਸਾਰੀ ਆਮ ਸੋ ਸੌਰੀ ਯੂ ਹੈਵ ਟੂ ਹੀਅਰ ਦੈਟ ਅੱਛਾ ਜੀ ਵੇ ਕਿਉਂ ਮੇਰੀ ਕੁੜੀ ਨੂੰ ਤੰਗ ਕਰੀ ਜਾਂਦੇ ਆ ਚੱਲ ਧੀਏ ਅੰਦਰ ਚੱਲੀਏ ਕਿਉਂ ਸਾਲਿਆ ਤੇਰਾ ਕੀ ਢਿੱਡ ਦੁਖਦਾ ਸੀ ਅਗਲੀ ਮੇਰੇ ਜਿਉਂਦੇ ਪਿਓ ਦਾ ਅਫਸੋਸ ਕਰ ਰਹੀ ਸੀ ਜੇ ਬੇਬੇ ਨੇ ਅੰਦਰ ਪੈਰੋਂ ਕੱਢ ਲਈ ਨਾ ਸਾਰੇ ਪਿੰਡ ਨੇ ਆਪਣੇ ਅਫਸੋਸ ਤੇ ਬਹਿ ਜਾਣਾ ਚੱਲ ਕੀ ਗੱਲ ਪੁੱਤਰ ਤੂੰ ਇੰਨੇ ਉਦਾਸ ਕਿਉਂ ਆ ਉਹ ਮੈਨੂੰ ਸਭ ਕੁਝ ਦੱਸਦਾ ਨਿਹਾਲ ਨੇ ਬੇਬੇ ਜੀ ਸੁਣ ਕੇ ਬਹੁਤ ਅਫਸੋਸ ਹੋਇਆ ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ ਉਹੀ ਬੱਸ ਵਾਲੀ ਗੱਲ ਗੋਡ ਸ਼ੁਡਨਟ ਡੂ ਦਿਸ ਟੂ ਐਨੀਵਨ ਅਬਾ ਬੇਬੇ ਅਬ ਜਸਨੀ ਥੱਕ ਗਈ ਹੋਣੀ ਆ ਨਾ ਇੰਨੀ ਦੂਰੋਂ ਤੁਰ ਕੇ ਆਈ ਆ ਕੈਨੇਡਾ ਤੁਰ ਕੇ ਨਹੀਂ ਜਹਾਜ਼ ਤੇ ਆ ਮਤਲਬ ਇੱਕ ਗੱਲ ਆ ਜਾ ਤਾਰੀ ਜਾ ਕੇ ਰੂਮ ਦਿਖਾ ਇਹਨਾਂ ਨੂੰ ਹਾਂ ਹਾਂ ਜਹਾਜ਼ ਜੀ ਚਲੋ ਪੁੱਤਰ ਇਹ ਕਿਹੜੇ ਪਾਸੇ ਗੱਲ ਕਰ ਰਹੀ ਸੀ ਬਾਬਾ ਉਹ ਬੇਬੇ ਜਦੋਂ ਤੂੰ ਮੱਸਿਆ ਗਈ ਸੀ ਪ੍ਰੀਤ ਵਾਲਿਆਂ ਦੀ ਮਿੰਨੀ ਬੱਸ ਬਹਿ ਕੇ ਅਮਲੇਰ ਕੋਟਲੇ ਗੁਰੂ ਸਰ ਗੁਰਦੁਆਰੇ ਪਰ ਮੈਂ ਕਦੋਂ ਗਈ ਸੀ ਗੁਰੂ ਸਰ ਗੁਰਦੁਆਰੇ ਬੇਬੇ ਉਦੋਂ ਹੀ ਜਦੋਂ ਤੁਹਾਡੀ ਬੱਸ ਦੇ ਮੂਹਰੇ ਬੈਠੀ ਆ ਗਈ ਸੀ ਤਾਂ ਇਹਦੇ 'ਚ ਅਫਸੋਸ ਵਾਲੀ ਕਿਹੜੀ ਗੱਲ ਆ ਕੈਨੇਡੇ ਤੋਂ ਆਈ ਆ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ ਹਾਉ ਕਹਿ ਲੇਗੀ ਬੇੜੀ ਦਾ ਵਿਚਾਰੀ ਕਿੰਨੀ ਮਲੂਕ ਜਿੰਦਾ ਮੇਰੀ ਧੀ ਓਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨਹੀਂ ਪਰ ਆ ਮੇਰੀ ਨੂੰਹ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ ਜਿਉਂਦਾ ਰਹਿ ਪਤਾ ਨਹੀਂ ਬੱਸਾਂ ਮੂਰੇ ਬੈੜੀਆਂ ਲਿਆ ਲਿਆ ਕੇ ਕਿੰਨਾ ਚਿਰ ਬਚਾਂਗੇ ਵਾਹਿਗੁਰੂ ਵੇਰ ਆਰ ਯੂ ਉਹ ਕੀ ਹੋਇਆ ਰੋਈ ਕਿਉਂ ਜਾਨੀ ਹੈ ਮੇਰਾ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਫਿਰ ਗੈੜ ਗੜ ਗੰਨੇ ਕੋ ਖਾਈ ਜਾਨੀ ਹੈ ਦਿਲ ਟੁੱਟਿਆ ਦੰਦ ਨੇ ਟੁੱਟੇ ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਮਚਾਂ ਤੇ ਚੜ ਜਾਨੀ ਹੈ ਕਦੇ ਟੈਂਕੀ ਤੇ ਚੜ ਜਾਨੀ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਬੋਲ ਮੈਨੂੰ ਕਦੋਂ ਬੁਲਾਇਆ ਅਨਮੋਲ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਉਹ ਕੈਨੇਡਾ ਵਾਲੀ ਚੇਜਾ ਕੀ ਹੈ ਜੋ ਮੇਰੇ ਚ ਨਹੀਂ ਹੈ ਮੇਰੇ ਵਰਗੀ ਖਾਂਦੇ ਪੀਂਦੇ ਘਰ ਦੀ ਕੁੜੀ ਕਿ ਨਿਹਾਲ ਨੂੰ ਮਿਲਣੀ ਹੈ ਇਹ ਗੋਰਾ ਰੰਗ ਇਹ ਤਿੱਖੇ ਨੈਨਕਸ਼ ਇਹ ਕਾਲੀਆਂ ਜ਼ੁਲਫਾਂ ਦੱਸ ਮੈਨੂੰ ਕੀ ਕਮੀ ਹੈ ਮੇਰੇ ਚ ਅਨਮੋਲ ਦੱਸ ਮੈਨੂੰ ਉਹ ਕਮਲੀਏ
ਤੇਰਾ ਤੇ ਉਹਦਾ ਕੀ ਮੁਕਾਬਲਾ? ਉਹ ਤੇਰੇ ਵਾਂਗੂ ਕਮਾ ਚੋ ਜੜ ਸਮੇਤ ਗੰਨਾ ਪੱਟ ਲੂ। ਤੇ ਤੂੰ ਗੰਨਾ ਛੱਡ, ਮੈਂ ਸਣੇ ਜੜ ਕਿੱਕਰ ਪੱਟਦਾ, ਪਰ ਨਿਹਾਲ ਮੇਰਾ ਹੋਣਾ ਚਾਹੀਦਾ। ਅਨਮੋਲ, ਮੈਂ ਤੈਨੂੰ ਦੱਸਦੀ ਆ ਕਮੀ ਕੀ ਹੈ। ਕਮੀ ਇਹ ਹੈ ਕਿ ਉਹ ਕੈਨੇਡਾ ਵਾਲੀ ਵਾਂਗੂ ਮੈਂ ਚਵੜ ਚਵੜ ਇੰਗਲਿਸ਼ ਨਹੀਂ ਬੋਲ ਸਕਦੀ। ਯੈਸ, ਯੂ ਆਰ ਰਾਈਟ। ਅਨਮੋਲ, ਜਮੀ ਇਦਾਂ ਦੀ ਅੰਗਰੇਜ਼ੀ ਮੈਨੂੰ ਸਿਖਾ ਦੇ। ਹਾਂ ਹਾਂ, ਸਿਖਾਉਂਗਾ, ਹਾਂ ਸਿਖਾਉਂਗਾ। ਹੋ ਗਏ ਵੀ ਕਿੰਨੀ ਫੁੱਲ ਸਪੀਡ ਤੇ ਭਜਦੀ ਆ ਮੇਰੇ ਪਾਪੇ ਦੀ ਕਾਰ। ਇਹਨੂੰ ਕਾਰ ਕਹਿੰਦੇ? ਬਲਰੀ ਗਾਰਬੇਜ। ਓਏ ਗਾਰਬੇਜ ਗੁਰਬੇਜ ਨਾ ਬੋਲੀ, ਮੇਰੀ ਗੱਲ ਸੁਣ ਲਾ। ਪਹਿਲੀ ਕਾਰ ਆ ਜਿਹੜੀ ਸਾਡੇ ਪਿੰਡ ਦੇ ਵਿੱਚ ਆਈ ਆ, ਮੇਰਾ ਡੈਡੀ ਲੈ ਕੇ ਆਇਆ ਸੀ। ਉਸ ਤੋਂ ਬਾਅਦ 3600 ਫੋੜ। ਅੱਜ ਵੀ ਜਦੋਂ ਗੁਰਦੁਆਰੇ ਅਨਾਊਂਸਮੈਂਟ ਹੁੰਦੀ ਆ ਨਾ, ਅਸੀਂ ਫੀਅਟ ਕਾਰ ਵਾਲੇ ਵੱਜਦੇ ਆ, ਸੀਨਾ ਚੌੜਾ ਹੋ ਜਾਂਦਾ ਸੁਣ ਕੇ। ਓਏ ਉਨੀ ਟੌਰ ਤਾਂ ਪੱਗ 'ਚ ਤੁਰਲੇ ਦੀ ਨਹੀਂ ਹੁੰਦੀ ਜਿੰਨੀ ਸਾਡੀ ਫੀਅਟ ਕਾਰ ਦੀ ਆ। ਸਟਾਪ ਸਟਾਪ ਸਟਾਪ, ਬਸ ਕਰ ਨਿਹਾਲ, ਕਿੰਨਾ ਬੋਲਦਾ ਹੈ ਤੂੰ। ਸੌਰੀ ਜੇ ਤੈਨੂੰ ਗਲਤ ਬੋਲੀ। ਉਹ ਡੈਡੀ ਨੂੰ ਤਾਂ ਬੜੇ ਝੂਟੇ ਦਿੱਤੇ, ਸਾਡੀ ਵਾਰੀ ਖੜ ਗਈ ਹੈ। ਕੋਈ ਨੀ, ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲਾ, ਮੈਂ ਤਾਂ ਤੇਰੀ ਇੱਜ਼ਤ ਕਰੂੰ। ਡੈਡੀ ਦੀ ਆਖਰੀ ਨਿਸ਼ਾਨੀ। ਨਿਹਾਲ ਪੁੱਤ। ਹਾਂਜੀ। ਮੈਂ ਕਸ਼ਮੀਰੋ ਵੱਲ ਚੱਲੀ ਆ, ਉਹਦੀ ਮੱਝ ਬਿਮਾਰ ਆ। ਅੱਛਾ। ਜਸਨੀਤ ਨੂੰ ਕਹੀ ਮੇਰੇ ਆਉਂਦੀ ਨੂੰ ਰੋਟੀ ਬਣਾ ਕੇ ਰੱਖੇ। ਰੋਟੀ ਛੱਡ ਬੇਬੇ, ਰੋਟੀ ਬਣਾ ਕੇ ਕੀ ਕਰਨੀ ਆ? ਮੈਨੂੰ ਤਾਂ ਭੁੱਖ ਨਹੀਂ। ਮੈਂ ਤਾਂ ਕਹਿੰਦਾ ਤੂੰ ਵੀ ਕਸ਼ਮੀਰੋ ਚਾਚੇ ਲਈ ਖਾਇਆ। ਹਾਂ, ਮੈਂ ਅਗਲੇ ਦੇ ਘਰੇ ਕਿਉਂ ਰੋਟੀ ਖਾਵਾਂ, ਨਾਲੇ ਉਹਨਾਂ ਦੀ ਤਾਂ ਮੱਝ ਬਿਮਾਰ ਆ। ਕਮਾਲ ਦੀ ਗੱਲ ਆ ਬੇਬੇ, ਮੱਝ ਨੇ ਆਟਾ ਗੁੰਨ ਕੇ ਦੇਣਾ ਚਾਚੀ ਨੂੰ, ਤੈਨੂੰ ਰੋਟੀ ਨਹੀਂ ਖਿਲਾ ਸਕਦੀ ਉਹ। ਕਿਉਂ ਕਮਲੀਆਂ ਗੱਲਾਂ ਕਰਦਾ ਨਿਹਾਲ, ਮੈਂ ਰੋਟੀ ਘਰੇ ਆ ਕੇ ਖਾਣੀ ਆ। ਫਿਰ ਮੈਂ ਆਪਣੀ ਬੇਬੇ ਨੂੰ ਅੱਜ ਜਿਮੀਦਾਰ ਢਾਬੇ ਦੀ ਰੋਟੀ ਖਿਲਾਊ। ਕੜਾਈ ਪਨੀਰ ਤਾਂ ਇੰਨਾ ਸਵਾਦ ਬਣਾਉਂਦੇ ਆ, ਗੱਲਾਂ ਹੀ ਛੱਡ ਦੇ। ਮੈਂ ਨਹੀਂ ਖਾਣਾ ਪਨੀਰ ਪਨੂਰ, ਮੈਂ ਤਾਂ ਆਪਦੇ ਨੌਹ ਦੇ ਹੱਥੀ ਬਣੀ ਹੋਈ ਦਾਲ ਰੋਟੀ ਖਾਣੀ ਆ। ਤੂੰ ਦਾਲ ਰੋਟੀ ਖਾ ਲਈ ਬੇਬੇ, ਮੇਰੇ ਲਈ ਮੱਝ ਵਾਲੀ ਦਵਾਈ ਲੈ ਆਈ, ਮੈਂ ਉਹ ਖਾ ਲੂ। ਜਸਨੀਤ, ਇੱਕ ਗੱਲ ਦੱਸ। ਹਾਂ ਪੁੱਛ। ਤੇਰੇ ਸ਼ੌਕ ਕੀ ਨੇ? ਸ਼ੌਕ? ਯੂ ਮੀਨ ਹੌਬੀਜ਼? ਯੈਸ। ਓ, ਲੌਂਗ ਡਰਾਈਵਸ, ਐਡਵੈਂਚਰ ਸਪੋਰਟਸ, 뮤직, ਵਰਲਡ ਟ੍ਰੈਵਲ। ਘਰੇਲੂ ਸ਼ੌਕ? ਘਰੇਲੂ? ਆਟਾ ਗੁੰਨਣਾ, ਪੀੜੇ ਕਰਨੇ, ਰੋਟੀ ਬਣਾਉਣੀ। I hate cooking. I don't even know the sea of cooking. ਖਾਣਾ ਖਾਣਾ ਆਉਂਦਾ ਹੈ ਬਸ, ਰੋਟੀ ਬਣਾਉਣਾ ਤਾਂ ਦੂਰ। ਮੈਂ ਤਾਂ ਅੱਜ ਤੱਕ ਕਦੇ ਕਿਚਨ ਦੀ ਸ਼ਕਲ ਵੀ ਨਹੀਂ ਵੇਖੀ। ਫਿਰ ਤੈਨੂੰ ਮੈਂ ਅੱਜ ਕਿਚਨ ਦਿਖਾਉਂਗਾ। Forgive me ਨਿਹਾਲ, ਮੈਂ ਕਿਚਨ ਨਹੀਂ ਵੇਖਣਾ, ਮੈਂ ਚੱਲੀ ਹਾਂ ਪਿੰਡ ਵੇਖਣ, ਠੀਕ ਹੈ? ਓਹ, ਇੱਕ ਸੈਕਿੰਡ ਨਿਹਾਲ, ਉਹ ਜਿਹੜੀ ਟੈਂਕੀ ਹੈ, ਤੈਨੂੰ ਟੈਂਕੀ ਬਾਰੇ ਕਿਹਨੇ ਦੱਸਿਆ? ਦੱਸਿਆ ਨਹੀਂ, ਮੈਂ ਵੇਖਣ ਜਾਣੀ ਹੈ। ਅਬੇ ਬਾਹੂ ਨੂੰ ਦੇਖਣ ਨਾ ਜਾਈ, ਇਹ ਸਾਲੀ ਟੈਂਕੀ ਦੇ ਤਾਂ ਪਹਿਲਾਂ ਪਾਏ ਹੋਏ ਨੇ ਸਾਰੇ ਪੁਆੜੇ। ਪਤਾ ਨਹੀਂ ਕੀ ਕੀ ਕਹੀ ਜਾਂਦਾ ਤੂੰ। ਹੁਣ ਰੋਟੀ ਕੌਣ ਬਣਾਊ ਯਾਰ? ਤਾਰੀ। ਉਹ ਮੱਚ ਪੈ ਪੱਥ ਦੀਦੀ। ਤਾਰੀ, ਉਹ ਤਾਰੀ, ਰੋਟੀ ਵਾਲਾ ਕੰਮ ਤਾਂ ਹੋ ਗਿਆ ਬਈ। ਆ ਦੇਖ, ਆ ਦੇਖ, ਬਣ ਗਈ ਰੋਟੀ। ਮੈਂ ਕਹਿੰਦਾ ਤੇਰਾ ਜਲੇਬੀਆਂ ਤੇ ਕੰਮ ਜ਼ਿਆਦਾ ਵਧੀਆ ਚੱਲੂ। ਕਿਉਂ ਸਾਲਿਆ, ਰੋਟੀ ਥੋੜੋ, ਜਲੇਬੀਆਂ ਬਣਾਈ ਜਾਂਦਾ ਤੂੰ। ਉਹ ਸਾਲਿਆ, ਦੁਬਾਰਾ ਬਣਾ ਦੇਣਾ ਮਾ। ਆਹ ਤੇਰੇ ਲਵ ਲੈਟਰ ਨਹੀਂ ਹੈਗੇ ਜਿਹੜੇ ਪਾੜ ਪਾੜ ਸਿੱਟੀ ਜਾਂਦਾ। ਅੰਨ ਦੇਵਤਾ, ਅੰਨ ਦੇਵਤਾ, ਰੋਟੀ ਹੈ, ਮਾਫੀ ਮੰਗ ਲੈ ਸਾਲਿਆ, ਮਾਫੀ ਇਹਤੋਂ। ਤੂੰ ਦਾਲ ਚੁਗਲੀ ਸਾਲਿਆ? ਮੈਨੂੰ ਕਹੀ ਜਾਂਦਾ ਮਾ ਜੇ ਦਾਲ ਨਾ ਚੁਗੀ ਮੇਰੇ ਫੁੱਲ ਚੁਗਣੇ ਪੈ ਜਾਣੇ ਨੇ। ਮੈਂ ਕਹਿੰਦਾ ਉਹ ਚੁਗਣੇ ਸੌਖੇ ਹੋਣਗੇ, 5 ਮਿੰਟਾਂ ਚੁਕੇ ਜਾਣਗੇ ਤੇਰੇ ਫੁੱਲ ਤਾਂ। ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦਾਲ ਚਰੋੜੇ ਪਾਏ ਨੇ ਕਿ ਰੋੜੇ 'ਚ ਦਾਲ ਪਾਈ ਹੋਈ ਹੈ, ਪਤਾ ਕੀ ਸਕੀਮ ਆਈ ਮੈਨੂੰ ਹੁਣ। ਆ ਛੱਡ ਪਰਾਂ ਸਾਰਾ ਪੰਗਾ, ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ। ਅੱਧਾ ਆਈਡੀਆ ਤਾਂ ਤੇਰਾ ਠੀਕ ਆ। ਅੱਧਾ ਕਿਵੇਂ ਹੋਏ? ਬੇਬੇ ਨੂੰ ਗੁਰਦੁਆਰੇ ਨਹੀਂ, ਹਾਂ ਗੁਰਦੁਆਰੇ ਰੋਟੀ ਲੈ ਕੇ ਆਉਂਦੇ ਹਾਂ। ਯੈਸ, ਚੱਕ ਬੇਬੇ, ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ, ਆਪਣੇ ਕਰ ਕਮਲਾਂ ਦੇ ਨਾਲ। ਕਰ ਕਮਲਾਂ ਨੂੰ ਸਾਲਿਆ ਨਹੀਂ ਪਤਾ ਰੱਖਿਆ ਵਾ, ਬੇਬੇ ਉਹ ਮਾੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹਿ ਗਈ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ ਬਈ ਸਵਾਦ ਆ। ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ, ਬਹੁਤ ਸਵਾਦ ਦਾਲ ਬਣਾਈ ਆ, ਚਵਾਈ ਲੰਗਰ ਵਰਗੀ। ਜੀ ਕਰਦਾ ਪੁੰਜੇ ਬਹਿ ਕੇ ਖਾਵਾ? ਬਣਦਾ ਤਾਂ ਪੁੰਜੇ ਬਹਿ ਕੇ ਖਾਣੀ ਆ, ਲੰਗਰ ਚੋ ਲਿਆਂਦੀ ਆ। ਓਏ ਸੜਕ ਕੀ ਬਕਵਾਸ ਮਾਰ ਰਿਹਾ ਜੇ ਬੇਬੇ ਸੁਣ ਲੈਂਦੀ ਫਿਰ? ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖਾ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ। ਕਿਉਂ? ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਕੀ ਪਾੜ ਨੂੰ ਫਿਰਦਾ ਸੀ, ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ, ਘਰੇ ਨਹੀਂ ਮੈਂ ਲੈ ਜਾਣ ਦਿੰਦਾ। ਲੈ ਕੇ ਕਿਵੇਂ ਆਇਆ? ਉਹੀ ਪੁਰਾਣਾ ਤਰੀਕਾ। ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ, ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ, ਮੇਰਾ ਛੋਟਾ ਵੀਰਾ 2 ਦਿਨਾਂ ਦਾ ਭੁੱਖਾ, ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ। ਉਹ
ਆਹ ਕਿਹੜਾ ਪੁਰਜਾ ਆ ਗਿਆ ਓਏ। ਇਹ ਤਾਂ ਨੀਰੀ ਲਾਟ ਹੈ ਬਾਈ। ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ, ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ। ਆਏ ਹਾਏ ਓਏ। ਐਕਸਕਿਊਜ਼ ਮੀ, ਆਈ ਵਾਂਟ ਟੂ ਮੀਟ ਨਿਹਾਲ। ਹੈ ਕਿਵੇਂ ਜੀ? ਮੈਂ ਨਿਹਾਲ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਪਛਾਣਿਆ ਨਹੀਂ ਤੁਹਾਨੂੰ ਜੀ। ਮੈਂ ਸਿਮਰਤਾ, ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ। ਓ ਹਾਂਜੀ, ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤੇ ਨਹੀਂ ਰਹਿੰਦੇ? ਹਾਂਜੀ ਹਾਂਜੀ ਉਹੀ। ਲੈ ਮੇਰੇ ਸਕੇ ਚਾਚਾ ਹੀ ਨੇ ਉਹ ਤਾਂ। ਅੱਛਾ, ਹਾਂ ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ। ਆਹ ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ, ਸਮਰਸੀਬਲ ਲਾਉਣਾ ਸੀ ਨਾ ਆਪਾਂ, ਉਹ ਬਸ ਇੱਕ ਸਾਲਾ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ। ਅਗਲੇ ਸਾਲ ਪੱਕਾ ਕਿਹੜਾ ਮਾਰੂ ਜਮਾ ਟਰ ਗਾ ਬਸ। ਹੋਰ ਸੁਣਾਓ ਫਿਰ, ਕਿੰਨੇ ਕੁੱਤੇ ਨੇ ਸਾਹ ਘਰਿਆ ਓਏ। ਤੁਸੀਂ ਨਾ ਸਿਮਰ। ਹਾਈ ਨਿਹਾਲ। ਹਾਂ ਆ ਕੀ ਓਏ, ਬਾਹਰਲੇ ਮੁਲਕ ਗਿਆ ਕਦੇ? ਉੱਥੇ ਇਦਾਂ ਹੀ ਮਿਲਦੇ ਆ। ਓ ਅੱਛਾ ਜੀ, ਫੇਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕਦੇ, ਜੱਟ ਜਾਊ ਬਾਹਰ ਹੀ ਹੁਣ। ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਿਗੇ, ਇੰਨੇ ਹੈ ਨਹੀਂ ਆਪਣੇ ਕੋਲ। ਆਓ ਸਿਮਰਤ ਆਪਾਂ ਉੱਧਰ ਗੱਲ ਕਰਦੇ ਹਾਂ। ਹਾਂ ਆ ਜਾਓ। ਆ ਜੀ। ਉਹ ਸਾਲੇ ਉਹ ਬੰਦ ਕਰ ਦਿਆ ਕਰੋ ਕਦੇ ਆ ਦੁਕਾਨ ਜੀ, ਉਹ ਆ ਵੀਰੇ ਫਾੜੇ ਨੂੰ ਢੱਕ ਕੇ ਰੱਖ। ਆ ਮਿੱਠੂ ਤੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ। ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ, ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ, ਇੱਥੇ ਹੀ ਰਵਾਂਗੀ। ਇਹ ਤਾਂ ਵਧੀਆ ਗੱਲ ਆ। ਓਏ ਮੇਰੇ ਕੋਲ ਬੰਦਾ ਹੈਗਾ, ਆਪਾਂ ਇਹਦਾ ਪਾਸਪੋਰਟ ਬੁਕਵਾ ਦਿੰਦੇ ਹਾਂ 25 ਲੱਖ 'ਚ। ਆਪਾਂ ਨੂੰ ਸਿੱਧਾ ਸਿੱਧਾ 5 ਲੱਖ ਰੁਪਇਆ ਬਚੂ, ਊਂ 4 ਲੱਖ ਬਚੂ। ਊਂ ਦਾ ਕੀ ਮਤਲਬ? 6.5 ਲੱਖ ਰੁਪਇਆ ਤੋਰੇ ਫੇਰੇ 'ਤੇ ਵੀ ਲੱਗੂ। ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਦੱਸਦਾ, ਲੱਗਦਾ ਇੱਥੋਂ ਗੇਮ ਕਮਾਓ। ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ। ਕੀ? ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ। ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨੂੰ ਵਾਪਸ ਆ ਰਹੀ ਹਾਂ। ਉਹ ਯਾਰ ਸਭ ਕੁਝ ਜਾ ਕੇ ਸੱਚ ਸੱਚ ਦੱਸ ਦੇ, ਇਹਦੇ 'ਚ ਕੀ ਗੱਲ ਆ? 4 ਦਿਨ ਦੱਸ ਰਹਿਣਗੇ, ਬਾਅਦ 'ਚ ਠੀਕ ਹੋ ਜਾਣਗੇ। ਕਿਉਂ? ਹਾਂ ਤਾਂ ਹੀ ਤਾਂ ਏਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ। ਤੂੰ ਚੱਲ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼, ਜਾ ਕੇ ਉਹਨਾਂ ਨੂੰ ਸਮਝਾ ਪਲੀਜ਼। ਓਏ ਮੈਂ ਸਾਲਿਆ ਸੱਚ ਨਾ ਬੋਲੀ, ਤੂੰ ਇੱਕ ਵਾਰੀ 8ਵੀਂ 'ਚ ਸੱਚ ਬੋਲ ਕੇ ਮਿੱਠੂ ਦੇ ਬਸਤੇ 'ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ, ਸਾਲਿਆ ਮਿੱਠੂ ਉਦੋਂ ਦਾ ਕੋਮਾ 'ਚ ਹੈ। ਪਲੀਜ਼ ਨਿਹਾਲ, ਮੈਨੂੰ ਤੇਰੇ ਟੈਲੈਂਟ 'ਤੇ ਪੂਰਾ ਯਕੀਨ ਹੈ। ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਸਾਰਿਆਂ ਨੂੰ ਨਿਹਾਲ ਕਰ ਦਿੰਦਾ। ਨਿਹਾਲ ਚੱਲ ਨਾ ਪਲੀਜ਼। ਨਹੀਂ ਸਾਲਿਆ ਝੂਠ ਬੋਲੀ। ਪਲੀਜ਼ ਨਿਹਾਲ ਪਲੀਜ਼। ਝੂਠ ਝੂਠ ਝੂਠ। ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ। ਪਰੇ ਹਟੋਏ ਸਾਲਿਆ ਝੂਠ, ਸਾਲਿਆ ਬਰਵਾਏਗਾ ਸਾਨੂੰ, ਝੂਠ ਬੋਲ। ਸਾਲਿਓ ਰਹਿ ਕੀ ਮੰਗ ਲਈ, ਸਰਪੰਚੇ ਬਣ ਗਏ ਹੈ? ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ, ਆਈ ਡੋਂਟ ਲਾਈਕ ਦੈਮ ਅਨਐਜੂਕੇਟਡ ਪੀਪਲ, ਅਨਪੜ੍ਹ ਪੰਚਾਇਤ। ਲੈ ਸਾਲਾ ਬੜੀ ਛੇਤੀ ਪੰਪ 'ਚ ਆਉਂਦਾ, ਔਰ ਜਦੋਂ ਵੀ ਪੰਪ 'ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ, ਨਾਲੇ ਸਾਡੇ ਪਾਊਗਾ। ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ 'ਤੇ 7 ਦਿਨ ਦੀਆਂ ਛੁੱਟੀਆਂ ਨੇ। ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ, ਠੀਕ ਹੈ? ਉਹ ਤੇਰੇ ਕੰਨ 'ਤੇ ਪੈਣੀ ਹੈ। ਕਿਉਂ? ਮੇਰੀ ਵਾਰੀ ਹੈ। ਮੇਰੀ ਵਾਰੀ ਸੀ। ਦੋ ਬੰਟੇ ਮੈਨੂੰ ਦੇ। ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ, ਮੈਂ ਲਾ ਦੂੰਗੀ। ਮੈਨੂੰ ਸਮਝ ਨਹੀਂ ਆਉਂਦੀ ਮੈਂ ਖਰਚੇ ਨੂੰ ਕਿੱਦਾਂ ਫੇਸ ਕਰਾਂ। ਉਹ ਯਾਰ ਆਪਣਾ ਆਪਦਾ ਘਰ ਆ, ਡਰਨ ਵਾਲੀ ਕੀ ਗੱਲ ਆ। ਓ ਸਿਮਰਤ ਦੀਦੀ ਆ ਗਏ। ਸਿਮਰਤ ਦੀਦੀ ਆ ਗਏ। ਆ ਇੰਨੇ ਨਿਆਣੇ ਤੁਹਾਡੇ ਨੇ। ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ। ਓਏ ਹੋਏ ਹੋਏ ਹੋਏ, ਮੰਮੀ ਜੀ ਤਾਂ ਇਮੋਸ਼ਨਲ ਹੋ ਗਏ, ਪਾਪਾ ਜੀ ਕਿੱਥੇ ਨੇ? ਕੀ ਦੇਖਦਾ ਕਿੱਧਰ ਮੁੱਚ ਕਿਆ ਹੈ? ਆ ਕੀ ਆ? ਅੱਪੜਾ ਇਹੀ ਮਾਰੂ ਸਾਲੇ ਦੇ। ਸਾਲਾ ਜੀਜਾ ਜੀ, ਜੀਜਾ ਜੀ ਆ ਗਿਆ। ਜੀਜਾ ਜੀ ਕਿਹੜਾ ਜੀਜਾ ਜੀ? ਤੁਸੀਂ ਹੈ ਸਾਰੀ ਗੱਲ ਸਮਝਾਉਣ ਸਮਝਾਉਣ ਵਾਲੀ ਕਿਹੜੀ ਗੱਲ? ਇਹਦੇ ਚ ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ,
ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ। ਦੇਖ ਜਵਾਈ ਪੁੱਤਾਂ ਵਰਗੇ ਹੁੰਦੇ ਨੇ, ਘੱਟੋ ਘੱਟ ਤੂੰ ਹੀ ਆਪਣਾ ਫਰਜ਼ ਨਿਭਾ ਦਿੰਦਾ। ਪਰ ਪਾਪਾ ਇੱਦਾਂ ਦੀ ਗੱਲ ਨਹੀਂ ਹੈ ਜੀ, ਇੰਨਾ ਗੁੱਸਾ ਨਹੀਂ ਖਾਈਦਾ ਹੁੰਦਾ, ਕਦੇ ਨੋਹਾਂ ਨਾਲੋਂ ਵੀ ਮਾਂ ਸੱਡ ਹੋਇਆ। ਚਲੋ ਪਾਓ ਜਫੀ। ਓਏ ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ। ਓ ਮੇਰਾ ਜਵਾਈ ਪੁੱਤ, ਸੌ ਰੱਬ ਦੀ ਤੂੰ ਬਹੁਤ ਸੋਹਣਾ ਲੱਗਦਾ ਮੈਨੂੰ। ਜਸਨੀਤ, ਜਸਨੀਤ ਪੁੱਤ ਮਾੜੀ ਜੀ ਗੱਲ ਸੁਣੀ ਮੇਰੀ। ਜੀ ਬੇਬੇ। ਬੇਬੇ ਆ ਕੀ ਹੈ? ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ। ਮਤਲਬ? ਮਤਲਬ ਇਹ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ 'ਚ ਵਿਆਹੀ ਆਈ ਸੀ ਨਾ, ਤਾਂ ਨਿਹਾਲ ਦੀ ਪੜਦਾਦੀ ਨੇ ਉਹਨੂੰ ਦਿੱਤੀਆਂ। ਜਦੋਂ ਮੈਂ ਇਸ ਘਰ 'ਚ ਵਿਆਹ ਕੇ ਆਈ ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ। ਹੁਣ ਮੈਂ ਤੈਨੂੰ ਦੇਣਾ ਚਾਹੁੰਦੀ ਹਾਂ। ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ? ਬੇਟਾ ਗਿਫਟ? ਤੂੰ ਤਾਂ ਸਾਡੀ ਨੂੰਹ ਬਣਨ ਵਾਲੀ ਆ, ਤੈਨੂੰ ਹੀ ਦੇਣੀਆਂ। ਤੂੰ ਅੱਗੇ ਆਪਦੀ ਨੂੰਹ ਨੂੰ ਦੇ ਦੀ। ਮੈਂ ਕੁਝ ਸਮਝੀ ਨਹੀਂ। ਬੇਟਾ ਤੁਸੀਂ ਬਾਹਰਲੇ ਜੰਮੇ ਪਲੇ ਬੱਚੇ ਆ, ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ? ਮੈਂ ਤਾਂ ਚਾਹੁੰਦੀ ਆ ਕਿ ਤੂੰ ਤੇ ਨਿਹਾਲ ਵਿਆਹ ਕਰਾ ਲਓ। ਕੀ? ਮੈਂ ਤੇ ਨਿਹਾਲ ਵਿਆਹ? ਦੇਖੋ ਬੇਟਾ ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾ ਇਕੱਠੇ ਰਹਿ ਲੈਣਗੇ। ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ। ਇਹਦਾ ਮਤਲਬ ਨਿਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਕਿ ਮੇਰੀ ਜਾਨ ਨੂੰ ਖਤਰਾ ਹੈ? ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ। ਕੀ ਗੱਲ ਬੇਟਾ, ਚੁੱਪੀ ਹੋ ਗਈ? ਪੰਜਾਬੀ ਕੁੜੀ ਜਿੱਥੇ ਮਰਜ਼ੀ ਰਹਿ ਲੈ, ਸੰਗ ਉਹਦੇ ਨਾਲ ਹੀ ਰਹਿੰਦੀ ਆ। ਕਿੰਨੀ ਸਾਊ ਕੁੜੀ ਆ। ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ। ਮੇਰੇ ਨਾਲ ਤਾਂ ਚੀਟਿੰਗ ਕੀਤੀ ਹੈ। ਹੁਣ ਮੈਨੂੰ ਸਮਝ ਆਇਆ why everybody was calling me new bloody cheat nihal I don't want to see your face where am I going airport kithe I don't want to see your face nihal jasneet eh te hi kardi hai ਸਾਡਾ ਪਿੰਡ ਹੀ ਝੂਠਿਆਂ ਦਾ, ਸਰਪੰਚ ਤੋਂ ਲੈ ਕੇ ਕੋਦੂ ਤੱਕ ਸਾਰੇ ਝੂਠੇ ਆ। ਜਿਹੇ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ, ਸਾਡਾ ਤਾਂ ਪਿੰਡ ਫਸਟ ਹੀ ਝੂਠ ਚਾਹੁੰਦਾ। ਯੂ ਮੀਨ ਦਿਸ ਹੋਲ ਬਲੱਡੀ ਵਿਲੇਜ ਆਫ ਯੋਰਸ ਇਜ਼ ਫੁੱਲ ਆਫ ਲਾਇਅਰਸ? ਹੈ ਜੀ ਕਾਚ ਬਲੱਡੀ ਵਿਲੇਜਰਸ। ਕਮਾਲ ਹੈ, ਤੁਸੀਂ ਬਾਹਰਲੇ ਪੜ੍ਹੇ ਲਿਖੇ ਕਿੰਨੇ ਹੁੰਦੇ ਹੋ, ਮਿੰਟ 'ਚ ਸਾਰੀ ਗੱਲ ਸਮਝ ਲੈਂਦੇ ਹੋ। ਚੱਲ ਮੈਨੂੰ ਫੜਾ ਦੇ ਟੈਚੀ, ਤੂੰ ਮੇਰੀ ਗੱਲ ਤਾਂ ਸੁਣ। ਉਹ ਗੁੱਸਾ ਨਹੀਂ ਕਰਦਾ ਘਰੇ, ਚੱਲ ਜਸਨੀਤ ਕਿਉਂ ਐ ਕਰਦੀ? ਜਸਨੀਤ ਐ ਨਹੀਂ ਕਰੀਦਾ ਹੁੰਦਾ। ਮੈਂ ਜਾ ਰਹੀ ਆ, ਡਰਾਈਵਰ ਲੈਟਸ ਗੋ। ਉਹ ਸੋਨੀ ਪੈਸੇ ਲੈ ਲਈ ਕਰਦੀ ਸਵਾਰੀ ਐ। ਓਏ ਉੱਤੇ ਤੂੰ ਸਾਲੇ ਦਾ ਲੱਗਦਾ, ਨਾਂ ਕੀ ਹੈ ਤੇਰਾ? ਸ਼ਨੀ। ਵਾਕਿਆ ਹੀ ਸ਼ਨੀ ਆ ਸਾਲਿਆ, ਤੂੰ ਤੇਰੀ ਪੱਤਰੀ ਵੀ ਭੂਸ਼ਣ ਪੰਡਤ ਨੂੰ ਦਿਖਾਉਣੀ ਪੈਣੀ ਆ। ਨਾਲੇ ਗੱਲ ਸੁਣੋ ਮੇਰੀ, ਮੈਥੋਂ ਬਚ ਕੇ ਰਹੀ, ਬੜਾ ਕੱਬਾ ਸੁਭਾਅ ਹੈ ਮੇਰਾ। ਤਾਰੀ ਉਹ ਨਿਹਾਲ। ਹਾਂ ਤਾਰੀ। ਉਹ ਸਾਲਿਆ ਤੇਰਾ ਤਾਂ ਬੇੜਾ ਹੀ ਬਹਿ ਗਿਆ। ਓਏ ਕੀ ਹੋਇਆ? ਤੈਨੂੰ ਵੀ ਇੱਥੇ ਕਿੱਥੇ ਬੈਠੀ ਜਸਨੀਤ? ਚੱਕ ਸਮਾਨ ਘਰੇ ਚੱਲੀਏ। ਮੈਂ ਕਿਸੇ ਝੂਠੇ ਦੇ ਘਰ ਨਹੀਂ ਰਹਿੰਦਾ। ਝੂਠਾ? ਉਹ ਤਾਰੀ ਬੈਠਾ ਬੈਠਾ ਆਪਣੇ ਲੈਪਟਾਪ ਤੇ ਮਰਜੇ, ਸਾਲੇ ਦਾ ਮਰੇ ਦਾ ਪ੍ਰਿੰਟ ਆਊਟ ਨਿਕਲੇ ਜੇ ਮੈਂ ਕਦੇ ਝੂਠ ਬੋਲਿਆ ਬਈ ਯਾਰ। ਫੇਰ ਤੇਰੀ ਬੇਬੇ ਨੇ ਮੈਨੂੰ ਵਾਇਦੇ ਚ ਸੇ ਕਿ ਬਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਨਿਹਾਲ ਪਰਿਆਵਰਗੀ ਨੂੰ ਲੈ ਕੇ ਆਏਗਾ।
ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਂ ਸੀ ਸਿਮਰਤ, ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ। ਬੇਬੇ ਦੇ ਕਹਿਣ 'ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ। ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ, ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ। ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ, ਬੇਬੇ ਨੂੰ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ, ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ। ਫਿਰ ਮੈਂ ਕੀ ਕਰਾਂ? ਤੇਰੀ ਪ੍ਰੋਬਲਮ ਤੂੰ ਆਪ ਸਾਂਭ। ਐਡਜਸਟ ਕਰ ਯਾਰ। ਮੈਂ ਨਹੀਂ ਕਰਨਾ ਐਡਜਸਟ, ਪਹਿਲੇ ਸੋਚਣਾ ਚਾਹੀਦਾ ਸੀ ਨਾ ਇਹ ਸਭ ਕੁਝ। ਮੈਂ ਜ਼ਿਆਦਾ ਦਿਨਾਂ ਲਈ ਨਹੀਂ ਕਹਿ ਰਿਹਾ, ਦੋ ਚਾਰ ਦਿਨ ਲਈ। ਮੈਂ ਨਹੀਂ ਕਰਨਾ ਐਡਜਸਟ, ਤੂੰ ਜਾ ਇੱਥੋਂ। ਮੇਰੀ ਗੱਲ ਤਾਂ ਸੁਣ। ਕੋਈ ਫਾਇਦਾ ਨਹੀਂ, ਆਈ ਸੈਡ ਜਸਟ ਗੋ। ਟ੍ਰਾਈ ਟੂ ਅੰਡਰਸਟੈਂਡ। ਆਈ ਸੈਡ ਜਸਟ ਗੋ ਯਾਰ। ਦੇਖ ਲੈ ਇੱਕ। ਮੈਂ ਕਿ ਜਾ ਇੱਥੋਂ। ਦੇਖ ਲੈ ਇੱਕ ਵਾਰੀ। ਜਸਟ ਗੈਟ ਲੋਸਟ, ਗੋ ਅਵੇ। ਹੈਲੋ। ਚਲੋ ਵੀਰ ਜੀ ਬਾਈ, ਪੁੱਛ ਲੈ ਇੱਕ ਵਾਰੀ ਹੋਰ, ਸ਼ਾਇਦ ਮੰਨ ਹੀ ਜਾਏ। ਤੂੰ ਪੁੱਛ ਲੈ, ਚੱਲ। ਅਲੇ ਚੌਧਰੀ ਬਣ ਜਾਂਦੇ ਨੇ। ਬੇਬੇ ਸਤਨਾਮ ਵਾਹਿਗੁਰੂ। ਹਾਂ ਪੁੱਤ ਬੋਲ। ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਹੈ ਪੁੱਤ? ਬੇਬੇ ਮੈਂ ਸੋਚਦਾ ਵੀ ਐਤਕੀ ਤੈਨੂੰ ਪੌਂਟਾ ਸਾਹਿਬ ਮੱਥਾ ਟਿਕਾ ਕੇ ਲਿਆਵਾਂ। ਲੈ ਇਹ ਤਾਂ ਤੂੰ ਬਾਹਲਾ ਹੀ ਚੰਗਾ ਸੋਚਿਆ ਪੁੱਤ। ਮਾੜੇ ਜਿਹੇ ਦਿਨ ਖੁੱਲ ਲੈਣ ਦੇ, ਫਿਰ ਆਪਾਂ ਚੱਲਦੇ ਆ, ਨਾਲੇ ਜਸਨੀਤ ਨੂੰ ਵੀ ਮੱਥਾ ਟਿਕਾ ਲਿਆਵਾਂਗੇ। ਬੇਬੇ ਮੈਂ ਐਕਚੁਲੀ ਮੈਂ ਉਹੀ ਗੱਲ ਤੇਰੇ ਨਾਲ ਕਰਨੀ ਸੀ। ਦੱਸ। ਆਪਾਂ ਨੂੰ ਪਿੰਡ ਛੱਡਣਾ ਪੈਣਾ ਬੇਬੇ। ਕਿਉਂ? ਪਿੰਡ ਛੱਡ ਕੇ ਕਿੱਥੇ ਜਾਣਾ? ਚੰਡੀਗੜ੍ਹ ਚੱਲਦੇ ਆ ਬੇਬੇ। ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ, ਰੋਜ਼ ਗਾਰਡਨ 17 ਸੈਕਟਰ PGI ਕੋਲ ਆ, ਨਾਲੇ ਬੇਬੇ ਨਾਢਾ ਸਾਹਿਬ ਵੀ ਆ ਉੱਥੇ, ਸ਼ਾਮ ਸਵੇਰੇ ਮੱਥਾ ਟੇਕ ਲਿਆ। ਆਹੋ, ਹੁਣ ਤੇਰੀ ਕੈਨੇਡਾ ਵਾਲੀ ਵੋਟੀ ਜਿਉਂ ਆ ਗਈ, ਹੁਣ ਤੇਰਾ ਪਿੰਡਾਂ 'ਚ ਕਿਵੇਂ ਜੀ ਲੱਗਣਾ? ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਵੀ ਜਿਹੜੀ ਕੈਨੇਡਾ ਵਾਲੀ ਆ ਨਾ, ਉਹ ਐਕਚੁਲੀ ਥੈਂਕ ਯੂ ਉਹ ਨਾ। ਸਤਿ ਸ਼੍ਰੀ ਅਕਾਲ ਜੀ। ਪੁੱਤ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ? ਆਹੀ ਬੇਬੇ ਵੀ ਆ ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ, ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤਾਂ ਬੇਬੇ। ਲੈ ਅੱਛਾ ਤੂੰ ਮੈਨੂੰ ਇਹ ਦੱਸ ਨਿਹਾਲ, ਤੂੰ ਸੱਚੀ ਚੰਡੀਗੜ੍ਹ ਕੋਠੀ ਪਾਏਗਾ? ਉਹ ਮੈਂ ਤਾਂ ਹੱਸਦਾ ਬੇਬੇ, ਚੰਡੀਗੜ੍ਹ ਕੀ ਨੇ ਜਾਣਾ, ਹਾਰਨ ਵੱਜਦੇ ਰਹਿੰਦੇ ਆ ਟੈਂ ਟੈਂ ਪੈਂ ਪੈਂ, ਪਿੰਡਾਂ 'ਚ ਤਾਂ ਬਹਾਰ ਆ ਬੇਬੇ, ਨਾਲੇ ਅੱਜ ਕੱਲ੍ਹ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ। ਰੂਪ ਡੋਂਟ ਵਰੀ, ਆਮ ਫਾਈਨ ਹੇਅਰ, ਆਲ ਬੀ ਸੇਫ ਰੀਅਲੀ, ਇਟਸ ਜਸਟ ਅ ਮੈਟਰ ਆਫ ਅ ਫਿਊ ਡੇਜ਼, ਆਈ ਮਿਸ ਯੂ ਟੂ, ਬਾਏ। ਜਸਨੀਤ ਮੈਂ ਆਪਣੀ ਜਾਨ ਵਾਰ ਕੇ ਵੀ ਤੇਰਾ ਕਰਜ਼ਾ ਨਹੀਂ ਉਤਾਰ ਸਕਦਾ। ਅੱਛਾ, ਜੇ ਮੈਂ ਨਾਭੇ ਦਾ ਮਹਾਰਾਜਾ ਹੁੰਦਾ ਨਾ ਤਾਂ ਤੈਨੂੰ ਆਪਣੇ ਕੀਮਤੀ ਮੋਤੀਆਂ ਦਾ ਹਾਰ ਭੇਂਟ ਕਰਦਾ, ਪਰ ਹੁਣ ਤਾਂ ਜੱਟ ਕੋਲ ਸਿਰਫ ਇੱਕ ਜੱਫੀ ਹੈ, ਉਹ ਤੇਰੇ ਮੈਨੂੰ ਲੱਗਦਾ ਮੇਚ ਨਹੀਂ ਆਉਣੀ। ਜ਼ਿਆਦਾ ਡਰਾਮੇ ਨਾ ਕਰ, ਤੂੰ ਤਾਂ ਮੇਰਾ ਝੂਠਾ ਹੈ। ਥੈਂਕ ਯੂ। ਪਰ ਮੈਂ ਪਿਆਰ ਕਰਨ ਵਾਲਿਆਂ ਦੀ ਰਿਸਪੈਕਟ ਕਰਦੀ ਹਾਂ। ਰਿਸਪੈਕਟ ਕਰੀ ਜਾਈ, ਪਿਆਰ ਨਾ ਕਰੀ। ਇਹਦੇ ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ? ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ। ਸੱਚੀ ਪਿਆਰ ਤਾਂ ਤੇਰੇ ਵਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ। ਇਹ ਤਾਂ ਹੈ, ਆਈ ਫੀਲ ਸੋ ਲੱਕੀ, ਰੂਪ ਮੈਨੂੰ ਇੰਨਾ ਪਿਆਰ ਕਰਦਾ ਤੇ ਮੈਂ ਵੀ ਉਹਨੂੰ। ਓ ਗੋਡ, ਆਈ ਕਾਂਟ ਵੇਟ ਟੂ ਸੀ ਹਿਮ। ਖੁਸ਼ ਰਹੋ, ਆਬਾਦ ਰਹੋ, ਜਹਾਂ ਵੀ ਰਹੋ ਆਪਣੇ ਸੱਜਣ ਸਿਉਂ ਕੇ ਪਾਸ ਰਹੋ। ਚੱਲ ਚੱਲ ਹੁਣ ਡਰਾਮੇ ਨਾ ਕਰ, ਆਪਣੀ ਤਾਂ ਸਾਰੀ ਜ਼ਿੰਦਗੀ ਡਰਾਮੇ 'ਚ ਲੰਘੀ ਆ। ਮਿਸਟਰ ਡਰਾਮੇਬਾਜ਼, ਮੈਂ ਜੋ ਕੁਛ ਵੀ ਕਰ ਰਹੀ ਹਾਂ ਬੇਬੇ ਲਈ ਕਰ ਰਹੀ ਹਾਂ, ਕਿਉਂਕਿ ਮੈਂ ਉਹਨਾਂ ਨੂੰ ਉਦਾਸ ਨਹੀਂ ਦੇਖ ਸਕਦੀ। ਬੇਬੇ ਦਾ ਖਿਆਲ ਰੱਖੀ ਜਾਈ, ਬੇਬੇ ਦਾ ਪੁੱਤ ਭਾਵੇਂ ਸਲਫਾਸ ਪੀ ਕੇ ਮਰ ਜੇ। ਹੋ ਡਰਾਈਵਰ ਨੂੰ ਰੋਹੜ ਤੇ ਜੱਟ ਨੂੰ ਹੋੜ ਪਿਆਰ ਜਾਨਾ ਤੋਂ ਕੱਪੜੇ ਚੇਂਜ ਕਰਕੇ ਆਉਂਦੀ ਹਾਂ।
ਕੱਪੜੇ ਚੇਂਜ ਕਰੀ ਜਾਈ, ਮਾਇੰਡ ਨਾ ਚੇਂਜ ਕਰੀ। ਨਿਹਾਲ ਪੁੱਤ ਗੱਲ ਸੁਣ ਜੀ, ਕਸ਼ਮੀਰੋ ਦੀ ਮੱਝ ਮਰ ਗਈ, ਮੈਂ ਚੱਲੀ ਆ ਅਫਸੋਸ ਕਰਨ। ਅੱਜ ਚਾਚੀ ਵਾਲੀ ਫੇਰ ਚੱਲੀ, ਰੱਬ ਮਿਹਰ ਕਰੇ। ਕੀ ਕਿਹਾ? ਮੈਂ ਕਿਹਾ ਰੱਬ ਮਿਹਰ ਕਰੇ ਮੱਝ ਦੀ ਰੂਹ ਦੇ ਉੱਤੇ, ਉਹਨੂੰ ਆਪਣੇ ਚਰਨਾਂ ਚ ਥਾਂ ਦੇਵੇ। ਜਾ ਤੂੰ ਬੇਬੇ। ਫਿਰ ਇੱਕ ਕੰਮ ਕਰੀ, ਜਸਨੀਤ ਨੂੰ ਕਹੀ ਉਹ ਜਿਹੜੇ ਕੱਪੜੇ ਦੀਵਾਨ ਤੇ ਪਏ ਆ ਨਾ, ਉਹ ਸਾਰੇ ਧੋ ਦੇਵੇ। ਅੱਛਾ, ਕੱਪੜੇ ਧੋਣੇ ਆ ਬੇਬੇ? ਹਾਂ, ਮੇਰਾ ਮਤਲਬ ਕੱਪੜੇ ਧੋਣੇ ਆ ਜਾਂ ਸੁਕਾਉਣੇ ਵੀ ਆ? ਮਸ਼ੀਨ ਚ ਪਾ ਦਾਂਗੇ, ਨਾਲ ਦੀ ਨਾਲ ਸੁਕਾ ਵੀ ਦਊ। ਪੁੱਤ, ਮਸ਼ੀਨ ਚ ਆਪਾਂ ਕਿਵੇਂ ਪਾ ਦਾਂਗੇ? ਉਹ ਤਾਂ ਇੰਨੇ ਦਿਨਾਂ ਤੋਂ ਖਰਾਬ ਪਈ ਆ। ਬੇਬੇ, ਮੈਨੂੰ ਲੱਗਦਾ ਸਰਫ ਵੀ ਮੁੱਕਿਆ ਹੋਣਾ, ਆਪਾਂ ਕੱਲ ਨੂੰ ਧੋਲਾਂਗੇ। ਨਾ ਪੁੱਤ, ਸਾਰਾ ਕੁਛ ਹੈਗਾ। ਚੰਗਾ, ਮੈਂ ਚੱਲਦੀ ਆ। ਓ ਰੱਬਾ, ਦੇ ਮੈਨੂੰ ਥਾਪੀ, ਬਸ ਮੈਂ ਅੱਜ ਥਾਪੀ ਪਰੇਡ ਕਰਨ ਜੋਗਾ ਹੋ ਜਾਂ। ਸਾਲੇ ਕੱਪੜੇ ਧੋਣੇ ਕਿਹੜਾ ਸੌਖੇ ਪਏ ਆ, ਸਭ ਸਾਲੇ ਝੂਠੇ ਆ ਕੇ ਦੁੱਧ ਜੀ ਸਫੇਦੀ ਬਿਨਾ ਮਲੇ ਹੈ। ਆ ਗਈ ਮੇਰਾ ਮਜ਼ਾਕ ਉਡਾਉਣ ਨੂੰ। ਨਹੀਂ, ਕੱਪੜੇ ਬੇਹੋਸ਼ ਹੋ ਗਏ ਸੀਗੇ ਜੀ, ਪਾਣੀ ਚਿੜ ਬੁੜ ਪੋ ਇਹਨਾਂ ਨੂੰ ਹੋਸ਼ ਚ ਲਿਆ ਰਿਹਾ ਜੀ। ਤੂੰ ਤਾਂ ਚੇਂਜ ਕਰਨ ਗਈ ਸੀ ਨਾਲੇ? ਮੈਂ ਮਾਈਂਡ ਚੇਂਜ ਕਰ ਲਿਆ। ਸਾਡੀ ਵਾਰੀ ਨਾ ਕਰੀ ਕਦੇ। ਕੁਛ ਨਹੀਂ। ਅੱਛਾ ਸੁਣ, ਮੈਂ ਤੇਰੀ ਹੈਲਪ ਕਰਾ ਦਾ। ਕਰਾ ਸਕਦੀ ਆ, ਬਿਲਕੁਲ ਕਰਾ ਸਕਦੀ ਆ। ਪਿੱਕ ਮੋਗਰੀ ਥਾਪੀ, ਆਈ ਮੀਨ ਦਿਸ ਬੈਟ। ਓ, ਦਿਸ ਬੈਟ, ਨਾਓ ਹਿੱਟ ਦੈਟ ਕਪੜਾ। ਮਾਰਨਾ ਮੇਰਾ ਝੱਗਾ ਤੂੰ? ਯੂ ਸੈਡ ਇਟ। ਰਹਿਣ ਦੇ ਤੂੰ, ਐ ਕਰ ਆ ਪਾਣੀ ਦੀ ਪੈਪ ਚੱਕ, ਮੈਨੂੰ ਦੱਸੀ ਚੱਲ ਵੀ ਦਾਗ ਕਿੱਥੇ ਕਿੱਥੇ ਆ। ਦਾਗ ਤਾਂ ਤੇਰੇ ਮੂੰਹ ਤੇ ਵੀ ਬਹੁਤ ਨੇ, ਧੋ ਦਾ। ਅੱਛਾ, ਨਾ ਮੈਡਮ ਜੀ, ਤੁਹਾਡਾ ਤਾਂ ਸਪੇਅਰ ਪਾਰਟ ਵੀ ਨਹੀਂ ਮਿਲਣਾ ਇੱਥੋਂ। ਹੈਲੋ ਨਿਹਾਲ, ਛੇਤੀ ਕਰੇ ਆ ਜਾ। ਓ ਯਾਰ, ਮੈਂ ਤਾਂ ਹਲੇ ਇੱਕ ਬੇਬੇ ਦੀ ਚੁੰਨੀ ਧੋਣੀ ਆ ਤੇ ਦੋ ਮਰੀਆਂ ਬਣਾਣਾ। ਇਡੀਅਟ, ਚੁੰਨੀਆਂ ਤੇ ਬਣਾਣਾ ਨੂੰ ਛੱਡ, ਪਾਪਾ ਦੇ ਦੋਸਤ ਸ਼ਾਮ ਨੂੰ ਤੈਨੂੰ ਘਰੇ ਮਿਲਣ ਆ ਰਹੇ ਨੇ, ਤੂੰ ਬਸ ਜਲਦੀ ਆ ਜਾ। ਅੱਛਾ, ਫਿਰ ਮੈਂ ਛੇਤੀ ਤੋਂ ਪਹਿਲਾਂ ਆਇਆ। ਨਿਹਾਲ ਬੇਟਾ, ਇਹ ਅਮਰੀਕ ਹੋਣੇ ਮੇਰੇ ਬਹੁਤ ਪੁਰਾਣੇ ਮਿੱਤਰ। ਅੱਛਾ ਜੀ, ਇਹਨਾਂ ਦਾ ਸਭ ਦਾ ਸਮਰ। ਹੈਲੋ, ਕਿੱਦਾਂ ਜੀ? ਹੈਲੋ ਪੁੱਤ, ਲਿਆਓ ਸਾਰਿਆਂ ਨੂੰ ਪਿਆਰ ਰੱਖੋ ਬੇਟਾ, ਤੇ ਚਲੋ ਜੀ ਅਸੀਂ ਖਾਣਾ ਬਣਾ ਲਈਏ। ਓ ਵਾਹ ਬਈ ਜਰਨੈਲ, ਉਹ ਬੱਚੇ ਕਿੰਨੇ ਵੱਡੇ ਹੋ ਗਏ, ਉਹ ਜੀ ਕੱਲ ਦੀਆਂ ਗੱਲਾਂ ਨੇ, ਸਾਡੇ ਵਿਆਹ ਹੋ ਰਹੇ ਸੀ। ਤੂੰ ਆਏ ਘਰ ਪੁੱਤ, ਜਿੰਨੀ ਦੇਰ ਤੱਕ ਬੁੜੀਆਂ ਰੋਟੀ ਰੋਟੀ ਲੈ ਕੇ ਆਉਣਗੀਆਂ ਨਾ, ਤੁਸੀਂ ਜਾਓ ਆਪਣੀਆਂ ਗੱਲਾਂ ਬਾਤਾਂ ਮਾਰੋ। ਬਾਈ ਜੀ, ਕਿਸਮਤ ਵਾਲੇ ਹੋ ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ। ਅੱਛਾ, ਥੈਂਕ ਯੂ। ਨਾਲੇ ਬਾਈ, ਜਿਹਨੂੰ ਬੰਦਾ ਚਾਹੁੰਦਾ ਹੋਵੇ ਉਹਦੇ ਨਾਲੇ ਵਿਆਹ ਹੋ ਜਾਵੇ, ਹੋਰ ਕੀ ਚਾਹੀਦਾ ਜ਼ਿੰਦਗੀ ਤੋਂ। ਸਹੀ ਗੱਲ ਹੈ। ਫੇਰ ਤਾਂ ਅਸ਼ਕ ਦਾ ਦਿਲ ਕਰਦਾ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ, ਕਦੇ ਦਿਲ ਕਰਦਾ ਵੀ ਉਹਦਾ ਪਰਛਾਵਾਂ ਹੋ ਜਾਂ, ਕਦੇ ਦਿਲ ਕਰਦਾ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ। ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧੋਵਾਂ, ਕਦੇ ਕਚੱਲਾਂ, ਕਦੇ ਸੁੱਕਣੇ ਪਵਾਵਾਂ। ਇੱਕ ਥਾਪੀ ਉਹਦੇ ਹੱਥ 'ਚ ਹੋਵੇ, ਇੱਕ ਥਾਪੀ ਮੇਰੇ ਹੱਥ 'ਚ ਹੋਵੇ, ਇੱਕ ਥਾਪੀ ਮੈਂ ਮਾਰਾਂ, ਇੱਕ ਥਾਪੀ ਉਹ ਮਾਰੇ, ਸਲੀਆਂ ਮਾਰ ਮਾਰ ਥਾਪੀਆਂ ਝੱਗਾ ਫੜਦੀ। ਬਾਈ, ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ? ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ, ਪਰ ਗੱਲ ਦਾ ਸਵਾਦ ਬਹੁਤ ਆਇਆ। ਹਾਂਜੀ, ਕੀ ਗੱਲਾਂ ਚੱਲਦੀਆਂ ਨੇ, ਕੀ ਹਾਲ ਹੈ ਸਮਰ? ਬਸ ਵਧੀਆ ਜੀ। ਬਾਈ ਮੈਂ ਚੱਲਦਾ ਯਾਰ। ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ? ਬਚਪਨ ਤੋਂ, ਕਲਾਸਮੇਟ ਸੀ ਮੇਰਾ। ਪਰ ਕਿਉਂ? ਨਹੀਂ ਨਹੀਂ ਵੈਸੇ ਪੁੱਛਿਆ। ਫੇਰ ਵੀ ਕਿਉਂ? ਪਿਆਰ ਕਰਦਾ ਤੈਨੂੰ। ਪਾਗਲ ਹੋ ਗਿਆ ਨਿਹਾਲ ਤੂੰ। ਵਾਹ ਓਏ ਮੇਰੇ ਰੱਬਾ, ਆਸ਼ਕ ਤਾਂ ਜਮਾਂ ਸਿੱਧੇ ਬਣਾਤੇ, ਤੇ ਮਸ਼ੂਕਾਂ ਜਲੇਬੀ ਵਰਗੀਆਂ।
Humpty Dumpty sat on a wall. Humpty Dumpty had. ਮੇਰੇ ਤੋਂ ਨਹੀਂ ਹਮਟੇ ਡਮਟੇ ਸਿੱਖੇ ਜਾਂਦੇ, ਨਾਲੇ ਮੇਰੇ ਤੋਂ ਨਹੀਂ ਕਿਸੇ ਵਾਸਤੇ ਆਪਦੇ ਆਪ ਨੂੰ ਬਦਲਿਆ ਜਾਂਦਾ। ਜਿਹਨੇ ਮੇਰੇ ਪਸੰਦ ਕਰਨਾ ਹੋ ਏਦਾਂ ਦੀ ਉਹ ਕਰ ਲੂ। ਤੈਨੂੰ ਕਿਹਨੇ ਪਸੰਦ ਕਰਨਾ? ਚੌਥੀ ਜਮਾਤ ਤੋਂ ਲੈ ਕੇ ਤਾਂ ਤੂੰ ਨਿਹਾਲ 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 ਦੇ ਜਾਪ ਕਰਦੀ ਆ ਰਹੀ। ਅਨਮੋਲ, ਤੂੰ ਮੈਨੂੰ ਚੌਥੀ ਜਮਾਤ ਤੋਂ ਵੀ ਦੇਖਦਾ ਹੁੰਦਾ ਸੀ? ਹਾਂ, ਮੈਂ ਤੈਨੂੰ ਦੇਖਦਾ ਹੁੰਦਾ ਸੀ। ਤੇਰੇ ਪਿੱਛੇ ਤਾਂ ਖਮਾਣੋ ਸਕੂਲ ਦੇ ਦੋ ਮੁੰਡਿਆਂ ਦਾ ਮੈਂ ਖੜਕੈਂਤਾ ਚਾੜਦਾ ਸੀ। ਕਿਉਂ? ਉਹ ਸਾਲੇ ਤੈਨੂੰ ਮੋਟੀ ਮੋਟੀ ਕਹਿ ਕੇ ਬੁਲਾਉਂਦੇ ਸੀ। ਮੋਟੀ ਤਾਂ ਉਹ ਮੈਨੂੰ ਕਹਿੰਦੇ ਸੀ, ਫਿਰ ਤੈਨੂੰ ਕਾਹਦਾ ਦੁੱਖ ਲੱਗਦਾ ਸੀ? ਮੈਂ ਤੈਨੂੰ ਪਸੰਦ ਕਰਦਾ ਸੀ। ਤੇ ਅੱਜ? ਅੱਜ ਨਹੀਂ ਪਸੰਦ ਕਰਦਾ? ਕਰਦਾ, ਅੱਜ ਵੀ ਕਰਦਾ। ਹਾਏ ਅਨਮੋਲ, ਤੂੰ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ। ਗੋਲੀ ਮਾਰ ਨਿਹਾਲ ਨੂੰ। ਆਈ ਲਵ ਯੂ ਵੈਰੀ ਮੱਚ ਅਨਮੋਲ। ਓਏ, ਤੈਨੂੰ ਤਾਂ ਅੰਗਰੇਜ਼ੀ ਆਉਣ ਲੱਗ ਗਈ। ਇੰਨੀ ਕੁ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀ ਸੀ ਅੰਗਰੇਜ਼ੀ। ਅਨਮੋਲ, ਤੂੰ ਦੱਸ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਨਾ ਅਨਮੋਲ? ਦੱਸ ਅਨਮੋਲ, ਤੂੰ ਮੇਰੇ ਨਾਲ ਵਿਆਹ ਕਰਾਏਂਗਾ ਨਾ? ਕਰਾਏਂਗਾ ਅਨਮੋਲ, ਨਹੀਂ ਤਾਂ ਮੈਂ ਟੈਂਕੀ ਤੇ ਚੜ ਕੇ ਜਾਊਂਗਾ। Left, right, left, right. Singa, 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 Mr. Singa, Mr. Singa. Chal chali na ho beta. Baby ji, tusi bahut sweet ho. But the sweet side da ta nahi mainu pata. Bas mainu ta inna pata ki meri hon wali no Rab da roop hoegi jadon main tera photo dekhya. Meri photo? Le, main ki? ਫੋਟੋ ਤਾਂ ਤੇਰੀ ਸਾਰੀ ਪਿੰਡ ਨੇ ਦੇਖੀ ਸੀ ਪੁੱਤ। ਸਾਰੇ ਪਿੰਡ ਨੇ ਮੇਰੀ ਫੋਟੋ ਵੇਖੀ ਸੀ? ਤੈਨੂੰ ਨੀ ਪਤਾ ਪੁੱਤ, ਸਰਪੰਚ ਆਪਣੇ ਘਰੇ ਸਪਨਾ ਦਾ ਰਿਸ਼ਤਾ ਲੈ ਕੇ ਆਇਆ ਸੀ। ਨਿਹਾਲ ਨੇ ਨਾ ਕਰਤੀ, ਸਪਨਾ ਜਾ ਕੇ ਟੈਂਕੀ ਤੇ ਚੜ ਗਈ। ਫੇਰ ਕਿਤੇ ਜਾ ਕੇ ਨਿਹਾਲ ਨੇ ਤੇਰਾ ਫੋਟੋ ਦਿਖਾਇਆ ਸਾਨੂੰ। ਇਹਦਾ ਮਤਲਬ ਤੁਸੀਂ ਮੇਰੀ ਫੋਟੋ ਮੇਰੇ ਆਉਣ ਤੋਂ ਪਹਿਲਾਂ ਵੇਖ ਲਈ ਸੀ? ਹਾਂ ਪੁੱਤ, ਫੋਟੋ ਦੇਖਣ ਤੋਂ ਬਾਅਦ ਹੀ ਤਾਂ ਨਿਹਾਲ ਸਾਰੇ ਪਿੰਡ ਦੇ ਕਹਿਣ ਤੇ ਤੈਨੂੰ ਇੱਥੇ ਲੈ ਕੇ ਆਇਆ। ਨਿਹਾਲ, ਮੈਂ ਤੇਰੇ ਤੇ ਕਿੰਨਾ ਭਰੋਸਾ ਕੀਤਾ ਤੇ ਤੂੰ। ਤਾਰੀ? ਹੈਲੋ। ਹਾਂ ਤਾਰੀ, ਹੈ
ਕਿੱਥੇ ਚੱਲੀਆਂ? ਉਹ ਤੋਤੀ ਰੁਕ ਰੁਕ ਸਾਲਿਆ, ਰੁਕ 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 ਕਿੱਥੇ ਚੱਲੇ ਜੀ? ਭੂੰਡ ਤੇ ਬਹਿ ਕੇ ਜਾਂ ਫੇਸਬੁੱਕ ਤੇ ਫੋਟੋ ਲਾਉਣੀ ਆ ਵੀ ਪੜਦੀ ਸੈਰ ਇਨ ਭੂੰਡ? ਫੇਸਬੁੱਕ ਤਾਂ ਬੜਾ ਪਤਾ ਹੈ ਤੈਨੂੰ, ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੇ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰਹ ਹੈ। ਕਿਹੜੀ ਫੋਟੋ? ਮੇਰੀ ਫੋਟੋ, ਬੇਬੇ ਨੇ ਦੱਸਤਾ ਮੈਨੂੰ ਸਭ ਕੁਛ। ਬੇਬੇ ਵੀ ਗੱਲ ਨੂੰ ਬੜੀ ਛੇਤੀ ਲੀਕ ਆਊਟ ਕਰ ਦਿੰਦੀ ਆ। ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ, ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ। ਉਹ ਬਸ ਕਰ ਤੂੰ, ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ। ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ, ਮੈਂ ਸੱਚ ਬੋਲ ਰਿਹਾ ਵਾਂ। ਯਾਰ ਪਿੰਡ ਵਾਲੇ ਮੇਰਾ ਵਿਆਹ ਕਿਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ। ਤਾਰੀ ਨੇ ਸਾਲੇ ਨੇ ਨੈਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ, ਫਿਰ ਮੈਂ ਕੈਨੇਡਾ ਗਿਆ। ਬਾਕੀ ਦੀ ਸਟੋਰੀ ਯੂ ਨੋ ਬੈਟਰ। ਹੈਲੋ, ਚੱਲ ਕਰ ਚੱਲੀਏ ਨਾ। ਜਸਟ ਸ਼ਟ ਅਪ, ਹਾਊ ਡੇਅਰ ਯੂ। ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਹੈ? ਨਹੀਂ 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 ਨਹੀਂ, ਗੱਲ ਇਦਾਂ ਦੀ ਨਹੀਂ ਕਿ ਟ੍ਰਾਈ ਟੂ ਅੰਡਰਸਟੈਂਡ, ਮੇਰੀ ਗੱਲ ਸੁਣ ਪਲੀਜ਼। ਚੱਲ ਮੈਂ ਬੇਬੇ ਨੂੰ ਕੀ ਦੱਸੂਗਾ? ਨੋ ਡਰਾਈਵਰ, ਲੈਟਸ ਗੋ ਪਲੀਜ਼। ਯਾਰ ਤੇਰਾ ਯੈਲੋ ਟਿਕਟ ਟੁੱਟ ਨਾ ਜਾਵੇ। ਮੇਕ ਯੂ ਨੋ ਵੇ ਡਰਾਈਵਰ, ਚਲੋ ਨਾ। ਡਰਾਈਵਰ ਇੱਕ ਮਿੰਟ, ਜਸਟ ਗੇਟ ਆਊਟ ਆਫ ਮਾਈ ਲਾਈਫ ਯਾਰ, ਜਸਟ ਗੋ ਵੇ। ਅੱਛਾ, ਭੂੰਡ ਵਾਲੇ ਨੂੰ 25 ਰੁਪਏ ਦੇ ਵੱਧ ਨਾ ਦੇਈ, ਮੈਂ 50 ਦੂੰਗੀ। ਐਨੀ ਪ੍ਰੋਬਲਮ, ਜਸਟ ਗੇਟ ਲੋਸਟ। ਤੋਦੀ 50 ਲੈ ਲਈ ਓਏ, 25 ਤੇਰੇ ਭਾਪੇ ਨਾਲ ਕਰ ਲੂੰ ਮੈਂ। ਡਰਾਈਵਰ ਚਲੋ, ਟੇਕ ਕੇਅਰ, ਆਉਣਾ। ਇਹ ਤਾਂ ਚੱਲੀ ਕੈਨੇਡੇ, ਹੁਣ ਬੇਬੇ ਨੂੰ ਕੀ ਜਵਾਬ ਦਊ? ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ 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 ਦੇਣਾ। ਟਾਇਰ ਦਾ ਪੈ ਗਿਆ ਪਟਾਕਾ ਓਏ। ਗੱਲ ਨਿਹਾਲ ਸਿੰਘ ਨਹੀਂ, ਤੇਰਾ ਬਾਡੀਗਾਰਡ ਕਹਿ ਰਿਹਾ। ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਸਨੀਤ ਇੱਥੋਂ ਜਾਵੇ। ਕਿਉਂ?
ਮੈਂ ਸੋਚਿਆ ਵੀ ਨਹੀਂ ਸੀ ਮੇਰਾ ਬੋਲਿਆ ਹੋਇਆ ਇੱਕ ਝੂਠ ਮੇਰੀ ਜ਼ਿੰਦਗੀ ਦਾ ਐਡਾ ਵੱਡਾ ਸੱਚ ਬਣ ਜਾਊਗਾ। ਤੂੰ ਤਾਂ ਜਾਣਦਾ ਹੀ ਹੈ ਉਹ ਕਿਸੇ ਹੋਰ ਨੂੰ ਚਾਹੁੰਦੀ ਹੈ, ਇਹ ਗੱਲ ਸੋਚਣ ਦਾ ਕੀ ਫਾਇਦਾ ਫਿਰ। ਪਿਆਰ ਉਸ ਵਗਦੇ ਪਾਣੀ ਦੇ ਬਹੁ ਵਰਗਾ ਹੁੰਦਾ ਜਿਸ ਨੂੰ ਆਪਾਂ ਰੋਕ ਨਹੀਂ ਸਕਦੇ। ਤੇਰੀਆਂ ਗੱਲਾਂ ਨਾ ਮੇਰੀ ਸਮਝ ਤੋਂ ਬਾਹਰ ਨੇ। ਰੱਬ ਤੇ ਪਿਆਰ ਨੂੰ ਗੱਲਾਂ ਨਾਲ ਨਹੀਂ ਸਮਝਿਆ ਜਾਂਦਾ, ਜੇ ਸਮਝਣਾ ਹੈ ਤੇ ਜਾ ਕੇ ਸਮਰ ਦੀਆਂ ਅੱਖਾਂ 'ਚ ਦੇਖ। ਸਮਰ ਕੀ ਮਤਲਬ? ਸੱਚੇ ਸੰਤ ਤੇ ਪੱਕੇ ਆਸ਼ਕ ਦੀ ਤਾਂ ਅੱਖ ਦੱਸ ਦਿੰਦੀ ਹੈ। ਜਾ ਕੇ ਉਹਦਾ ਹੱਥ ਫੜ ਲੈ, ਤੇਰੀ ਜ਼ਿੰਦਗੀ ਬਣ ਜਾਊ, ਬਾਕੀ ਤੇਰੇ ਘਰਦਿਆਂ ਨੂੰ ਉਹਨੇ ਆਪੇ ਮਨਾ ਲੈਣਾ। ਸਾਲੇ ਆਸ਼ਕਾਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਨੇ। ਬਹੁਤ ਬਹੁਤ ਵਧਾਈਆਂ ਹੋਣ ਜੀ ਅੱਜ ਤੁਹਾਡੀ ਨੂੰਹ ਰਾਣੀ ਦੀ ਆਉਣ ਦੀ ਖੁਸ਼ੀ 'ਚ। ਮੈਂ ਅਖੰਡ ਪਾਠ ਰਖਵਾਇਆ, ਬੜੇ ਦਿਨਾਂ ਬਾਅਦ ਇਸ ਘਰ ਨੂੰ ਭਾਗ ਲੱਗੇ ਨੇ। ਨਿਹਾਲ ਦੇ ਬਾਪੂ ਜੀ, ਅੱਜ ਤੁਹਾਡੀ ਕਮੀ ਬਹੁਤ ਮਹਿਸੂਸ ਹੋ ਰਹੀ ਆ। ਜੇ ਇਸ ਖੁਸ਼ੀ ਦੇ ਮੌਕੇ 'ਤੇ ਤੁਸੀਂ ਸਾਡੇ ਨਾਲ ਹੁੰਦੇ ਤਾਂ ਬੇਬੇ ਜੀ ਕੀ ਹੋ ਗਿਆ, ਤੁਸੀਂ ਅੱਖਾਂ ਕਿਉਂ ਭਰ ਲਈਆਂ? ਪੁੱਤਰ, ਅੱਜ ਨਿਹਾਲ ਦੇ ਬਾਪੂ ਜੀ ਦੀ ਬਹੁਤ ਯਾਦ ਆ ਰਹੀ ਹੈ। ਨਿਹਾਲ ਛੋਟਾ ਜਿਹਾ ਹੁੰਦਾ ਸੀ ਜਦੋਂ ਸਾਨੂੰ ਦੋਹਾਂ ਨੂੰ ਇਕੱਲਿਆਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲੇ ਗਏ। ਬੇਬੇ ਜੀ, ਆਈ ਐਮ ਸੌਰੀ। ਮੈਂ ਕੋਈ ਨਹੀਂ ਪੁੱਤ, ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਮਾਂ ਪੁੱਤ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਖੁਸ਼ੀਆਂ ਲੈ ਕੇ ਆਇਆ। ਬਸ ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਇਸ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਹੁਣ ਤਾਂ ਛੇਤੀ ਦੇਣੇ ਤੇਰਾ ਤੇ ਨਿਹਾਲ ਦਾ ਵਿਆਹ ਹੋ ਜਾਵੇ, ਨਾਲੇ ਅੱਜ ਤੋਂ ਬਾਅਦ ਨਿਹਾਲ ਦੀ ਜ਼ਿੰਮੇਦਾਰੀ ਤੇਰੀ। ਹੁਣ ਤਾਂ ਮੇਰਾ ਪੋਤੇ ਪੋਤੀਆਂ ਨਾਲ ਖੇਡਣ ਨੂੰ ਬੜਾ ਹੀ ਜੀ ਕਰਦਾ। ਨਾਲੇ ਇੱਕ ਗੱਲ ਹੋਰ, ਮੁੰਡਾ ਹੋਵੇ ਜਾਂ ਕੁੜੀ, ਮੇਰੇ ਨਿਹਾਲ ਤੇ ਨਹੀਂ ਜਾਣਾ ਚਾਹੀਦਾ। ਬੇਬੇ ਨੂੰ ਤਾਂ ਮੈਂ ਆਪੇ ਮਨਾ ਲੂੰਗਾ। ਹੋ ਜੰਨਤ ਵੱਲ ਨੂੰ ਜਾਣ ਲੱਗੇ ਸੀ, ਰੋਈਆਂ ਵੱਲ ਨੂੰ ਮੁੜ ਕੇ ਆ ਗਏ। ਹਾਏ ਪਤਾ ਨਾ ਲੱਗਿਆ ਦਰਦ ਦਿਲਾਂ ਦੇ ਕਿੱਥੋਂ ਕਿੱਥੋਂ ਜੁੜ ਕੇ ਆ ਗਏ। ਹੋਏ ਤੂੰ ਤੇ ਸੌ ਗਿਆ ਚੁੱਪ ਵੱਟ ਕੇ ਅੰਬਰ ਦੇ ਤਾਰਿਆ। ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ। ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ।
ਬੇਬੇ ਮੈਂ ਹਮੇਸ਼ਾ ਤੈਨੂੰ ਦੁੱਖ ਹੀ ਦਿੱਤੇ ਨੇ ਕਦੇ ਵੀ ਤੇਰਾ ਬੀਬਾ ਪੁੱਤ ਨਾ ਬਣ ਸਕਿਆ ਪਰ ਇਹ ਵੀ ਸੱਚ ਹੈ ਕਿ ਤੇਰਾ ਨਲਾਇਕ ਪੁੱਤ ਤੈਨੂੰ ਪਿਆਰ ਬਹੁਤ ਕਰਦਾ ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ ਏਕੰਕਾਰ ਸਤਨਾਮ ਕਰਤਾ ਪੁਰਖ ਬੇਬੇ ਹਾਂ ਪੁੱਤ ਇੱਕ ਗੱਲ ਪੁੱਛਣੀ ਸੀ ਤੇਰੇ ਤੋਂ ਕਿਹੜੀ ਗੱਲ ਪੁੱਛਣੀ ਸੀ ਮਾਂ ਤੇ ਪੁੱਤ ਦੇ ਰਿਸ਼ਤੇ 'ਚ ਸਭ ਤੋਂ ਪੱਕੀ ਤੰਦ ਕਿਹੜੀ ਹੁੰਦੀ ਹੈ ਬੇਬੇ ਇਹ ਕਿੱਦਾਂ ਦਾ ਸਵਾਲ ਪੁੱਛ ਲਿਆ ਤੂੰ ਠੀਕ ਤਾਂ ਹੈ ਨਾ ਮੈਂ ਤਾਂ ਠੀਕ ਹਾਂ ਬੇਬੇ ਪਰ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ ਪੁੱਤ ਸਭ ਤੋਂ ਪੱਕੀ ਤੰਦ ਤਾਂ ਪਿਆਰ ਤੇ ਵਿਸ਼ਵਾਸ ਦੀ ਹੁੰਦੀ ਆ ਰਿਸ਼ਤਾ ਭਾਵੇਂ ਜਿਹੜਾ ਮਰਜ਼ੀ ਹੋਵੇ ਪਰ ਜੇ ਕਿਸੇ ਬਦ ਨਸੀਬ ਤੋਂ ਉਹ ਤੰਦ ਟੁੱਟ ਜੇ ਬੇਬੇ ਪੁੱਤੇ ਤੰਦਾਂ ਇੱਕ ਵਾਰੀ ਟੁੱਟ ਜਾਣ ਤਾਂ ਫਿਰ ਬਹੁਤ ਔਖੀਆਂ ਜੁੜਦੀਆਂ ਨੇ ਤੇ ਜੇ ਜੁੜ ਵੀ ਜਾਣ ਤਾਂ ਗੰਢ ਜ਼ਰੂਰ ਪੈਂਦੀ ਆ ਪਰ ਜੇ ਉਸ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ ਮਾਫ਼ੀ ਦੀ ਤੰਦ ਨਾਲ ਰਿਸ਼ਤਾ ਜ਼ਰੂਰ ਜੁੜ ਸਕਦਾ ਬਸ ਫਿਰ ਬੇਬੇ ਆਪਣੇ ਇਸ ਨਲਾਇਕ ਪੁੱਤ ਨੂੰ ਮਾਫ਼ ਕਰ ਦੇ ਕੀ ਹੋਇਆ ਨਿਹਾਲ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਝੂਠ ਬੋਲਿਆ ਬੇਬੇ ਮੇਰਾ ਜਸਰੀਤ ਨਾਲ ਵਿਆਹ ਨਹੀਂ ਹੋਇਆ ਉਹਨੂੰ ਮੈਂ ਝੂਠ ਬੋਲ ਕੇ ਲੈ ਕੇ ਆਇਆ ਨਿਹਾਲ ਮੈਨੂੰ ਮਾਫ਼ ਕਰ ਦੇ ਬੇਬੇ ਨਹੀਂ ਤਾਂ ਤੇਰੇ ਬਦ ਨਸੀਬ ਪੁੱਤ ਨੂੰ ਰੱਬ ਨੇ ਵੀ ਮਾਫ਼ ਨਹੀਂ ਕਰਨਾ ਤੇਰੇ ਝੂਠ ਨੇ ਮੇਰਾ ਦਿਲ ਤਾਂ ਬਹੁਤ ਦੁਖਾਇਆ ਪੁੱਤ ਪਰ ਮਾਂ ਦੀ ਖੁਸ਼ੀ ਲਈ ਇੰਨਾ ਕੁਛ ਕਰਨ ਵਾਲਾ ਪੁੱਤਰ ਕਿਹੜਾ ਰੱਬ ਸਾਰਿਆਂ ਨੂੰ ਦਿੰਦਾ ਨਾ ਮੇਰਾ ਪੁੱਤ ਸ਼ਾਇਦ ਜੇ ਤੂੰ ਇਹ ਝੂਠ ਨਾ ਬੋਲਦਾ ਤਾਂ ਮੈਨੂੰ ਜਸਨੀਤ ਵਰਗੀ ਧੀ ਦਾ ਪਿਆਰ ਨਾ ਮਿਲਦਾ ਉਹਨੇ ਵੀ ਮੈਨੂੰ ਖੁਸ਼ ਰੱਖਣ ਲਈ ਬਹੁਤ ਕੁਛ ਕੀਤਾ ਨਿਹਾਲ ਦੇ ਬਾਪੂ ਜੀ ਨਿਹਾਲ ਨੂੰ ਮਾਫ ਕਰ ਦੇਣਾ ਉਹਨੇ ਮੇਰੀ ਖੁਸ਼ੀ ਖਾਤਰ ਝੂਠ ਬੋਲਿਆ ਸੀ ਮੈਨੂੰ ਨਿਹਾਲ ਨੇ ਸਭ ਕੁਛ ਸੱਚ ਸੱਚ ਦੱਸ ਦਿੱਤਾ ਬੇਟਾ ਜੇ ਮੈਥੋਂ ਕਦੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇ ਨਾ ਬੇਬੇ ਨਾ ਇੱਦਾਂ ਦੀਆਂ ਗੱਲਾਂ ਨਾ ਕਰੋ ਬੇਬੇ ਮੈਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਇੰਨੇ ਥੋੜ੍ਹੇ ਦਿਨਾਂ 'ਚ ਦਿੱਤਾ ਮੈਂ ਤਾਂ ਆਪ ਵਿੱਚ ਦੇਣਾ ਚਾਹੁੰਦਾ ਤੈਨੂੰ ਕੋਈ ਬਾਹਰ ਮਿਲਣ ਆਇਆ Happy birthday to you. Happy birthday to you. Oh gosh, I missed you so much. I love you, my sweetheart. Oh, ki ho gaya? Kithe gawachi hai? Apna hi birthday bhuli baithi hai. Jasi? Nihal. Nihal. ਰੂਪ ਹਾਈ ਨਿਹਾਲ ਨਾਈਸ ਟੂ ਮੀਟ ਯੂ ਸਤਿ ਸ੍ਰੀ ਅਕਾਲ ਜੀ ਮੇਰੀ ਬੈਨਾ ਜੀ ਦੇਰੋ ਚਲੀ ਆਪਾਂ ਪੁੱਤਰ ਪਹਿਲੀ ਵਾਰੀ ਘਰ ਆਏ ਹੋ ਕੋਈ ਚਾਹ ਪਾਣੀ ਪੀ ਕੇ ਜਾਓ ਬੇਬੇ ਜੀ ਥੈਂਕ ਯੂ ਸੋ ਮਚ ਐਕਚੁਅਲੀ ਵੀ ਆਰ ਗੈਟਿੰਗ ਵੈਰੀ ਲੇਟ ਸ਼ੈਲ ਵੀ ਲੀਵ ਨਹੀਂ ਯੂ ਗੋ ਆਈਲ ਕਮ ਓਕੇ ਆਈਲ ਵੇਟ ਨੀਅਰ ਦ ਕਾਰ ਯਾ ਚੰਗਾ ਜੀ ਸਤਿ ਸ੍ਰੀ ਅਕਾਲ ਪੁੱਤਰ ਜੇ ਫਿਰ ਕਦੇ ਇੰਡੀਆ ਆਈ ਤਾਂ ਮਿਲ ਕੇ ਜ਼ਰੂਰ ਜਾਈ ਥੈਂਕ ਯੂ ਨਿਹਾਲ ਇੱਕ ਗੱਲ ਹੋਰ ਪੱਗ ਬੰਨ ਕੇ ਰੱਖਿਆ ਕਰ ਸੋਹਣਾ ਲੱਗਦਾ ਰੂਪ ਵੇਟ ਕਰਦਾ
ਥੈਂਕ ਯੂ ਸੋ ਮਚ ਸਰਦਾਰ ਜੀ, ਤੁਸੀਂ ਮੇਰੀ ਜੱਸੀ ਦਾ ਬੜਾ ਖਿਆਲ ਰੱਖਿਆ। ਮੈਂ ਤਾਂ ਕਹਿੰਦਾ ਤੁਸੀਂ ਵੀ ਕੋਈ ਸੋਹਣੀ ਜਿਹੀ ਕੁੜੀ ਲੱਭ ਲਓ ਔਰ ਵਿਆਹ ਕਰਾ ਲਓ। ਕਿਉਂ ਜੱਸੀ? ਮੇਰੀ ਚਿੰਤਾ ਨਾ ਕਰ, ਹਰ ਸਰਦਾਰ ਨੂੰ ਕੁੜੀ ਮਿਲ ਜਾਂਦੀ ਆ, ਪਰ ਹਰ ਕੁੜੀ ਨੂੰ ਸਰਦਾਰ ਨਹੀਂ ਮਿਲਦਾ। ਠੀਕ ਹੈ ਜੀ, ਚਲੀਏ ਆਓ ਜੀ ਬੈਠੋ। ਸਟਾਪ ਦ ਕਾਰ। What happened, darling? ਤੂੰ ਗੱਡੀ ਤੋਂ ਥੱਲੇ ਕਿਉਂ ਉਤਰਾਈ? I hope everything is okay. Come on, let's go. ਇੱਕ ਮਿੰਟ। ਕੀ ਹੋ ਗਿਆ? I don't want to leave Roop. I don't know, but I just don't want to leave this place and go. Have you gone mad? ਮੈਂ ਇੰਨੀ ਦੂਰ ਤੈਨੂੰ ਲੈਣ ਆਇਆ ਤੇ ਤੂੰ ਕਹਿ ਰਹੀ ਤੂੰ ਮੇਰੇ ਨਾਲ ਨਹੀਂ ਜਾ ਸਕਦੀ? I don't know what's wrong with me, Roop. Just confused that all I know is ਮੈਂ ਕੈਨੇਡਾ ਨਹੀਂ ਵਾਪਸ ਜਾਣਾ ਚਾਹੁੰਦੀ। I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my... Don't tell me that you're in love with Nihal. ਤੂੰ ਉਹਨੂੰ ਇੱਕ ਵਾਰੀ ਰੁਕਣ ਲਈ ਕਹਿ ਕੇ ਤਾਂ ਦੇਖਣਾ ਸੀ। ਕੀ ਫਾਇਦਾ, ਉਹ ਤਾਂ ਰੂਪ ਨੂੰ ਪਿਆਰ ਕਰਦੀ ਆ। ਵੇਖੀ ਨਿਹਾਲ, ਕਿਤੇ ਭੁਲੇਖੇ ਚ ਨਾ ਰਹਿ ਜੀ। ਕੁੜੀ ਦਾ ਇਹ ਤਾਂ ਪਤਾ ਲੱਗ ਜਾਂਦਾ ਹੁੰਦਾ ਕਿ ਰੂਸੀ ਕਿਹਦੇ ਨਾਲ ਹੈ, ਪਰ ਇਹ ਕਹਿਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਪਿਆਰ ਕਿਹਦੇ ਨਾਲ ਕਰਦੀ ਹੈ। ਇਹ ਤਾਂ ਮੈਨੂੰ ਪਤਾ ਨਹੀਂ, ਬਸ ਮੈਂ ਤਾਂ ਇਹੀ ਜਾਣਦਾ ਵੀ ਬੰਦਾ ਜਿਹਨੂੰ ਪਿਆਰ ਕਰਦਾ ਹੋਵੇ ਉਹਦਾ ਕਦੇ ਦਿਲ ਨਹੀਂ ਤੋੜ ਸਕਦਾ। ਨਿਹਾਲ ਨੇ ਤੈਨੂੰ ਕੁਛ ਕਿਹਾ? ਉਹ ਤਾਂ ਝੂਠਾ ਹੈ, ਕੁਛ ਨਹੀਂ ਕਹਿੰਦਾ, ਬਸ ਗੱਲਾਂ ਹੀ ਕਰੀ ਜਾਂਦਾ। Okay, listen to me. Nihal is a very nice guy. Je tusi dono ek dooje nu pyar karde ho ta don't bother about me. I will do anything for your happiness, Jasi. Trust me. Thank you so much, Roop. Thanks a lot for that. Nale main tere ghar deyan nu aj sara kuch sach sach dass dena ki main oh munda ni jinne tenu dhokhe na Canada bulaya si. Mainu eh sach bare ta pehle hi pata si beta ji. ਮੈਂ ਇਹ ਵੀ ਜਾਣਦਾ ਕਿ ਤੂੰ ਆਹ ਸਾਰਾ ਕੁਝ ਸਾਡੀ ਖੁਸ਼ੀ ਲਈ ਕਰ ਰਿਹਾ, ਅਤੇ ਮੈਂ ਆਪਣੇ ਪਰਿਵਾਰ ਦੀ ਖੁਸ਼ੀ ਲਈ ਤੈਨੂੰ ਆਪਣਾ ਜਵਾਈ ਮੰਨ ਕੇ ਤੇਰਾ ਵੈਲਕਮ ਕੀਤਾ ਸੀ, ਪਰ ਮੇਰੀਆਂ ਅੱਖਾਂ ਹਾਲੇ ਵੀ ਇਸ ਕੰਜਰ ਨੂੰ ਲੱਭ ਰਹੀਆਂ ਨੇ ਜਿਹਨੇ ਮੇਰੀ ਬੇਟੀ ਨੂੰ ਧੋਖਾ ਦਿੱਤਾ ਸੀ। ਰਹਿਣ ਦੋ ਪਾਪਾ। ਉਹ ਦੇਖ ਤਾਂ ਲੈਣ ਦੇ ਕਿੰਨਾ ਕੁ ਸੋਹਣਾ ਮੇਰੇ ਨਾਲੋਂ। ਪਲੀਜ਼ ਉਹ ਲਿਆ ਉਰੇ। ਆਈ ਹੇਟ ਹਿਮ। ਹੁਣ ਤੈਨੂੰ ਤੇ ਨਿਹਾਲ ਨੂੰ ਮਿਲਾਣਾ। ਇਹ ਉਹੀ ਆ ਜਿਹੜਾ ਜਸਨੀਤ ਨੂੰ ਮੇਰੇ ਤੋਂ ਲੈ ਕੇ ਗਿਆ। ਓ ਨੋ, ਜਸਨੀਤ ਕੁਛ ਬੋਲੀ ਨਾ, ਮੇਰੀ ਗੱਲ ਧਿਆਨ ਨਾ ਸੁਣ। ਇਹ ਰੂਪ ਉਹੀ ਮੁੰਡਾ ਵਾ ਜਿਹਨੇ ਸਿਮਰਤ ਦੀ ਜ਼ਿੰਦਗੀ ਬਰਬਾਦ ਕੀਤੀ ਆ। ਮੈਨੂੰ ਲੱਗਦਾ ਤੇਰੇ 'ਤੇ ਜਿਹੜੇ ਅਟੈਕ ਹੋ ਰਹੇ ਨੇ ਨਾ ਇਹ ਵੀ ਇਹੀ ਕਰਾ ਰਿਹਾ।
ਕੀ ਹੋ ਗਿਆ ਜੱਸੀ? ਤੂੰ ਘਬਰਾ ਕਿਉਂ ਰਹੀ ਹੈ? ਆਪਣੇ ਹੀ ਬੰਦੇ ਨੇ। ਮੈਂ ਤੇਰੇ ਕੋਲ ਨਾ ਵਾਂ, ਮੈਂ ਤੇ ਤੇਰਾ ਰੂਪ ਆ ਨਾ। ਕੁੜੀਆਂ ਰੂਪ ਤੋਂ ਭੱਜੀਆਂ ਨਹੀਂ, ਰੂਪ ਕੁੜੀਆਂ ਨੂੰ ਛੱਡ ਦਿੰਦਾ ਹੈ। ਤੂੰ ਚੱਲ ਮੇਰੇ ਨਾਲ, ਆ ਜਾ, ਚੱਲ ਚੱਲ ਮੇਰੇ ਨਾਲ। ਭੱਜ ਗਈ। ਹੁਣ ਐ ਨਾ ਪੁੱਛੀ ਕਿਹਦੇ ਨਾਲ ਗੱਲੇ ਗਈ, ਪਰ ਤੂੰ ਘਬਰਾਈ ਨਾ, ਬਿਲਕੁਲ ਨਾ ਘਬਰਾਈ। ਮੈਂ ਆਪਣੇ ਬੰਦੇ ਭੇਜੇ ਨੇ ਉਹਦੇ ਪਿੱਛੇ। ਮੈਂ ਤੇ ਕਹਿਣਾ ਤੂੰ ਵੀ ਆ ਜਾ, ਇਕੱਠਾ ਲੱਭਾਂਗੇ। ਜੇ ਜਸਨੀਤ ਨੂੰ ਕੁਛ ਹੋਇਆ ਨਾ। ਔਖਾ ਨਾ ਹੋ ਨਿਹਾਲ, ਹੁਣ ਤੱਕ ਤੂੰ ਉਹਨੂੰ ਬਚਾ ਰਿਹਾ ਸੀ ਜਦ ਮੈਂ ਉਹਨੂੰ ਮਾਰਨਾ ਹੀ ਨਹੀਂ ਚਾਹੁੰਦਾ ਸੀ, ਪਰ ਅੱਜ ਮੈਂ ਉਹਨੂੰ ਜ਼ਰੂਰ ਮਾਰਾਂਗਾ। ਜੇ ਸਿੰਘ ਤਾਂ ਮੈਂ ਨਾ, ਤਾਂ ਬਚਾ ਲਿਆ ਆਪਣੀ ਕੌਰ ਨੂੰ। ਜਸਨੀਤ, ਉਹ ਲੁੱਕਾ ਚੁੱਪੀ ਦਾ ਖੇਡ ਖੇਡਣਾ ਤਾਂ ਕੋਈ ਗੱਲ ਨਹੀਂ, ਖੇਡ ਲੈਂਦੇ ਆ। ਕੁੱਕ ਲੱਛੁਪਾ ਕੀ ਜੁਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਬਤ ਆਈ ਹੈ। ਤੂੰ ਮੇਰੇ ਸਾਰੇ ਪਲੈਨ ਤੇ ਪਾਣੀ ਫੇਰ ਦਿੱਤਾ। ਤੇਰੇ ਤੇ ਮੈਂ ਇੰਨੇ ਅਟੈਕ ਕਰਵਾਏ, ਪਰ ਤੂੰ ਹਰ ਵਾਰੀ ਬਚਦੀ ਰਹੀ। ਜਾਣਦੀ ਹੈ ਕਿਉਂ? ਕਿਉਂਕਿ ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ ਸੀ, ਸਿਰਫ ਡਰਾਉਣਾ ਚਾਹੁੰਦਾ ਸੀ ਤਾਂ ਕਿ ਸਾਰੀ ਦੁਨੀਆ ਤੇਰੀ ਫੈਮਿਲੀ ਤੇ ਸ਼ੱਕ ਕਰੇ। ਮੇਰੇ ਤੇ ਨਹੀਂ, ਫਿਰ ਜਦੋਂ ਤੂੰ 21 ਸਾਲਾਂ ਦੀ ਕਰੋੜਪਤੀ ਬਣ ਜਾਂਦੀ, ਸਾਰੀ ਪ੍ਰਾਪਰਟੀ ਤੇਰੇ ਨਾਂ ਹੋ ਜਾਂਦੀ, ਤਾਂ ਮੈਂ ਤੇਰੇ ਨਾਲ ਵਿਆਹ ਕਰਦਾ, ਫਿਰ ਹੌਲੀ ਹੌਲੀ ਮੈਂ ਤੈਨੂੰ ਮਾਰਦਾ। ਆਟੋਮੈਟਿਕਲੀ ਸਾਰੀ ਪ੍ਰਾਪਰਟੀ ਮੇਰੇ ਨਾਂ ਹੋ ਜਾਂਦੀ, ਪਰ ਤੂੰ ਸੁਨਿਹਾਲ ਨੂੰ ਦਿਲ ਦੇ ਕੇ ਮੇਰੀ ਸਾਰੀ ਉਮੀਦਾਂ ਤੇ ਪਾਣੀ ਫੇਰ ਦਿੱਤਾ। ਪਰ ਹੁਣ ਤੂੰ ਮੇਰੇ ਕਬਜ਼ੇ 'ਚ ਹੈ, ਕੌਣ ਬਚਾਏਗਾ ਤੈਨੂੰ? ਉਹ ਸਿੰਘ, ਉਹ ਨਿਹਾਲ ਸਿੰਘ, ਉਹ ਤਾਂ ਡਰ ਗਿਆ। ਬੰਦੇ ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ। ਲਾਤ
लो जी तुहाडे रूप दा काम तां निबड़ गया हुण दसो की प्लान आ मैं की दसना बना ले अपने बेबे दी नूं दस मंजूर है जे मंजूर नहीं ते उही तेरे पिछे तपड़ तपड़ी होया फिरदा गल सुन गो बैक होम कपड़े धोण वाले पए ने हां कपड़े तां तू ही धोएगा क्या एक्सपीरियंस तां तेरा ही ज्यादा है ते रोटी रोटी भी तू ही बनाएगा होर गुरुद्वारे हो लैनी है